new, myself I know. Myself I know. सोनी मिलेगी कुड़ी मित्रां नू सोनी मिलेगी या सांवले जे रंग होएगी कुड़ी मित्रां नू सोनी मिलेगी या सांवले जे रंग होएगी व्याह उहदे नाल करावांगे व्याह उहदे नाल करावांगे व्याह उहदे नाल करावांगे जिहड़ी मम्मी नू पसंद होएगी व्याह उहदे नाल करावांगे जिहड़ी बेबे नू पसंद होएगी फ्रेंड रोज करे वो काली कुड़ी जेड़ी आपे पर पोज करे उनी ना पसंद चेंज बॉय फ्रेंड रोज करे जिदे पीछे साड़ी जान निकले जिदे पीछे साड़ी जान निकले कुछ सपनी दा डंग होएगी व्याह उहदे नाल करावांगे व्याह उहदे नाल करावांगे व्याह उहदे नाल करावांगे जेड़ी मम्मी नू पसंद होएगी ਉਹਦੇ ਨਾਲ ਕਰਾਵਾਂਗੇ ਮੰਮ ਡੈਡ ਨੂੰ ਪਸੰਦ ਹੋਏਗੀ ਹੋਰ ਕਿੰਨੇ ਕੁ ਦਿਨ ਸਵੇਰੇ ਸਿਰ ਉਠਾਉਣਾ ਕਰੋੜਪਤੀ ਨਾ ਸਹੀ ਘੱਟੋ ਘੱਟ ਅਰਬਪਤੀ ਤਾਂ ਬਣਾ ਹੀ ਦਿਓ ਜਾਂ ਕੋਈ ਅਮੀਰ ਬਣਨ ਦੀ ਸਕੀਮ ਦਿਮਾਗ 'ਚ ਪਾ ਦਿਓ ਕਿਰਪਾ ਕਰੋ ਬਾਬਾ ਜੀ ਸਾਡੇ ਬਾਪੂ ਜੀ ਨੂੰ ਸਾਡੇ ਕਹਿਣੇ 'ਚ ਲਾ ਦਿਓ ਲੱਸੀ ਕਰਤੀ ਲੱਸੀ ਫਿਰ ਕੀ ਹੋਇਆ ਜੇ ਮੁੰਡੇ ਦੁੱਧ ਪੀ ਗਿਆ ਤਾਂ ਤੁਹਾਡੇ ਹੀ ਮੁੰਡਿਆਂ ਨਾਲ ਕਿਸੇ ਹੋਰ ਦੇ ਤਾਂ ਨਹੀਂ ਕੱਲ ਨੂੰ ਦੁੱਧ ਪੀ ਕੇ ਮੁੰਡੇ ਜਵਾਨ ਹੋਣਗੇ ਤਾਂ ਲੋਕ ਕਹਿਣਗੇ ਆਹ ਦੇਖੋ ਸਾਬਕਾ ਸਰਪੰਚ ਦਲੇਰ ਸਿੰਘ ਬਰਾੜ ਦੇ ਮੁੰਡੇ ਜਾ ਰਹੇ ਨੇ ਮੱਖਣ ਕੁਰੇ ਜੇ ਵਾਕ ਬੋਲਣਾ ਹੁੰਦਾ ਨਾ ਤਾਂ ਪੂਰਾ ਬੋਲਿਆ ਕਰ ਮਤਲਬ ਲੋਕ ਇਹ ਕਹਿਣਗੇ ਕਿ ਆਓ ਜਾਂਦੇ ਨੇ ਦਲੇਰ ਸਿੰਘ ਬਰਾੜ ਦੇ ਬਰਿਆੜ ਮੁੰਡੇ ਓਹੋ ਕਿੰਨੀ ਵਾਰ ਕਿਹਾ ਮੇਰੇ ਮੁੰਡਿਆਂ ਨੂੰ ਨਾ ਕੋਸਿਆ ਕਰੋ ਬਸ ਇੱਥੇ ਹੀ ਮਾਰ ਖਾ ਜਾਂਦਾ ਸਾਬਕਾ ਸਰਪੰਚ ਤੇਰੀ ਕਮਜ਼ੋਰੀ ਤੇਰੇ ਲਾਡਲੇ ਮੁੰਡੇ ਤੇ ਮੇਰੀ ਕਮਜ਼ੋਰੀ ਮੇਰੀ ਮੱਖਣੀ ਸੱਚ ਕਿਹਾ ਸਿਆਣਿਆਂ ਨੇ ਲਾਡਲੀ ਔਲਾਦ ਤੇ ਸੋਹਣੀ ਜਨਾਨੀ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ
ਇੱਥੋਂ ਤੱਕ ਮੇਰੇ ਹਿੱਸੇ ਦਾ ਉਹਨਾਂ ਨੂੰ ਦੁੱਧ ਵੀ ਪਿਲਾਉਂਦੀ। ਆ ਲੋ ਲੱਸੀ ਪੀਓ। ਓਏ ਮੱਖਣੀਆ, ਲੱਸੀ ਕੀ ਚੀਜ਼ ਹੈ? ਤੂੰ ਆਪਣੇ ਹੱਥਾਂ ਨਾਲ ਜੱਟ ਨੂੰ ਜ਼ਹਿਰ ਵੀ ਪਿਲਾਵੇਂ, ਦਲੇਰ ਸਿੰਘ ਤਾਂ ਉਹ ਵੀ ਗੱਟ ਗੱਟ ਕਰਕੇ ਪੀ ਜਵੇ। ਹਾਂ ਹਾਏ। ਪਰ ਪ੍ਰੀਤ ਤੇ ਹਰਪਾਲ ਲਈ ਤੇਰਾ ਅੰਨਾ ਪਿਆਰ ਵੇਖ ਕੇ ਕਈ ਵਾਰੀ ਮੈਨੂੰ ਡਰ ਲੱਗਦਾ ਕਿ ਚੁੱਪ ਕਰੋ। ਕਿੰਨੀ ਵਾਰ ਕਿਹਾ ਹੈ ਕਿ ਆਪਣੇ ਬੱਚਿਆਂ ਲਈ ਇੱਕ ਵੀ ਸ਼ਬਦ ਸੁਣਨਾ ਮੈਨੂੰ ਪਸੰਦ ਨਹੀਂ। ਮਾਵਾਂ ਤਾਂ ਆਪਣੇ ਬੱਚਿਆਂ ਨੂੰ ਮੂੰਹੋਂ ਕੱਢ ਕੱਢ ਕੇ ਖਵਾਉਂਦੀਆਂ ਨੇ, ਪਰ ਤੁਸੀਂ ਓਕੇ? ਜੇ ਤੂੰ ਆਪਣੇ ਮੂੰਹੋਂ ਕੱਢ ਕੇ ਖਵਾਉਂਦੀ ਨਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਣੀ ਸੀ, ਪਰ ਦੁੱਖ ਮੈਨੂੰ ਇਸ ਗੱਲ ਦਾ ਕਿ ਵਿਚਾਰੇ ਗਰੀਬ ਕੱਟੇ ਕੱਟੀਆਂ ਦੇ ਮੂੰਹੋਂ ਦੁੱਧ ਖੋ ਕੇ ਸਾਲੇ ਵਿਹਲੇ ਝੋਟਿਆਂ ਨੂੰ ਪਿਲਾਉਂਦੀ ਆ। ਲੈ ਇੱਕ ਤਾਂ ਆ ਗਿਆ ਮਾਂ ਦਾ ਚੌੜ ਚਾਨਣ, ਪ੍ਰੀਤ ਸਿੰਘ ਬਰਾੜ। ਲੋਕੀ ਭੂਕਣੇ ਨਾਲ ਬੱਤਾ ਪੀਂਦੇ ਆ, ਸਾਲਾ ਹੁਣ ਤੱਕ ਦੁੱਧ ਪੀ ਜਾਂਦਾ। ਪੱਚੀਆਂ ਦਾ ਹੋਇਆ, ਪੈਂਤੀਆਂ ਦਾ ਲੱਗਦਾ। ਜਦੋਂ ਮੈਂ ਪੈਂਤੀਆਂ ਦਾ ਸੀ, ਪੱਚੀਆਂ ਦਾ ਲੱਗਦਾ ਸੀ। ਪੁੱਛ ਲੈ ਆਪਣੀ ਮਾਂ ਨੂੰ, ਐਵੇਂ ਨਹੀਂ ਮਰਦੀ ਸੀ ਜੱਟ ਤੇ। ਸਵਾਦ ਤੇ ਖੇ ਮਰਦੀ ਸੀ। ਮਰ ਜਾਇਓ ਪਚੋਲਾ ਜਿੰਨੇ ਮੈਨੂੰ ਇੱਥੇ ਫਸਾਇਆ। ਲੰਬੜਦਾਰਾਂ ਦੀ ਸਭ ਤੋਂ ਸੁਨੱਖੀ ਧੀ ਸੀ, ਤੁਹਾਡੇ ਚੁੱਲ੍ਹੇ ਚੌਕੇ ਨੇ ਤਾਂ ਮੇਰੀ ਮੱਤ ਮਾਰਤੀ। ਉਹ ਸਾਲਿਓ, ਮੱਤ ਤਾਂ ਤੁਸੀਂ ਮਾਰੀ ਆ ਮੇਰੀ ਸਾਰੇ ਟੱਬਰ ਨੇ ਰਲ ਕੇ। ਸਰਪੰਚ ਸਾਹਿਬ, ਤੁਸੀਂ ਕੀ ਸਵੇਰੇ ਸਵੇਰੇ ਕੁੱਤੀ ਚੀਕਾ ਪਾਏ ਯਾਰ? ਪੁਚੱਜ ਦਾ ਕੰਮ ਕਰੋ, ਤੁਹਾਡਾ ਰੋਜ਼ ਦਾ ਇਹ ਪਿੰਡ ਸੇਵਾ ਵੇਖ ਵੇਖ ਕੇ ਨਾ ਅਸੀਂ ਬੋਰ ਹੋ ਗਏ ਆ। ਕੋਈ ਨਵਾਂ ਤਮਾਸ਼ਾ ਦਿਖਾਓ ਯਾਰ। ਸਾਲਿਆ, ਨਵਾਂ ਤਮਾਸ਼ਾ ਦਿਖਾਉਣ ਨੂੰ ਹੁਣ ਮੈਂ ਸੱਪ ਨਿਓਲ ਦੀ ਲੜਾਈ ਦਿਖਾ ਦਵਾਂ? ਸੱਪ ਤੋਂ ਯਾਦ ਆਇਆ, ਦੂਜਾ ਕਿੱਥੇ ਆ? ਤੁਸੀਂ ਮੇਰੇ ਹਰਪਾਲ ਨੂੰ ਸੱਪ ਗਿਆ? ਵਿਚਾਰਾ ਸਵੇਰ ਦਾ ਗੁਰਦੁਆਰੇ ਗਿਆ ਮੱਥਾ ਟੇਕਣ। ਇਹ ਪਹਿਲੀ ਵਾਰੀ ਸੁਣਿਆ ਸੱਪ ਵੀ ਗੁਰਦੁਆਰੇ ਜਾਂਦੇ ਆ, ਜੁੱਤੀ ਚੱਕਣ ਗਿਆ ਹੋਣਾ। ਨਾ ਪੁੱਤ, ਆਪਣੇ ਵੀਰ ਭਗਤ ਨੂੰ ਏਦਾਂ ਨਹੀਂ ਕਹੀਦਾ ਹੁੰਦਾ। ਆ ਗਿਆ ਬਗਲਾ ਭਗਤ। ਵਾਹਿਗੁਰੂ ਵਾਹਿਗੁਰੂ। ਹਾਏ, ਆ ਗਿਆ ਮੇਰਾ ਚੰਨ। ਪਾਲੋ ਨੂੰ ਜੱਫੀਆਂ। ਚੁੱਪ ਕਰੋ, ਪੁੱਤਰ ਆ ਗਿਆ ਗੁਰਦੁਆਰੇ ਤੋਂ। ਹਾਂ ਬੇਬੇ, ਸੁਖ ਮੰਗ ਲਈ ਪੂਰੇ ਪਰਿਵਾਰ ਦੀ ਬਾਬਾ ਜੀ ਕੋਲੋਂ? ਮੰਗ ਲਈ ਪਰ ਇਹਨਾਂ ਦੀ ਨਹੀਂ। ਸੁਣ ਲਿਆ, ਦੇਖਿਆ ਇਹ ਮੰਗੂ ਸਾਲਾ ਮੇਰੀ ਸੁੱਖ। ਲੈ ਸੁੱਖ ਸਵਾ ਮੰਗੀ ਇਹਨਾਂ ਦੀ, ਹਰ ਵੇਲੇ ਸਾਨੂੰ ਘੂਰਦੇ ਰਹਿੰਦੇ ਨੇ, ਸੂਈ ਇਹਨਾਂ ਦੀ ਹਮੇਸ਼ਾ ਲਾਲਤੇ ਰਹਿੰਦੀ। ਇਹਨਾਂ ਦਾ ਤਾਂ ਸੁਭਾਅ ਹੀ ਇਹੋ ਜਿਹਾ। ਹੋਰ ਕੀ, ਮੈਂ ਪਾਣੀ ਇਹਨਾਂ ਦੇ ਰੇਡੀਏਟਰ ਚ ਪਾਣੀ ਲੱਗੀ ਸੀ। ਲੱਸੀ ਪੀਓ, ਠੰਡ ਪਵੇ ਕਾਲਜੇ। ਚੱਲ ਮੇਰੇ ਪੁੱਤ, ਕਾਲਜ ਲਈ ਲੇਟ ਹੋ ਜਾਣਾ ਤੁਸੀਂ। ਬੇਬੇ ਮੈਨੂੰ ਭੁੱਖ ਲੱਗੀ ਆ। ਹਾਏ ਵੇ, ਅੱਜ ਦੇ ਪਰਾਂਠੇ ਗੋਭੀ ਵਾਲੇ ਜੋ ਤੁਸੀਂ ਕਹੋ, ਮੇਰੇ ਲੱਡੂ ਪਾਡੂ। ਕਰੇਲੇ ਵਾਲੇ ਪਰੌਂਠੇ ਖਿਲਾ ਇਹਨਾਂ ਨੂੰ। ਲਾਡਲੀ ਔਲਾਦ ਤੇ ਸੋਹਣੀ ਜਨਾਨੀ, ਬੰਦੇ ਤੋਂ ਕੀ ਕੁਛ ਨੀ ਕਰਾਉਂਦੀ, ਇੱਥੋਂ ਤੱਕ ਕਿ ਸਾਰੀ ਧੱਕੇ ਨਾਲ ਲੱਸੀ ਵੀ ਪਿਲਾਉਂਦੀ। ਚੱਲ ਜੀਬ ਨੂੰ ਧੱਕਾ ਮਾਰੋ, ਅੱਜ ਹੋ ਜਾਣੀ ਆ ਸਟਾਰਟ ਯਾਰ। ਚੱਲ ਪਈ ਹੋਣੀ ਆ। ਆ ਵਿਆਹ ਉਹਦੇ ਨਾਲ ਕਰਾਵਾਂਗੇ, ਵਿਆਹ ਉਹਦੇ ਨਾਲ ਕਰਾਵਾਂ। ਉਹ ਇਹਨੂੰ ਚਾਬੀ ਨਾਲ ਸਟਾਰਟ ਹੋਣ ਦੀ ਆਦਤ ਨਹੀਂ ਮਿੱਤਰਾ, ਇਹ ਤੇਰੇ ਹੱਥਾਂ ਤੇ ਲੱਗੀ ਹੈ। ਬਾਈ ਅੱਜ ਤੂੰ ਧੱਕਾ ਮਾਰ ਯਾਰ, ਪਲੀਜ਼। ਵੱਡੇ ਵੀਰ ਤੋਂ ਹੁਣ ਧੱਕਾ ਮਰਾਏਗਾ ਯਾਰ? ਛੋਟਾ ਛੋਟਾ ਕਹਿ ਕੇ ਸਾਰੇ ਕੰਮ ਕਰਾ ਲੈ ਮੈਥੋਂ। ਤੂੰ ਇਹਦੇ ਤਾਂ ਬੜੀ ਖਿਚਾ ਓਏ, ਐਨੇ ਕੋ ਸਭ ਜੀਬ ਤੇ ਦਿਖਾ ਯਾਰ। ਮੈਂ ਨਿਕਲਾ ਘਟਾਰਾ, ਓਏ ਉਹ ਘਟਾਰਾ ਲੈ ਕੇ ਓਏ ਜਾ, ਚੜ ਜਾ ਚੜ ਜਾ, ਓਏ ਸਾਰੇ ਲੰਗੂਰ ਵੀ ਚੱਕਣੇ ਆ ਕੋ। ਆ ਕਾਲ ਦੀ ਹਰ ਉਹ ਸੋਹਣੀ ਥਾਂ ਨੂੰ ਸਲਾਮ, ਜਿੱਥੇ ਬੈਠ ਕੇ ਸਾਡੇ ਵਰਗੇ ਆਸ਼ਕਾਂ ਨੇ ਸੋਹਣੀਆਂ ਸੋਹਣੀਆਂ ਸੁੰਦਰੀਆਂ ਨੂੰ ਪ੍ਰਪੋਜ਼ ਕੀਤਾ। ਇਹਦਾ ਮਤਲਬ ਤੂੰ ਕਾਲੇ ਸਿਰਫ ਸਲਾਮ ਕਰਨ ਹੀ ਜਾਣਾ ਹੈ ਨਾ? ਵੱਡਾ ਆਸ਼ਕ ਪਰੇ ਹੋ, ਉੱਠ ਮੇਰੇ ਬੰਜੇ ਤੋਂ ਪਰੇ ਹੋ। ਅੱਛਾ ਮੈਂ ਚੱਲਿਆ ਬਾਹਰ 2 ਮਿੰਟ ਅੱਖਾਂ ਗਰਮ ਕਰਨ ਵਾਸਤੇ, ਫਟਾਫਟ ਆ ਜਾਓ ਤਿਆਰ ਹੋ ਕੇ। ਓ ਹੈਲੋ, ਓ ਹਾਂ, ਕੁਝ ਪਾ ਤੇ ਲੈ। ਪਾਈਆਂ ਤੇ ਆ ਚੱਪਲਾਂ। ਕੰਮ ਤੂੰ ਜੁੱਤੀਆਂ ਖਾਣ ਵਾਲਾ ਕੀਤਾ ਵੈਸੇ? ਜੁੱਤੀਆਂ ਮਾਰੇਗਾ? ਹਾਂ ਜੁੱਤੀਆਂ ਮਾਰੇ, ਇਹਨਾਂ ਚੱਪਲਾਂ ਦੇ ਉੱਤੋਂ ਕੁਝ ਪੈਣਾ, ਦੇਖੋ ਜ਼ਰਾ। ਉਹ ਤੁਹਾਡੀ ਭੈਣ ਦੀ ਹੁਣ ਕਿਤੇ ਉੱਤੋਂ ਝਾਂਜਰਾ ਨਾ ਬਾਲਵੀਂ। ਛੱਡੋ ਯਾਰ ਬਾਈ, ਕਿਵੇਂ ਲਾਈਨ ਲਾ ਕੇ ਖੜੇ ਆ? ਛੇਤੀ ਕਰੋ ਛੇਤੀ, ਅੱਗੇ ਹੋਰ ਵੀ ਮੰਡੀਰ ਬਿਠਾਣੀ ਹੈ। ਰੋਕੇ ਨੂੰ ਮੈਂ ਤੁਰਿਆ ਆਉਂਦਾ, ਬਲਟ ਮੁਕਰੇ ਮੰਗੂ। ਲਿਆਓ ਲਿਆਓ, ਇੱਧਰ ਲਿਆ ਮੇਰੇ ਕੋਲ, ਇੱਧਰ ਲੈ ਕੇ। ਆ ਗਈ ਹੈ ਜੀ ਫੰਡਾ ਜੀ। ਓਏ ਦਾਰੂ ਪੀਤੀ ਹੈ? ਨਹੀਂ ਜਨਾਬ ਜੀ। ਜਿੱਦਾਂ ਤੇ ਤੋ ਤੁਰਨੇ ਹੁੰਦਾ? ਨਹੀਂ ਜੀ। ਮੈਂ ਦੱਸਦਾ ਜੀ, ਇੱਕ ਮਿੰਟ ਜੀ, ਪਹਿਲਾਂ ਹੀ ਮੈਂ ਗੋਲੀਆਂ ਖਾਂਦੇ ਤੁਸੀਂ? ਗੋਲੀਆਂ ਖਾਂਦੇ ਤੁਸੀਂ?
सारे देश का तू सत्यानाश किया है। मैं ही माफ कर दूं जी। सर माफी दो पापी। अरे जनाब जी छोड़ो। चलो आप कुछ इतने करना जरा कंडे आए थे। रखो वही सड़क नाल बैठ दी। दसन हां जी गोलियां खाओगे मुड़ के? नहीं जी। दारू पियोगे? नहीं जी। हेलमेट पाओगे? नहीं जी। नहीं जी भजो तो मैं बनाऊं तेरा मोर तू खड़ जरा चल क्लियर जरा होए ता भजो तो आँख मेरी इल्दी ते ना मेरा बाज आज हाथ च हो रही है खाज ले बे मित्रो हुण नहीं किसे नु बख्शना चक दियो फट्टे जरा ओए बाज सिंह दा नाका लग गया ओ खड़ जा बे मित्रो ओ यार होगी बुरी ना सरकार ना दो है सर जी सरकार आगे तोड़े प्रीत ते हरपाल पर साडी तो डुल गई दाल है जी हाँ जी किधर दी तैयारी बस थोड़े दर्शन करना है दर्शन हो गए ना तो लाओ क्लास फिर जल्दी जल्दी माड़ी जी गल करनी सी सब ठीक तो है ना बाकी तो सब ठीक है जी बस जे भी थोड़ी जी उदास है माड़ी जी रौनक ला दी की करिए आजकल नवे बैच दी कुड़ियों ने कॉपी शॉपी पानी पैंदी है जी करो माड़ी जेब ढिली मैं तो मुछ ते मक्खी नहीं बैन दंदा सोनिया ते तू मेरी जेब दुआले पी 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 करन दिया होए वाह जी वाह क्या एक्टिंग कमाल पाकिस्तानी एक्टर दी पूरी नकल जी कमाल होगी बहुत अच्छा बढ़िया सी ना तोपे तोड़ते हाँ बढ़िया और की याद रखेगा आ ले फड़ अपने डिप्टी तो लुको के ले ऐसी आ तो फड़ो जी बाकी कॉलेज चला लागे ठीक है ठीक है चलो चलो चंगा करो बास सिंह दे राज चैश होए हैं तू जरा चरखड़ी फड़ चरखड़ी कित्थे है चलो मुंडे मोजो शुरू कर ला चल आराम ना खिची जरा चरखड़ी कित्थे अच्छा एक साल मेन छे तो मेरे खिंची जाने आइडिया ठीक है वैसे गुरु जिना दे टप्पणे ते चेले जान छड़प तुहानू तां मैं दसदा वड्डी आशकां नू इधर आ ए की हो रिहा सी बस ये गुड्डियां उड़ा रहे सी ਇਹ ਗੁੱਡੀਆਂ ਉਡਾ ਰਹੇ ਸੀ ਕਿ ਮੇਰੀ ਗੁੱਡੀ ਨਾ ਪੇਜੇ ਪਾ ਰਹੇ ਸੀ ਉਹ ਕਾਕਾ ਮੈਨੂੰ ਐਵੇਂ ਕਿਵੇਂ ਨਾ ਸਮਝਿਓ ਮੈਂ ਤਾਂ ਉੜਦੀ ਚਿੜੀ ਦੇ ਖੰਭ ਗਿਣ ਲੈਣਾ ਤਾਂ ਇਹ ਤੁਹਾਨੂੰ ਪ੍ਰੋਫੈਸਰ ਚਿੜਾ ਕਹਿੰਦੇ ਨੇ ਕੀ ਬਕਵਾਸ ਕਰਦਾ ਓਏ ਓਏ ਮੈਂ ਪ੍ਰੋਫੈਸਰ ਐਵੇਂ ਨਹੀਂ ਲੱਗਾ ਤੁਹਾਨੂੰ ਦੱਸ ਦਵਾਂ ਕਿਵੇਂ ਲੱਗਾ ਡੈਡੀ ਦੀ ਥਾਂ ਤੇ ਨੌਕਰੀ ਮਿਲੀ ਤਾਂ ਲੱਗਾ ਹਾਂ ਹਾਂ ਹੁਣ ਬਿੱਟਰ ਬਿੱਟਰ ਕੀ ਦੇਖਦੇ ਹੋ ਥੱਲੇ ਲਾਓ ਮੈਨੂੰ ਆਓ ਜੀ ਕਾਕਾ ਜੀ ਦੇਖੀ ਖੰਭ ਚਾ ਕੇ ਉੜਗੀ 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 ਡੰਗ ਨਾ ਤੜਾਲੀ ਮਿੱਤਰ ਪੈਨੇ ਜਿੱਡਾ ਪ੍ਰੋਫੈਸਰ ਹੈ ਪੰਗੇ ਲੈਂਦਾ ਡਰਾਈ ਫਾਈਲਰ जान पछाण जी करन आई सी जी नाम दसना दस दियो नहीं थोड़ी मर्जी क्यों जी गगनदीप ते तुहाडा साडा दोवां दा गगन मेरा ते दा दीप
ਤੇ ਹੋਰ ਕੁਝ ਵੀ ਦੱਸੀਏ। ਦੱਸੋ ਦੱਸੋ। 150 ਏਕੜ ਵਿੱਚ ਕਾਟਨ ਦੇ ਫਾਰਮ ਹੈ ਸਾਡੇ। ਤੇ ਤੁਹਾਡੇ ਵਰਗਿਆਂ ਨੂੰ ਅਸੀਂ ਆਪਣੇ ਫਾਰਮ ਤੇ ਨਾ ਸੀਰੀ ਵੀ ਨਹੀਂ ਰੱਖਦੇ ਆ। ਚਲੋ ਪਰੇ ਹਵਾ। ਓ ਹੈਲੋ। ਪਿੰਡੂ ਜੇ ਨਾ ਹੁਣ ਤਾਂ। ਓ ਰਹਿਣ ਦਿਓ ਕਦੇ ਪਿੰਡ ਆਇਓ। ਗੰਨੇ ਚੁਪਾ ਚੁਪਾ ਇੰਨੀਆਂ ਮਿੱਠੀਆਂ ਕਰ ਦਿਆਂਗੇ ਕੋਲੋਂ ਲੰਘਦੇ ਬੰਦੇ ਨੂੰ ਸ਼ੂਗਰ ਹੋ ਜੂ। ਵੱਡੀਆਂ ਯੈਂਕਣਾ। ਸ਼ਹਿਰਾਂ ਵਿੱਚ ਰਹਿਣ ਵਾਲੀਏ ਨੀ ਸ਼ਹਿਰਾਂ ਵਿੱਚ ਰਹਿਣ ਵਾਲੀਏ ਨੀ ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ ਤੇ ਕੁੜੀਆਂ ਤੂੰ ਜਲਦਾਰ ਦੀ ਤੇ ਕੁੜੀਆਂ ਤੂੰ ਜਲਦਾਰ ਦੀ ਨੀ ਜੱਟ ਅਸੀਂ ਵੀ ਮੁਰਬਿਆਂ ਵਾਲੇ ਨੀ ਸ਼ਹਿਰਾਂ ਵਿੱਚ ਰਹਿਣ ਵਾਲੀਏ ਨੀ ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ ਪਿੰਡ ਜੇ ਇਹ ਸਾਨੂੰ ਆਇਆ ਰਾਸਨਾ ਪਿੰਡਾਂ 'ਚ ਜਵਾਨੀ ਪੈਂਦੀ ਡੁੱਲ ਡੁੱਲਨੀ ਇੱਥੇ ਝੂਲਦੇ ਸਰੀਰ ਹੱਡੀਆਂ ਤੇ ਮਾਸਨਾ ਸੋਹਣੇ ਤੇ ਸੁਨੱਖੇ ਗੱਭਰੂ ਸੋਹਣੇ ਤੇ ਸੁਨੱਖੇ ਗੱਭਰੂ ਮਾਰੇ ਦੁੱਧ ਮੱਖਣਾ ਦੇ ਨਾਲ ਪਾਲੇ ਤੇ ਕੁੜੀਆਂ ਤੂੰ ਜਲਦਾਰ ਦੀ ਤੇ ਕੁੜੀਆਂ ਤੂੰ ਜਲਦਾਰ ਦੀ ਨੀ ਜੱਟ ਅਸੀਂ ਵੀ ਮੁਰੱਬਿਆਂ ਵਾਲੇ ਸ਼ਹਿਰਾਂ ਵਿੱਚ ਰਹਿਣ ਵਾਲੀਏ ਚੰਡੀਗੜ੍ਹ ਰਹਿਣ ਵਾਲੀਏ ਨੀ ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ ਸ਼ਹਿਰਾਂ ਵਿੱਚ ਰਹਿਣ ਵਾਲੀਏ ਓਏ ਆ ਚੱਕ ਮੇਰੀ ਪਾਨ ਦੀ ਬੇਗੀ ਲਾਗੀ ਸੀਪ ਬਈ ਅਮਲੀ ਆਪਣਾ ਪਤਾ ਨਹੀਂ ਉਹ ਛੱਡਦਾ ਉਹ ਮੰਨ ਗਏ ਅਮਲੀਆ ਔਰ ਕਿੱਦਾਂ ਬਈ ਫਿਰ ਬੈਠੀਆ ਚਲਾ ਚੌਂਕੜੀ ਸਰਪੰਚ ਸਾਹਿਬ ਆ ਗਏ ਹੁਣ ਆਓ ਸੀਪ ਖੇਡਣ ਦਾ ਮਜ਼ਾ ਪਰ ਤੂੰ ਚੱਲ ਯਾਰ ਸਤਿ ਸ੍ਰੀ ਅਕਾਲ ਬਈ ਕਾਪੀ ਟੂ ਆਲ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਜੀ ਵਧੀਆ ਠੀਕ ਹੈ ਜੀ ਠੀਕ ਹੈ ਆ ਲਓ ਸਰਪੰਚ ਸਾਹਿਬ ਫੜੋ ਪੱਤੇ ਖੇਡੋ ਸੀਪ ਹੁਣ ਓਏ ਕਮਲਿਆ ਵਿਆਹੇ ਬਰੇ ਬੰਦੇ ਨੂੰ ਸੀਪ ਨਹੀਂ ਖੇਡਣੀ ਚਾਹੀਦੀ ਨਾ ਭਲਾ ਕਿਉਂ ਕਹਿੰਦੇ ਆ ਜਦੋਂ ਬੇਗਮ ਹੱਥੋਂ ਨਿਕਲਦੀ ਆ ਇੱਕ ਵਾਰੀ ਤਾਂ ਕਾਲਜੋਂ ਧੂਹ ਪੈ ਜਾਂਦੀ ਆ ਓਏ ਸਰਪੰਚ ਸਾਹਿਬ ਉਹ ਬਾਦਸ਼ਾਹ ਕਾਇਮ ਹੋਣਾ ਚਾਹੀਦਾ ਬੇਗਮਾ ਗੋਲੇ ਤਾਂ ਮਗਰ ਮਗਰ ਤੁਰੇ ਫਿਰਦੇ ਨੇ ਆ ਦੇਖਦਾ ਕੀ ਹੈ ਸਿੱਟ ਪੱਤਾ ਬਈ ਇਹਦੇ ਚ ਕੋਈ ਸ਼ੱਕ ਨਹੀਂ ਆਪਣਾ ਜਾਗਰ ਤਾਸ਼ ਵਿੱਚ ਪੂਰਾ ਮਾਹਰ ਹੈ ਓ ਤਾਸ਼ ਖੇਡਣ ਦੀ ਮਾਹਰ ਆ ਕੌਡੀ ਖੇਡਣ ਜੋਗਾ ਤਾਂ ਆਪਣਾ ਸਰੀਰ ਹੀ ਹੈ ਬਈ 40 ਸਾਲ ਤਾਂ ਮੈਨੂੰ ਹੋ ਗਏ ਵੇਖਦੇ ਨੂੰ ਪਿਓ ਦਾ ਪੁੱਤ ਸਿਰਫ ਦੋ ਕੰਮਾਂ ਚ ਯੋਧਾ ਕਿਹੜੇ ਕਿਹੜੇ ਇੱਕ ਸੀਪ ਲਾਉਣ ਚ ਤੇ ਦੂਜਾ ਮਾਵਾ ਲਾਉਣ ਚ ਜਾਣ ਦੋ ਓ ਬਾਈ ਅਫੀਮ ਤਾਂ ਇੰਨਾ ਚੰਦਰਾ ਨਸ਼ਾ ਹੈ ਇਹ ਤਾਂ ਕਿਸੇ ਦੁਸ਼ਮਣ ਨੂੰ ਵੀ ਨਾ ਲੱਗੇ ਕੌਣ ਕਹਿੰਦਾ ਫੀਮ ਚੰਦਰਾ ਨਸ਼ਾ ਓ ਫੀਮ ਤਾਂ ਬੜਾ ਚਾਹੀ ਨਸ਼ਾ ਹੈ ਓ ਫੀਮ ਖਾਣ ਵਾਲਾ ਬੰਦਾ ਨਾ ਥਾਂ ਥਾਂ ਥੁੱਕੇ ਨਾ ਮੁਸ਼ਕ ਮਾਰੇ ਨਾ ਧੂਆਂ ਛੱਡੇ ਭਈ ਸੱਚੋ ਸੱਚ ਦੱਸ ਜਾਗਰਾ ਹੁਣ ਤੱਕ ਕਿੰਨੇ ਤੋਲੇ ਫੀਮ ਖਾ ਗਿਆ ਹੋਏਗਾ ਤੋਲਿਆਂ ਤੂਲਿਆਂ ਦਾ ਹਿਸਾਬ ਤਾਂ ਮੈਨੂੰ ਪਤਾ ਨਹੀਂ ਕਿੱਲਾ ਤਾਂ ਖਾਈ ਗਿਆ ਹੋਊਗਾ ਓਏ ਬਚਾਲਾ ਬਚਾਲਾ ਜਾਗਰਾ ਜੇ ਜ਼ਮੀਨ ਬਚਦੀ ਆ ਤੇਰੇ ਕੰਮ ਆਊਗੀ ਹੁਣ ਥਈ ਵੀ ਤਾਂ ਮੇਰੀ ਕੰਮ ਆਈ ਹੈ ਸਰਪੰਚ ਸਾਹਿਬ ਇਹ ਮੋਹ ਮਾਇਆ ਇਹ ਜਾਇਦਾਦ ਇਹ ਜ਼ਮੀਨ ਕਿਤੇ ਨਾਲ ਜਾਣੀ ਹੈ ਪਰ ਜਿੱਦਾਂ ਦੀਆਂ ਤੇਰੀਆਂ ਆਦਤਾਂ ਨੇ ਪਤੰਦਰਾ ਛੱਡ ਕੇ ਤਾਂ ਇੱਥੇ ਵੀ ਜਾਣੀ ਬਰਾੜ ਸਾਹਿਬ ਆ ਪ੍ਰਾਪਰਟੀ ਦੇ ਰੇਟਾਂ 'ਚ ਕੁਛ ਆਈ ਤੇਜੀ ਉਹ ਵਾਹੀ ਕਰੀ ਚੱਲੋ ਦਾਲ ਫੁਲਕਾ ਛਕੀ ਚੱਲੋ ਜੇ ਪੈਲੀ ਨੂੰ ਵੇਚਣ ਦੇ ਚੱਕਰਾਂ 'ਚ ਪੈ ਗਏ ਨਾ ਤਾਂ ਸਮਝ ਲਓ ਆਪਣੇ ਸਾਰਿਆਂ ਦਾ ਭਵਿੱਖ ਖਤਰੇ ਤੋਂ ਬਾਹਰ ਨਹੀਂ ਨਾ ਤੁਹਾਡਾ ਕੀ ਖਿਆਲ ਹੈ ਜੇ ਜੱਟ ਨੇ ਜ਼ਮੀਨ ਹੀ ਵੇਚਤੀ ਫਿਰ ਉਹਦਾ ਪਿੱਛੇ ਕੀ ਰਹਿ ਗਿਆ ਪਿੱਛੇ ਰਹਿ ਗਿਆ ਜਾਗਰ ਤੇ ਜਾਗਰ ਪੱਲੇ ਕੀ ਆ ਜਾਗਰ ਪੱਲੇ ਵੋਟ ਤੇ ਮੇਰਾ ਵੋਟ ਸਰਪੰਚ ਲਈ ਪੱਕਾ ਓ ਰੱਬ ਦਾ ਵਾਸਤਾ ਮੈਂ ਤੁਹਾਡੇ ਅਮਲੀਆਂ ਦਾ ਸਰਪੰਚ ਨਹੀਂ ਬਣਨਾ ਮੈਂ ਸਾਬਕਾ ਸਰਪੰਚ ਹੀ ਠੀਕ ਆ ਓਏ ਅਮਲੀ ਤਾਂ ਉਹੀ ਬਦਨਾਮ ਹੈ ਐ ਕਿਉਂ ਨਹੀਂ ਕਹਿੰਦਾ ਕਿ ਭਰਜਾਈ ਨਹੀਂ ਬਣਨ ਦਿੰਦੀ ਸਰਪੰਚ ਬਈ ਗੱਲ ਤਾਂ ਤੁਹਾਡੀ ਠੀਕ ਹੈ ਲਾਡਲੀ ਔਲਾਦ ਤੇ ਸੋਹਣੀ ਜਨਾਨੀ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ ਇੱਥੋਂ ਤੱਕ
ਕਿ ਸਰਪੰਚੀ ਵੀ ਛੜਵਾਉਂਦਾ। ਸਾਇਲੈਂਸ ਸਾਇਲੈਂਸ ਸਾਇਲੈਂਸ। ਬਸ ਹੁਣ ਬਹੁਤ ਐਂਟਰਟੇਨਮੈਂਟ ਹੋ ਗਈ, ਹੁਣ ਕੁਝ ਪੜ੍ਹਾਈ ਦੀ ਵੀ ਗੱਲ ਕਰਦੇ ਹਾਂ, ਠੀਕ ਹੈ? ਉਹ ਮੈਡਮ ਜੀ ਮੈਂ ਤਾਂ ਕਹਿੰਦਾ ਪੜ੍ਹਾਈ ਪੜ੍ਹੂਈ ਤਾਂ ਚੱਲਦੀ ਰਹੂ, ਆਪਾਂ ਕਿਉਂ ਨਾ ਅੱਜ ਫਾਨੀ ਕੈਰੀ ਫਰਫੜ ਕਰ ਲਈਏ। ਹਾਂ ਹਾਂ ਮੈਡਮ ਫਨ ਕਰਦੇ ਆ ਫਨ। ਮੈਂ ਤੁਹਾਡੇ ਵਰਗੇ ਨਲੈਕਾਂ ਵਾਸਤੇ ਨਹੀਂ ਕਹਿ ਰਹੀ, ਮੈਂ ਬਾਕੀਆਂ ਦੀ ਗੱਲ ਕਰਦੀ ਪਈ ਹਾਂ। ਕੀ ਫਰਕ ਪੈਂਦਾ ਮੈਡਮ ਜੀ, ਪੜ੍ਹ ਕੇ ਕਿਹੜਾ ਅਸੀਂ ਜੱਜ ਲੱਗਣਾ ਜੀ? ਠੀਕ ਹੈ ਜੱਜ ਨਹੀਂ ਬਣਨਾ, ਲੇਕਿਨ ਪੜ੍ਹ ਲਿਖ ਕੇ ਤੁਸੀਂ ਅੱਛਾ ਇਨਸਾਨ ਤੇ ਬਣ ਸਕਦੇ ਹੋ। ਮੈਡਮ ਜੀ ਚੰਗਾ ਇਨਸਾਨ ਪੜ੍ਹਾਈ ਨਾਲ ਨਹੀਂ ਬਣਦਾ, ਪੈਸੇ ਨਾਲ ਬਣਦਾ। ਹੂਸ ਦਿਸ ਇਡੀਅਟ, ਮੈਂ ਮਾਂ ਦੇਖੋ ਪੇਂਡੂ ਜੇ ਹਰ ਪੀਰੀਅਡ 'ਚ ਇਹੀ ਹਰਕਤਾਂ ਕਰਦੇ ਰਹਿੰਦੇ ਨੇ। ਬਿਹੇਵ ਯੋਰਸੈਲਫ। ਓ ਜਾ ਜੀ ਮਾਰਿਆ ਕਿਹੜਾ ਤੇਰੇ ਪਾਤੀ ਖਿੱਚ ਕੇ ਮਾਰਿਆ। ਐਨੀਵੇਜ਼ ਵਾਟ ਇਜ਼ ਪਾਤੀ? ਆਈ ਵੱਡੀ ਅੰਗਰੇਜ਼ਣ। ਮੈਡਮ ਜੀ ਜੇ ਪਾਤੀ ਹੁੰਦੀ ਹੈ ਨਾ ਜੀ, ਉਹ ਸਾਡੇ ਪਿੰਡਾਂ ਦੇ ਵਿੱਚ ਡੰਗਰਾਂ ਕੇ ਮਟੀਰੀਅਲ ਸੇ ਬਣਦੀ ਹੈ। ਮੈਂ ਮਾਂ ਵੇਖੋ ਸਿਰੇ ਦੇ ਪੇਂਡੂ ਕਿਸੇ ਥਾਂ ਦੇ। ਉਹ ਜਾਣਦੇ ਵੱਡੇ ਸ਼ਹਿਰੀਆਂ ਨੂੰ, ਸਾਡੇ ਪਿੰਡਾਂ ਚੋਂ ਗੰਨਿਆਂ ਦੀਆਂ ਲੱਦ ਲੱਦ ਟਰਾਲੀਆਂ ਜਦੋਂ ਤੁਹਾਡੇ ਸ਼ਹਿਰਾਂ ਚੋਂ ਨਿਕਲਦੀਆਂ ਨਾ, ਸਾਰਾ ਸਾਰਾ ਟੱਬਰ ਲਮਕ ਲਮਕ ਕੇ ਗੰਨੇ ਖਿੱਚਦੇ ਹੋ, ਤੇ ਤੁਹਾਡੇ ਛੋਟੇ ਛੋਟੇ ਜਵਾਕ ਕਹਿੰਦੇ ਆ ਪਾਪਾ ਕੱਲ ਕੇ ਲਈ ਵੀ ਖਿੱਚੋ ਨਾ, ਕੱਲ ਕੇ ਲਈ ਵੀ ਖਿੱਚੋ ਨਾ। ਚਲੋ ਛੱਡੋ ਮੈਮ, ਤੁਸੀਂ ਦੱਸੋ ਤੁਸੀਂ ਪਿੰਡੂਆਂ ਵੱਲ ਹੈ ਜਾਂ ਸ਼ਹਿਰੀਆਂ ਵੱਲ? ਹਾਂਜੀ ਦੱਸੋ। ਦੇਖੋ ਬਈ ਮੇਰੀ ਵੋਟ ਦੋਵਾਂ ਪਾਸੇ ਹੈ। ਨਾਲੇ ਮੈਮ ਇਹ ਤੇ ਆਪਣੀ ਆਪਣੀ ਚੋਇਸ ਹੈ, ਕਈਆਂ ਨੂੰ ਪਿੰਡ ਪਸੰਦ ਨੇ ਤੇ ਕਈਆਂ ਨੂੰ ਸ਼ਹਿਰ। ਵੈਸੇ ਅਰਜ਼ ਕੀਤਾ ਹੈ, ਅਰਜ਼ ਕੀਤਾ ਹੈ ਕਿ ਪਿੰਡਾਂ ਨਾਲ ਹੀ ਸ਼ਹਿਰਾਂ ਦੀ ਟੌਰ ਹੈ। ਵਾਹ, ਪਿੰਡਾਂ ਨਾਲ ਹੀ ਸ਼ਹਿਰਾਂ ਦੀ ਟੌਰ ਹੈ, ਅਜ਼ਮਾ ਕੇ ਵੇਖ ਲੋ, ਦੋਵਾਂ ਦੀ ਆਪਣੀ ਆਪਣੀ ਲੋੜ ਹੈ। ਓ ਬਹਿ ਜਾ ਵੱਡੀ ਸਤਿੰਦਰ ਸੱਤੀ। ਦੇਖੋ ਬਈ ਇੱਕ ਗੱਲ ਤੇ ਹੈ, ਸ਼ਹਿਰਾਂ ਨਾਲੋਂ ਪਿੰਡਾਂ ਦਾ ਜਿਹੜਾ ਵਾਤਾਵਰਣ ਹੈ ਉਹ ਬੜਾ ਖੁੱਲਾ ਤੇ ਸਵੱਛ ਹੁੰਦਾ ਹੈ, ਹੈ ਨਾ? ਹੋਰ ਕੀ ਮੈਡਮ, ਅੱਜ ਸ਼ਹਿਰੀ ਤੇ ਨਹਾਸਾ ਪੂੰਝ ਕੇ ਤੇ ਰੁਮਾਲ ਜੇਬ 'ਚ ਪਾ ਲੈਂਦੇ ਆ। ਵੈਰੀ ਨਾਈਸ। ਇਹ ਸਾਡੇ ਮੈਨਰਸ ਨੇ, ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿੱਥੇ ਕੀ ਕਰਨਾ ਹੁੰਦਾ। ਨਾਲੇ ਅਸੀਂ ਤਾਂ ਪਿੰਡੂ ਸਿੱਧੇ ਸਾਦੇ ਕੱਪੜੇ ਪਾਉਂਦੇ ਆ ਤੇ ਸ਼ਹਿਰੀ ਸਾਰਾ ਧਿਆਨ ਕੱਪੜਿਆਂ 'ਚ ਲਾਉਂਦੇ ਆ। ਆਹੋ ਸਿੱਧੇ ਸਾਦੇ ਲੋਕ ਇੱਕੋ ਹੀ ਕੁੜਤੇ ਵਿੱਚ ਪੂਰਾ ਮਹੀਨਾ ਲੰਘਾ ਦਿੰਦੇ ਹੋ ਤੇ ਇਹਨਾਂ ਦੇ ਇੱਕ ਮਹੀਨੇ ਦੇ ਕੱਪੜੇ ਇੱਕੋ ਹੀ ਬੈਗ 'ਚ ਆ ਜਾਂਦੇ ਨੇ। ਨਾਲੇ ਮੈਮ ਕੱਪੜਿਆਂ ਨਾਲ ਕੋਈ ਬੰਦਾ ਪਿੰਡੂ ਜਾਂ ਸ਼ਹਿਰੀ ਥੋੜੀ ਹੁੰਦਾ, ਦਿਲ ਨਾਲ ਹੁੰਦਾ। ਲੈ ਦਿਲ ਨੂੰ ਕਹਾਂ ਇਹ ਸੰਗਮ ਸਿਨੇਮਾ ਜਿਹੜਾ ਟਿਕਟ ਲੈ ਕੇ ਅੰਦਰ ਵੜ ਜਾਣਾ। ਬੋਲੀ ਜਾ, ਟਿਕਟ ਲੈ ਕੇ ਦਿਲ ਵਿੱਚ ਵੜਿਆ ਨਹੀਂ ਜਾਂਦਾ। ਅੱਛਾ ਤੇ ਤੁਸੀਂ ਦੱਸ ਦਿਓ ਦਿਲ 'ਚ ਕਿੱਦਾਂ ਵੜਿਆ ਜਾਂਦਾ? ਚਲੋ ਚਲੋ ਹੁਣ ਬਹੁਤ ਗੱਲਾਂ ਹੋ ਗਈਆਂ, ਹੁਣ ਕੱਲ ਅਸੀਂ ਪੜ੍ਹਾਈ ਕਰਾਂਗੇ, ਠੀਕ ਹੈ? ਪਕਾਈ ਦੀ। ਓਕੇ ਚਲੋ। ਯਾਰ ਇੱਕ ਗੱਲ ਤਾਂ ਹੈ, ਜੇ ਕਾਲਜਾਂ 'ਚ ਕੰਟੀਨ ਨਾ ਹੁੰਦੀ ਤਾਂ ਨਜ਼ਾਰੇ ਨਾ ਹੁੰਦੇ, ਜੇ ਤੁਹਾਡੀ ਬੁੜੀ ਤੁਹਾਡੇ ਬੁੜੀ ਰਿਸਪੌਂਸ ਨਾ ਦਿੰਦੀ ਤੁਸੀਂ ਸਾਰੇ ਨਾ ਹੁੰਦੇ। ਬਈ ਹਾਸੇ ਦੀ ਗੱਲ ਹਾਸੇ 'ਚ ਰਹੀ, ਬਈ ਬੰਦਾ ਜ਼ਿੰਦਗੀ 'ਚ ਮੈਸ ਦੇ ਪਰਾਂਠੇ ਤੇ ਕੰਟੀਨ ਦੇ ਸਮੋਸੇ ਉਮਰ ਭਰ ਨਹੀਂ ਭੁੱਲਦਾ। ਆ ਘੋੜਿਆ ਤੂੰ ਬਹੁਤ ਵਧੀਆ ਹਿਣਕਿਆ, ਬਲਕਿ ਲੱਖ ਰੁਪਏ ਦਾ ਹਿਣਕਿਆ। ਦੇਖੀ ਕਿਤੇ ਲਿਦਨਾ ਕਰਦੀ। ਅਰੇ ਲੱਖਾਂ ਕਰੋੜਾਂ ਕਿਤੋਂ ਬਾਤਾਂ ਕਰ ਰਹੇ ਹੋ? ਆ ਬਚਤੀ ਪੇਮੈਂਟ ਹਮਰਾ ਵੀ ਦੇ ਦਿਓ। 1250 ਤੋਂ ਹੈ ਉਹ ਦੇ ਦਿਆਂਗੇ ਤੇਰਾ 1250। ਸਾਲਿਆ ਚਾਹ ਪਿਉਂਦਾ ਰਿਹਾ ਸਾਨੂੰ, ਕਿਤੇ ਕੁਕੜੀਆਂ ਵੱਡ ਵੱਡ ਕੇ ਤੇ ਨਹੀਂ ਖਵਾਉਂਦਾ ਰਿਹਾ। ਅਕੇਲੇ ਕਿਵੇਂ ਲਾਏ ਆ? 60 ਰੁਪਏ ਦਰਜਨ ਲਗਾਏ ਹੈ। ਉਹ ਸਾਲਿਆ ਭਾਅ ਨਹੀਂ ਪੁੱਛਿਆ ਤੈਨੂੰ, ਸਿੱਧੇ ਕਰਕੇ ਲਾ, ਕਿਵੇਂ ਵਿੰਗੇ ਟੇਢੇ ਲਾਏ ਆ। ਤੇਰੇ ਦੰਦ ਨੂੰ ਕੀ ਹੋਇਆ, ਕਿਵੇਂ ਨੀਲਾ ਨੀਲਾ ਕੀਤਾ? ਉਹ ਤੈਨੂੰ ਨੀ ਪਤਾ ਰਿਹਾ ਨਾ ਪੇਂਡੂ ਦਾ ਪੇਂਡੂ, ਉਹ ਅੱਜ ਕੱਲ ਬਲੂਟੁੱਥ ਦਾ ਜ਼ਮਾਨਾ ਹੈ। ਯਾਰ ਇੱਥੇ ਖੱਪ ਖਾਨਾ ਕੁਛ ਜ਼ਿਆਦਾ ਹੀ ਹੈ, ਆਪਾਂ ਬਾਹਰ ਰੌਂਡੀ ਮਾਰਨ ਚੱਲੀਏ। ਯਾਰ ਭਾਈ ਹਾਂ, ਹੋਰ ਗੱਲਾਂ ਦੀਆਂ ਗੱਲਾਂ ਹੈਗੀ, ਆਪਾਂ ਪੱਕੇ ਫੁਕਰੇ ਨਾ, ਆ ਲੋਕੀ ਵੀ ਕਹਿੰਦੇ ਹੋਣਗੇ ਲੰਡੀ ਜੀਪ ਥੱਲੇ ਤੇ ਕਾਕੇ ਹਵਾ ਕਰ ਚੱਲ। ਉਹ ਗੱਲ ਤਾਂ ਤੇਰੀ ਠੀਕ ਹੈ, ਪਰ ਹੁਣ ਉਹ ਜ਼ਮਾਨੇ ਨਹੀਂ ਰਹੇ। ਓਏ ਉਹ ਕਿਹੜੇ? ਜਿਹੜੇ ਆਪਾਂ ਦੇਖੇ ਹੀ ਨਹੀਂ। ਯਾਰ ਮੈਂ ਕਹਿੰਦਾ ਵੀ ਆਪਾਂ ਕੋਈ ਕੰਮ ਧੰਦਾ ਨਾ ਸ਼ੁਰੂ ਕਰੀਏ,
ਨਸਾਲਿਆ ਕਾਲਜ ਆਉਣਾ ਕੋਈ ਕੰਮ ਨਹੀਂ ਹੋਰ ਪ੍ਰਿੰਸੀਪਲ ਨਾਲ ਰਲ ਕੇ ਸਾਂਝਾ ਟਰਾਲਾ ਪਾ ਲਈਏ ਸੱਚੀ ਯਾਰ ਇਹ ਸਾਰੀ ਟੈਨਸ਼ਨ ਆਪਾਂ ਮੁੰਡਿਆਂ ਨੂੰ ਹੁੰਦੀਆਂ ਨੇ ਕੁੜੀਆਂ ਤਾਂ ਮੌਜਾਂ ਹੀ ਨੇ ਆ ਡਾਕਟਰ ਨਾਲ ਵਿਆਹ ਕਰਾਇਆ ਡਾਕਟਰ ਨਹੀਂ ਮਾਸਟਰ ਨਾਲ ਵਿਆਹ ਕਰਾਇਆ ਮਾਸਟਰ ਨਹੀਂ ਥਾਣੇਦਾਰ ਨਾਲ ਵਿਆਹ ਕਰਾਇਆ ਥਾਣੇਦਾਰ ਨਹੀਂ ਚੱਡੇ ਨਾਲ ਵਿਆਹ ਕਰਾਇਆ ਦੇਖੀ ਮਿਸਿਸ ਚੱਡਾ ਯਾਰ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਹੈ ਉਹ ਯਾਰ ਸਕੀਮ ਕੋਈ ਚੱਜ ਦੀ ਦਵੀਂ ਛਿੱਤਰ ਖਾਣ ਵਾਲੀ ਸਕੀਮ ਨਾ ਦਵੀਂ ਜਿਹੜੀਆਂ ਕੁੜੀਆਂ ਆਪਾਂ ਨੂੰ ਸਵੇਰੇ ਮਿਲੀਆਂ ਸੀ ਕਿਉਂ ਨਾ ਆਪਾਂ ਉਹਨਾਂ ਨੂੰ ਫਸਾ ਲਈਏ ਹਾਂ ਯਾਰ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਓਏ ਲੈ ਮੈਂ ਇੱਕ ਮਿੰਟ ਚ ਆਇਆ ਨਹੀਂ ਨਹੀਂ ਵੱਡਾ ਕੌਣ ਛੋਟਾ ਕੌਣ ਵੱਡਾ ਕੌਣ ਛੋਟਾ ਕੌਣ ਜੇ ਗੱਲ ਹੈ ਤਾਂ ਵੱਡਾ ਤਾਂ ਮੈਂ ਹੀ ਓ ਯਾਰ ਅਸੀਂ ਬਜ਼ੁਰਗਾਂ ਦੀ ਗੱਲ ਨਹੀਂ ਕਰ ਰਹੇ ਨਾਲੇ ਯਾਰ ਤੂੰ ਕੀ ਐਵੇਂ ਵੱਡਾ ਵੱਡਾ ਕਹਿ ਕੇ ਆਪਣੇ ਸਾਰੇ ਕੰਮ ਕਰਦਾ ਰਹਿਣਾ ਅੱਛਾ ਭੁੱਲ ਗਿਆ ਮੇਰੀਆਂ ਕੁਰਬਾਨੀਆਂ ਨੂੰ ਕਿਹੜੀਆਂ ਕੁਰਬਾਨੀਆਂ ਯਾਦ ਨਹੀਂ ਤੈਨੂੰ ਭਈਏ ਦੀ ਜਨਾਨੀ ਛੇੜਿਆ ਤੂੰ ਸਾਲਿਆ ਬਾਪੂ ਤੋਂ ਬੋਲਦੀਆਂ ਮੈਂ ਪਟਾਈਆਂ ਇੱਥੋਂ ਤੱਕ ਕਿ ਬੇਬੇ ਤੋਂ ਵੀ ਛਿੱਤਰ ਖਾਦੇ ਸਾਲਿਆ ਤੂੰ ਦੂਜੀ ਕਲਾਸ 'ਚ ਪੜ੍ਹਦਾ ਸੀ ਮੈਂ ਚੌਥੀ ਕਲਾਸ 'ਚ ਪੜ੍ਹਦਾ ਸੀ ਦੋ ਸਾਲ ਤੇਰੇ ਲਈ ਫੇਲ ਹੋ ਕੇ ਮੈਂ ਤੈਨੂੰ ਨਾਲ ਲਾਇਆ ਬਸ ਯਾਰ ਹੁਣ ਨੂੰ ਆਏਗਾ ਕੋਈ ਨਹੀਂ ਦੂਜਾ ਯਾਰ ਆਤਮ ਮੇਰੀ ਵਾਲੀ ਤੁਰਿਆ ਦਾ ਬੜੀ ਸ਼ੰਕਣ ਜੀ ਹੈ ਯਾਰ ਕਿਤੇ ਅੰਗਰੇਜ਼ੀ 'ਚ ਨਾ ਸ਼ੁਰੂ ਹੋ ਜਾਵੇ ਕਰੀ ਕੀ ਜਾਂਦਾ ਹੈ ਹੈਂ ਮੇਰੇ ਦੁਆਰ ਕਿਉਂ ਘੁੰਮੀ ਜਾਂਦਾ ਲੈ ਕੀ ਹੋਇਆ ਜਾ ਨਾ ਉਹ ਜਾਣਾ ਯਾਰ ਉਹ ਤਾਂ ਜਾ ਉਹ ਥੋੜੇ ਸਟਾਈਲ ਨਾਲ ਜਾਊਂ ਯਾਰ ਐਕਸਕਿਊਜ਼ ਪੰਜਾਬੀ ਚ ਗੱਲ ਕਰਦਾ ਯਾਰ ਮੈਡਮ ਪਛਾਣਿਆ ਮੈਨੂੰ ਨੋ ਹੂ ਆਰ ਯੂ ਹਾਂਜੀ ਕੌਣ ਹੋ ਤੁਸੀਂ ਮੈਂ ਹੁਣੇ ਤੇ ਗੇੜੀ ਕੱਢ ਕੇ ਗਿਆ ਜੀ ਆਈ ਡਿਡਨਟ ਰੈਕਗਨਾਈਜ਼ ਯੂ ਮੈਡਮ ਕਿਉਂ ਅੰਗਰੇਜ਼ੀ ਨੂੰ ਤੰਗ ਕਰਨ ਡੇ ਜੇ ਪੰਜਾਬੀ 'ਚ ਗੱਲ ਕਰ ਲਓ ਤਾਂ ਓਏ ਹੋਏ 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 ਪੰਜਾਬੀ 'ਚ ਹੱਸਦੇ ਇੰਨੇ ਸੋਹਣੇ ਲੱਗਦੇ ਹੋ ਨਾ ਹੱਸੀ ਹੋਏ ਮੈਡਮ ਮੇਰੇ ਮੰਮੀ ਕਹਿੰਦੇ ਨੇ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੁਛ ਮਿੱਠਾ ਹੋ ਜਾਏ ਕਿਉਂ ਓਏ ਆ ਕੀ ਹਾਂ ਕੀ ਕੋਈ ਨੀ ਜਿਹੜੀ ਇਹ ਹਾਕੀ ਦਿਖਾ ਰਿਹਾ ਇਹ ਹਾਕੀ ਇਸ ਨੂੰ ਚੁੱਕ ਕੇ ਲੈ ਕੇ ਜਾਏਗੀ ਆਪਾਂ ਯਾਰ ਕੁਛ ਨਹੀਂ ਕਿਹਾ ਉਹਨੂੰ ਕੋਈ ਨਾ ਕੋਈ ਨਾ ਇਹ ਚੰਡੀਗੜ੍ਹ ਸ਼ਹਿਰ ਹੈ ਇੱਥੇ ਜਿੰਨੀ ਵਧੀਆ ਗੱਡੀ ਓਨੀ ਵਧੀਆ ਨੱਡੀ ਕਿਉਂ ਸਾਲਾ ਡੁੱਡੀ ਕਾਰ ਯਾਰ ਗੱਲ ਤਾਂ ਠੀਕ ਹੈ ਗਿਆ ਹਾਂ ਯਾਰ ਪਰ ਗੱਡੀ ਕਿੱਥੋਂ ਆਊ ਘਬਰਾਉਂਦੇ ਕਿਉਂ ਬਈ ਦੇਖੋ ਤੁਹਾਡੀ ਇਹ ਜ਼ਮੀਨ ਆ ਗਈ ਕਲੋਨੀ ਦੇ ਵਿੱਚ ਕਿੱਲਾ ਵੇਚੋ ਗੱਡੀਆਂ ਭਾਵੇਂ ਦੱਸ ਲੈ ਲਓ ਕਿੱਲਾ ਵੇਚਣ ਕੌਣ ਦਊ ਮੰਮੀ ਦੇਖ ਵੀਰੇ ਆਪਣੀ ਵਿਚਾਰੀ ਮਾਂ ਕਿੰਨੇ ਕੰਮ ਕਰਦੀ ਹੈ ਹੋਰ ਯਾਰ ਸਵੇਰੇ ਤੜਕੇ 4 ਵਜੇ ਉੱਠ ਪੈਂਦੀ ਹੈ ਧਾਰਾਂ ਚੋ ਦੁੱਧ ਰਿੜਕ ਗੋਹਾ ਕੂੜਾ ਝਾੜੂ ਪੋਚਾ ਰੋਟੀ ਟੁੱਕ ਕਿਹੜਾ ਕਿਹੜਾ ਕੰਮ ਨਹੀਂ ਕਰਾਉਂਦੇ ਅਸੀਂ ਆਪਣੀ ਮਾਂ ਤੋਂ ਮੈਨੂੰ ਤਾਂ ਹੁਣ ਸ਼ਰਮ ਆਉਂਦੀ ਹੈ ਮੇਰਾ ਤਾਂ ਦਿਲ ਕਰਦਾ ਹਰਪਾਲ ਤੂੰ ਚੱਪਣੀ 'ਚ ਨੱਕ ਡੁੱਬ ਕੇ ਮਰ ਜਾਵੇ ਹਾਏ ਕੀ ਕਹਿ ਰਹੇ ਜੇ ਮੈਂ ਕੰਮ ਨਹੀਂ ਕਰੂੰਗੀ ਤਾਂ ਕੀ ਬਰਾਰ ਸਾਹਿਬ ਕਰੂਗੇ ਵੈਸੇ ਵੀ ਚੁੱਲਾ ਚੌਕਾ ਤਾਂ ਹਰ ਜਨਾਨੀ ਨੂੰ ਕਰਨਾ ਪੈਂਦਾ ਬਸ ਮਾਤਾ ਅੱਜ ਤੋਂ ਬਾਅਦ ਤੂੰ ਆ ਕੋਈ ਕੰਮ ਨਹੀਂ ਕਰੇਂਗੀ ਹਾਏ ਤੂੰ ਕਰੂੰਗਾ ਵੀਰੇ ਤੂੰ ਕਰੂੰਗਾ ਮਾਤਾ ਅਸੀਂ ਤਾਂ ਚਾਹੁੰਦੇ ਹਾਂ ਕਿ ਤੇਰੇ ਕੋਲ ਵੱਡੀ ਸਾਰੀ ਗੱਡੀ ਹੋਵੇ ਉਸ ਗੱਡੀ 'ਚ ਬੈਠ ਕੇ ਤੂੰ ਬਿਊਟੀ ਪਾਰਲਰ ਜਾਵੇਂ ਉੱਥੇ ਲਿਪਸਟਿਕ ਪਾਊਡਰ ਸੋਹਣੀ ਬਣ ਕੇ ਪਾਰਸ ਵਾਲਿਆਂ ਦੇ ਸ਼ੋਰੂਮ ਜਾਵੇਂ ਨਵੇਂ ਨਵੇਂ ਮਹਿੰਗੇ ਮਹਿੰਗੇ ਸੂਟ ਖਰੀਦੇ ਗਹਿਣਾ ਗੱਟਾ ਖਰੀਦ ਕੇ ਲਿਆਵੇਂ ਆਪਣੇ ਗਲ 'ਚ ਪਾਵੇਂ ਤੇ ਕਿੰਨੀ ਸੋਹਣੀ ਲੱਗੇ ਜਦੋਂ ਤੂੰ ਥੱਕ ਕੇ ਵਾਪਸ ਆਵੇਂ ਤਾਂ ਤੇਰੇ ਚਾਰੋਂ ਤਰਫ ਨੌਕਰ ਹੀ ਨੌਕਰ ਕੋਈ ਤੇਰੀ ਟੰਗਾ ਘੁੱਟੇ ਕੋਈ ਤੇਰੇ ਮੋਢੇ ਘੁੱਟੇ ਕੋਈ ਤੇਰਾ ਸਿਰ ਘੁੱਟੇ ਤੇ ਤੂੰ ਸਰਦਾਰਨੀ ਬਣ ਕੇ ਸਭ ਤੇ ਹੁਕਮ ਚਲਾਵੇਂ ਤੇ ਬੇ ਛੋਟੂ ਤੂੰ ਦਿਵਾਲੀ ਚਾਹ ਲੈ ਕੇ ਆ ਵਿੱਚ ਲੈਚੀਆਂ ਵੀ ਪਾ ਦਈ ਮੈਂ ਹਾਏ ਹਾਏ
ਸਾਡੇ ਸੁਪਨੇ ਪੂਰੇ ਨਹੀਂ ਹੋ ਸਕਦੇ ਉਹ ਦਿਖਾਉਂਦੇ ਕਾਤੇ ਹੋ ਲੈ ਪੂਰੇ ਨਹੀਂ ਹੋ ਸਕਦੇ ਓ ਮਾਤਾ ਸਮਝ ਲੈ ਪੂਰੇ ਹੋ ਗਏ ਉਹਦੇ ਲਈ ਕੰਮ ਕਰਨਾ ਪੈਣਾ ਹਾਂ ਜਿਹੜੀ ਬਾਹਰਲੀ ਪਹੀ ਦੇ ਉੱਤੇ ਜ਼ਮੀਨ ਨਹੀਂ ਲੱਗਦੀ ਆਪਣੀ ਇੱਕ ਕਿੱਲਾ ਹਾਂ ਜਿਹੜੀ ਹੁਣੇ ਕਲੋਨੀ ਚ ਆਈ ਹੈ ਹਾਂ ਹਾਂ ਉਹਦਾ 1.5 ਕਰੋੜ ਰੁਪਇਆ ਮਿਲਦਾ ਪਰ ਉਹਨੂੰ ਵੇਚਣ ਲਈ ਨਾ ਬਾਪੂ ਨੂੰ ਮਨਾਉਣਾ ਪੈਣਾ ਅੱਪੇ ਤਾਤੇ ਮਗਾਉਣੀ ਹੋ ਇਹ ਕੀ ਗੱਲ ਕਰ ਰਹੇ ਹੋ ਪਤਾ ਨਹੀਂ ਹੈ ਜ਼ਮੀਨ ਜੱਟ ਦਾ ਗਹਿਣਾ ਹੁੰਦੀ ਆ ਹਾਏ ਤੇਰੇ ਬਾਪੂ ਨੇ ਇਸ ਬਾਰੇ ਥੋੜਾ ਵੀ ਪਤਾ ਲੱਗਿਆ ਨਾ ਤਾਂ ਉਹਨਾਂ ਦਾ ਦਿਲ ਦਾ ਦੌਰਾ ਨਾ 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 ਮੈਨੂੰ ਨਹੀਂ ਚਾਹੀਦੇ ਗਹਿਣੇ ਗੱਟੇ ਮੈਨੂੰ ਨਹੀਂ ਚਾਹੀਦੀਆਂ ਵੱਡੀਆਂ ਗੱਡੀਆਂ ਮਾਤਾ 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 ਤੂੰ ਸਮਝੇ ਨਹੀਂ ਹੁਣ ਦੇਖ ਇੱਕ ਕਿੱਲਾ ਜਾਊਗਾ ਤਾਂ 150 ਕਿੱਲਾ ਆਊਗਾ ਵੀ ਇੱਕ ਕਿੱਲਾ ਜਾਊਗਾ 150 ਕਿੱਲਾ ਆਊਗਾ ਹਾਂ ਹੈ ਗਵਰਨਮੈਂਟ ਨੇ ਕੋਈ ਨਵੀਂ ਸਕੀਮ ਕੱਢੀ ਹੈ ਲੈ ਉਹ ਇਹ ਸਕੀਮ ਗਵਰਨਮੈਂਟ ਦੀ ਨਹੀਂ ਇਹ ਸਕੀਮ ਸਾਡੀ ਹੈ ਉਹ ਜਿਹੜੇ ਕਿਸ਼ਨਗੜ੍ਹ ਵਾਲੇ ਸਰਦਾਰਾਂ ਦੀਆਂ ਕੁੜੀਆਂ ਨਹੀਂ ਉਹਨਾਂ ਦਾ ਦਿਲ ਤੇਰੇ ਸੋਹਣੇ ਜਵਾਨ ਗੱਭਰੂ ਮੁੰਡਿਆਂ ਤੇ ਆ ਗਿਆ ਸਾਡੇ ਨਾਲ ਵਿਆਹ ਕਰਨਾ ਚਾਹੁੰਦੇ ਉਹਨਾਂ ਦਾ ਪਿਓ ਪੂਰੇ 150 ਕਿੱਲੇ ਦਾ ਮਾਲਕ ਹੈ ਤੇ ਕੁੜੀਆਂ ਸਿਰਫ 2 ਹੁਣ ਤੂੰ ਦੱਸ ਉਹ 150 ਕਿੱਲੇ ਕਿਨਾਂ ਦੇ ਕਿਨਾਂ ਦੇ ਕੁੜੀਆਂ ਦੇ ਤੇ ਕੁੜੀਆਂ ਕਿਦੀਆਂ ਕਿਦੀਆਂ ਸਾਡੀਆਂ ਤੇ ਅਸੀਂ ਕਿਦੇ ਕਿਦੇ ਤੇਰੇ ਤੇ ਤੂੰ ਕਿਦੀ ਕਿਦੀ ਬਰਾੜ ਸਾਹਿਬ ਦੀ ਤੇ ਬਰਾੜ ਸਾਹਿਬ ਕਿਦੇ ਤੇਰੇ ਤੇ ਹੋਇਆ ਨਾ 150 ਦਾ 150 ਕਿੱਲਾ ਸਾਡਾ ਹੋਏ ਵੇ ਤਾਂ ਹੋ ਜੂਗਾ ਉਹ ਇਦਾਂ ਹੋ ਜੂਗਾ ਨਹੀਂ ਇਦਾਂ ਹੋ ਗਿਆ ਸੋਚ ਜਦੋਂ ਪਿੰਡ 'ਚ ਕਸੂਰੀ ਜੁੱਤੀ ਪਾ ਕੇ ਤੂੰ ਛੰਨ ਛੰਨ ਕਰਦੀ ਤੁਰੀ ਜਾਵੇਂਗੀ ਤੇਰੇ ਨਾਲ ਦੀਆਂ ਕਹਿਣਗੀਆਂ ਨੀ ਉਹ ਜਾਂਦੀ 150 ਕਿੱਲੇ ਦੀ ਮਾਲਕ ਸਰਦਾਰਨੀ ਮੱਖਣ ਕੌਰ ਬਰਾੜ ਮਾਂ ਬਸ ਹੁਣ ਤੂੰ ਕਿਸੇ ਤਰ੍ਹਾਂ ਨਾ ਬਾਪੂ ਨੂੰ ਮਨਾ ਲੈ ਠੀਕ ਹੈ ਮੈਂ ਉਹਨਾਂ ਨਾਲ ਗੱਲ ਕਰੂੰਗੀ ਹਾਏ ਮਾਂ ਤੂੰ ਕਿੰਨੀ ਚੰਗੀ ਹੈ ਸਾਡੀ ਹਰ ਗੱਲ ਮੰਨ ਲੈਣੀ ਹੈ ਹਾਏ ਮੇਰੇ ਲਾਡੂ ਪਾਡੂ ਲੱਗਦਾ ਕੱਟਣਗੇ ਅੱਜ ਗਰੀਬ ਦੀ ਗੁੱਡੀ ਮਾਂਜਾ ਤਿਆਰ ਕਰੀ ਬੈਠੇ ਆ ਹਾਂ ਬਈ ਕੀ ਖਿਚੜੀ ਪੱਕ ਰਹੀ ਆ ਮਾਂ ਪੁੱਤਾਂ ਚ ਕਿਹੜਾ ਚੱਕਰ ਚਲਾਉਣ ਨੂੰ ਫਿਰਦੀ ਆ ਅੱਜ ਇਹ ਤਿਕੜੀ ਇਹ ਤਿਕੜੀ ਖਿਚੜੀ ਨਹੀਂ ਸਗੋਂ ਬੱਕਰਾ ਚੜਾਉਣ ਬਾਰੇ ਸੋਚ ਰਹੀ ਆ ਤੁਸੀਂ ਸੰਖੀਆਂ ਖਾਣ ਦੀ ਤਿਆਰੀ ਕਰੋ ਮੈਨੂੰ ਸਾਲਿਆ ਤੁਹਾਡੇ ਕੋਲੋਂ ਚਾਰ ਨਾਲ ਰੋਟੀ ਦੀ ਉਮੀਦ ਨਹੀਂ ਤੂੰ ਸੰਖੀਆਂ ਦੀ ਗੱਲ ਕਰਦਾ ਹਾਏ ਇਦਾਂ ਨਾ ਕਹੋ ਜੀ ਮੇਰੇ ਪੁੱਤਾ ਹੀਰੇ ਆ ਹੀਰੇ ਵੇਖੀ ਕਿਤੇ ਚੱਟ ਨਾ ਲਈ ਹਾਏ ਹਾਏ ਸ਼ੁਭ ਸ਼ੁਭ ਬੋਲੋ ਅਖੇ ਗਦੇ ਨੂੰ ਦਿੱਤਾ ਨੂਣ ਕਹਿੰਦਾ ਮੇਰੀ ਅੱਖ ਭੰਨਤੀ ਅਸੀਂ ਤੁਹਾਨੂੰ ਕਰੋੜਪਤੀ ਬਣਾਉਣ ਬਾਰੇ ਸੋਚ ਰਹੇ ਹਾਂ ਉਹ ਮੈਂ ਤਾਂ ਇੱਕ ਦਾ ਪਤੀ ਬਣ ਕੇ ਨੰਗ ਹੋਇਆ ਫਿਰਦਾ ਕਰੋੜਾਂ ਦਾ ਪਤੀ ਬਣ ਕੇ ਮੈਂ ਝੁੱਗਾ ਚੌੜ ਕਰਾਉਣਾ ਓਹੋ ਸਰਪੰਚ ਸਾਹਿਬ ਸਕੀਮ ਤਾਂ ਸੁਣ ਲਓ ਤੂੰ ਪਰ ਮਰਤਾ ਹੈ ਸਕੀਮ ਦਾ ਮੈਂ ਜਦੋਂ ਵੀ ਤੁਹਾਡੇ 3 ਫਰਾਂ ਵਾਲੇ ਫਰਾਟੇ 'ਚ ਵਾਪਸ ਆਈ ਆ ਨਾ ਫਿਰ ਸਾਫਤੀ ਨਹੀਂ ਵੱਡੀ ਹੋਈ ਉਹ ਬਾਹਰ ਆਈ ਆ ਮੈਂ ਰਾਜੀ ਹਾਂ ਤੁਹਾਡੀਆਂ ਸਕੀਮਾਂ ਤੋਂ ਸੁਣ ਲੱਗੇ ਮੇਰੀ ਜੇ ਇੱਥੋਂ ਇੱਕ ਡਿੰਗ ਵੀ ਪੱਟੋ ਤਾਂ ਬੈਠੋ ਨਾ ਹਾਂ ਦੱਸ ਜ਼ਰਾ ਕੰਨ ਕਰੋ ਨੇੜੇ ਕੀ ਗੱਲ ਖਿੱਚਣੇ ਕਲਾਉਣੇ ਆ ਲਫੜੇ ਲੈ ਮੇਰੇ ਇਲਾਵਾ ਕਿਹਦੀ ਹਿੰਮਤ ਆ ਜਿਹੜਾ ਬਰਾੜ ਸਾਹਿਬ ਦੀ ਹਵਾ ਵੱਲ ਵੀ ਤੱਕ ਜਾ ਸਾਲੇ ਰਿਸ਼ਤਾ ਪਾਲ ਦਿਆ ਕਿਸ਼ਨਗੜ੍ਹੀਏ ਸਰਦਾਰਾਂ ਦਾ ਤੇ ਅੱਖ ਰੱਖੀ ਬੈਠਿਆ ਮੇਰੀ ਪੁਰਖਾਂ ਦੀ ਜ਼ਮੀਨ ਤੇ ਅੱਜ ਤਿੰਨੋਂ ਜਾਣੇ ਤੁਸੀਂ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਤੁਸੀਂ 1 ਕਿੱਲਾ ਜ਼ਮੀਨ ਵੇਚਣ ਦੀ ਗੱਲ ਕਰਦੇ ਹੋ ਮੈਂ ਸਾਲੇ 1 ਇੰਚ ਨਹੀਂ ਵੇਚਣੀ ਅੱਛਾ ਅੱਜ ਪਤਾ ਲੱਗਾ ਕਿ ਤੈਨੂੰ ਆਪਣੀ ਲਾਡਲੀ ਔਲਾਦ ਤੇ ਸੋਹਣੀ ਜਨਾਨੀ ਨਾਲੋਂ ਜ਼ਮੀਨ ਪਿਆਰੀ ਆ ਜੇ ਗੱਲ ਹੈ ਨਾ ਤਾਂ ਤੂੰ ਵੀ ਕੰਨ ਖੋਲ ਕੇ ਸੁਣ ਲੈ ਜੱਟਾ ਤੇਰੇ ਹੱਥੋਂ ਤੰਗ ਆ ਕੇ ਮੈਂ ਤਾਂ ਨਿਕਲ ਜਾਣਾ ਹੈ ਨਿਕਲ ਕੇ ਜਾਏਂਗੀ ਕਿੱਥੇ ਬੁੜੀ ਤਾਂ ਹੋਈ ਪਈ ਆ ਸਾਂਭੂਗਾ ਕੌਣ ਬਥੇਰੇ ਬੁੜੇ ਆ ਸਾਂਭਣ ਨੂੰ ਪਰ ਤੇਰੀ ਹਿੱਕ ਤੇ ਮੂੰਗ ਤਲ ਕੇ ਜਾਊਂਗੀ ਓਏ ਮੈਨੂੰ ਕਹਿੰਦਾ ਨਿਕਲ ਜਾ ਮੈਂ ਕਦੋਂ ਕਿਹਾ ਨਿਕਲ ਜਾ ਕਿ ਮੇਰਾ ਹੱਥ ਪਾਇਆ ਫਫੇ ਕੁੱਟਣੀ ਨੇ ਕਹਿੰਦਾ ਰਾਟ ਪਾਇਆ ਹਾਏ ਵੇ ਲੁੱਟੀ ਗਈ ਲੁੱਟੀ ਗਈ ਹਾਏ ਵੇ ਲੋਕੋ ਸੁਣੋ ਕਹਿੰਦਾ ਨਿਕਲ ਜਾ ਜਦੋਂ 16 ਸਾਲ ਦੀ ਵਿਆਹ ਕੇ ਆਈ ਸੀ ਉਦੋਂ ਤਾਂ ਬੜਾ ਗੋਡੇ ਨਾਲ ਗੋਡਾ ਜੋੜ ਕੇ ਬੈਂਦਾ ਸੀ ਉਦੋਂ ਕਹਿੰਦਾ ਨਿਕਲ ਜਾ ਤਾਂ ਤੈਨੂੰ ਨਿਕਲ ਕੇ ਦਿਖਾਉਂਦੀ ਹੁਣ ਕਹਿੰਦਾ ਨਿਕਲ ਜਾ ਹਾਏ 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 ਹੁਣ ਕਹਿੰਦਾ ਨਿਕਲ ਜਾ ਮਰ ਜਾ ਓ ਬਚੋਲਾ ਜਿੰਨੇ ਮੈਨੂੰ ਤੇਰੇ ਨਾਲ ਫਸਾਇਆ ਕਹਿੰਦਾ ਨਿਕਲ ਜਾ ਹਾਏ 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 ਇੱਦਾਂ ਨਹੀਂ ਜਾਊਂਗੀ ਮੈਂ ਮੇਰੀ ਲਾਸ਼ ਇਸ ਘਰ ਚੋਂ ਨਿਕਲੂਗੀ ਓਏ ਮੁੰਡਿਓ ਬੰਨੋ ਮੇਰੀ ਚੁੰਨੀ ਪੱਕੇ ਨਾਲ ਬੇਬੇ ਇੱਥੇ ਖਾਲੀ ਚੁੰਨੀ ਨਹੀਂ ਪੈਗੀ
ਨਾਲ ਸਾਫਾ ਵੀ ਪੈਗਾ ਅਸੀਂ ਵੀ ਤੇਰੇ ਨਾਲ ਜਾਵਾਂਗੇ ਓ ਹਾਂ ਹਾਂ ਓਏ ਇਹੋ ਜਿਹੇ ਜਨਮ ਪਿਓ ਨਾਲ ਰਹਿਣ ਨਾਲੋਂ ਤੇਰੇ ਨਾਲ ਜਾਣਾ ਚੰਗਾ ਨਾਲੇ ਮੰਮੀ ਜਿੱਥੇ ਤੂੰ ਰਹੇਂਗੀ ਉੱਥੇ ਪਿਓਆਂ ਦਾ ਘਾਟਾ ਓ ਫਿੱਟੇ ਨੂੰ ਸਾਡੇ ਜੰਮਣ ਦੇ ਕੋਈ ਨਹੀਂ ਮਰੇਗਾ ਤੁਹਾਡੇ ਚੋਂ ਜੇ ਇਸ ਘਰ ਦੇ ਵਿੱਚੋਂ ਕੋਈ ਮਰੂਗਾ ਤਾਂ ਸਿਰਫ ਮੈਂ ਮਰੂੰਗਾ ਆਪਣੇ ਪੁਰਖਾਂ ਦੀਆਂ ਨਜ਼ਰਾਂ ਚੋਂ ਵੈਸੇ ਵੀ ਉਸ ਜੱਟ ਦਾ ਕਾਹਦਾ ਜੀਣਾ ਜਿਹਦੇ ਜਿਉਂਦੇ ਜੀ ਉਹਦੀ ਜ਼ਮੀਨ ਹੀ ਚਲੀ ਜਾਵੇ ਲਿਆਓ ਜਿਹੜੇ ਅਸਟਾਮ ਲੈ ਕੇ ਆਉਣੇ ਆ ਲਵਾਓ ਅੰਗੂਠਾ ਆਪਣੇ ਬੇਬਸ ਤੇ ਲਚਾਰ ਬਾਪ ਦਾ ਜਿੱਥੇ ਲਵਾਉਣਾ ਲਵਾਓ ਮੈਂ ਕਿਹਾ ਜੀ ਇਹਦਾ ਮਤਲਬ ਤੁਸੀਂ ਮੰਨ ਗਏ ਲਾਡਲੀ ਔਲਾਦ ਤੇ ਸੋਹਣੀ ਜਨਾਨੀ ਬੰਦੇ ਤੋਂ ਕੀ ਕੁਛ ਨੀ ਕਰਵਾਉਂਦੀ ਇੱਥੋਂ ਤੱਕ ਕਿ ਉਹਦੇ ਪੁਰਖਾਂ ਦੀ ਜ਼ਮੀਨ ਵੀ ਬਕਵਾਉਂਦੀ ਓ ਯੈਸ ਸਰਪੰਚ ਸਾਹਿਬ ਥੋੜਾ ਹੌਸਲਾ ਰੱਖੋ ਸਿਰਫ ਇੱਕ ਵਾਰੀ ਦੀ ਇਨਵੈਸਟਮੈਂਟ ਹੈ ਜੇ ਪਾਸਾ ਸਿੱਧਾ ਪੈ ਗਿਆ ਨਾ ਆਪਣੇ ਤੋਂ ਹੱਥਾਂ ਨਾਲ ਨੋਟ ਨਹੀਂ ਗਿਣੇ ਜਾਣੇ ਸੱਚੀ ਬਾਈ ਫਿਰ ਤਾਂ ਪੈਸੇ ਗਿਣਨ ਵਾਲੀ ਮਸ਼ੀਨ ਲੈਣੀ ਪੈਣੀ ਹੈ ਬਾਪੂ ਜੀ ਤੇ ਜੇ ਪਾਸਾ ਪੁੱਠਾ ਪੈ ਗਿਆ ਫਿਰ ਮਸ਼ੀਨ ਤਾਂ ਲੈਣੀ ਪੈਣੀ ਆ ਪਰ ਟੋਕੇ ਕਰਨ ਵਾਲੀ ਸਰਪੰਚ ਸਾਹਿਬ ਡੋਨਟ ਬੀ ਨੈਗੇਟਿਵ ਬੀ ਆਲਵੇਸ ਐਚ ਆਈ ਵੀ ਪੋਜ਼ਿਟਿਵ ਫਟਾ ਮੁੱਤਰ ਹੈ ਇਹ ਮੇਰੇ ਖਿਆਲ ਚ ਉਹ ਪੋਜ਼ਿਟਿਵ ਹੁੰਦਾ ਤੇ ਹੁਣ ਉਹ ਕੌਣ ਆ ਉਹ ਲਾਲਾ ਆ ਜਿਹੜੇ ਕੰਮ ਆਏ ਆ ਚੱਲ ਵੀਰੇ ਚੱਲ ਚੱਲ ਸਤਿ ਸ਼੍ਰੀ ਅਕਾਲ ਲਾਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਵਾਹ ਆਜੋ ਸਰਪੰਚ ਸਾਹਿਬ ਉਹ ਮੈਂ ਤਾਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ ਆਓ ਜੀ ਬੈਠੋ ਸਤਿ ਸ਼੍ਰੀ ਅਕਾਲ ਬੈਠੋ ਜੀ ਬੈਠੋ ਕਾਕਾ ਜੀ ਇੱਧਰ ਬੈਠੋ ਆਜੋ ਹਾਂਜੀ ਲੱਗਦਾ ਮੁੰਡਿਆਂ ਨੇ ਬਾਪੂ ਨੂੰ ਮਨਾ ਹੀ ਲਿਆ ਫੇਰ ਅਸੀਂ ਤਾਂ ਜੀ ਸਿਰਫ ਮਾਤਾ ਨੂੰ ਮਨਾਇਆ ਹੈ ਬਾਕੀ ਤਾਂ ਸਭ ਚਮਤਕਾਰ ਬਸ ਬੇਬੇ ਦਾ ਹੀ ਹੈ ਅੱਬਾ ਜੀ ਇਹ ਸਮਝ ਲਓ ਕਿ ਲਾਡਲੀ ਲਾ ਤੇ ਸੋਹਣੀ ਜਨਾਨੀ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ ਅੱਛਾ ਇਹ ਦੱਸੋ ਦਾਸ ਤੁਹਾਡੀ ਕੀ ਸੇਵਾ ਕਰ ਸਕਦਾ ਦਾਸ ਨੇ ਕੀ ਸੇਵਾ ਨੌਕਰੀ ਕਰਨੀ ਹੈ ਸਦੀਆਂ ਤੋਂ ਸ਼ਾਹੂਕਾਰ ਜ਼ਿਮੀਦਾਰਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਰਹੇ ਆ ਤੂੰ ਵੀ ਉਠਾ ਲਾ ਕਿਉਂ ਜੀ ਸਰਪੰਚ ਸਾਹਿਬ ਬੇਬੇ ਨਾਲ ਗੱਲ ਕਰੋਗੇ ਜਿਸ ਤਰ੍ਹਾਂ ਬੱਚੇ ਕਹਿੰਦੇ ਉਦਾਂ ਕਰੋ ਸਾਈਨ ਕਰਾਓ ਜਿੱਥੇ ਕਰਾਉਣੇ ਕੌਣ ਕਹਿੰਦੇ ਜੱਟ ਦਿਮਾਗ ਤੋਂ ਕੰਮ ਨਹੀਂ ਲੈਂਦੇ ਅੱਜ ਕੱਲ ਤਾਂ ਸਭ ਤੋਂ ਵੱਧ ਦਿਮਾਗ ਹੀ ਜੱਟਾਂ ਦਾ ਚੱਲਦਾ ਉਹ ਬਾਜੀ ਜੱਟ ਤਾਂ ਐਵੇਂ ਬਦਨਾਮ ਹੀ ਨੇ ਦਿਮਾਗ ਤਾਂ ਤੁਹਾਡੇ ਵਰਗੇ ਡੀਲਰਾਂ ਦਾ ਚੱਲਦਾ ਤੁਸੀਂ ਚਾਹੋ ਤਾਂ ਰਾਤੋਂ ਰਾਤ ਦਿੱਲੀ ਦਾ ਲਾਲ ਕਿਲਾ ਵੇਚ ਦਿਓ ਪਾਰਲੀਮੈਂਟ ਵੇਚ ਦਿਓ ਸਾਲੀ ਜ਼ਮੀਨ ਕੀ ਚੀਜ਼ ਹੈ ਕਿਉਂ ਜੀ ਸਰਪੰਚ ਸਾਹਿਬ ਸਾਡੀ ਬੀੜੀਆਂ 'ਚ ਬੈਠੇ ਨਾ ਪਾਓ ਲਾੜਾ ਜੀ ਤੁਸੀਂ ਜ਼ਮੀਨ ਦੇ ਕਾਗਜ਼ ਲਿਆਓ ਤੇ ਸਰਪੰਚ ਸਾਹਿਬ ਦੀ ਘੁੱਗੀ ਮਰਾਓ ਹਾਂਜੀ ਲਿਆਓ ਆ ਲਓ ਜੀ ਆ ਲਓ ਆ ਲਓ ਕਰੋ ਆ ਲਓ ਪੈਨ ਕਿੱਥੇ ਸਾਈਨ ਕਰਨੇ ਆ ਇੱਥੇ ਕਰਨੇ ਆ ਸਾਈਨ ਲਾਲਾ ਜੀ ਅੱਗ ਤੁਹਾਡੇ ਘਰੇ ਗਰਕਣੀ ਬਣੀ ਹੋਈ ਆ ਇੱਥੇ ਤਾਂ ਬੜੇ ਬੜੇ ਗਰਕ ਗਏ ਮੇਰਾ ਮਤਲਬ ਬਾਹਰ ਚੱਲ ਜਾਓ ਉੱਥੋਂ ਸੱਜਿਆ ਥੋ ਕੇ ਕਰੇ ਆਓ ਉਸ ਪਾਸ ਤੁਸੀਂ ਵੀ ਨਾ ਐਨ ਸ਼ਿਕਾਰ ਵੇਲੇ ਕੀ ਕਿਹਾ ਉਹ ਜਾਓ ਘਰ ਆਓ ਹੁਣ ਨਾਲੇ ਸਿਆਣਾ ਬੰਦਾ ਘਰੋਂ ਹੀ ਕਰਕੇ ਆਉਂਦਾ ਸਾਲੇ ਉਹ ਮੱਤ ਤਾਂ ਮਾਰੀ ਪਈ ਆ ਛੇਤੀ ਆਇਓ ਮੈਂ ਉੱਥੇ ਮੰਜਾ ਬੋਣ ਚੱਲਿਆ ਬੜਾ ਟਾਈਮ ਨਾਲ ਆਇਓ ਲਓ ਬਈ ਡੀਲ ਮੁਤਾਬਕ 50 ਲੱਖ ਮੈਂ ਪਹਿਲਾਂ ਹੀ ਗਿਣ ਕੇ ਰੱਖਿਆ ਹੋਇਆ 50 ਲੱਖ ਬਾਪੂ ਜੀ ਹੱਥ ਵੀ ਧੋਏ ਜਿਹਦੀ ਔਲਾਦ ਐਡੀ ਹੋਣਹਾਰ ਹੋਊਗੀ ਹੱਥ ਤਾਂ ਧੋਊਗਾ ਹੀ ਜ਼ਮੀਨ ਤੋਂ ਸਰਪੰਚ ਸਾਹਿਬ ਬੜੇ ਇਮੋਸ਼ਨਲ ਨਾ ਹੋ ਫਟਾਫਟ ਕਿੱਥੇ ਕਰਨੇ ਆ ਜੀ ਥੱਲੇ ਪੈਟਰੋਲ ਤਾਂ ਮੈਂ ਅਜੇ ਕੱਲ ਹੀ ਭਰਾਇਆ ਪੈਟਰੋਲ ਮਹਿੰਗਾ ਵੀ ਕਾਫੀ ਹੋ ਗਿਆ ਜੀ ਓ ਛੱਡੋ ਮੈਡਮ ਜੀ ਤੁਸੀਂ ਆਓ ਬੈਠੋ ਮੇਰੇ ਮੋਟਰਸਾਈਕਲ ਦੇ ਪਿੱਛੇ ਆਪਾਂ ਤੁਹਾਨੂੰ ਕਾਲਜ ਡ੍ਰੌਪ ਦੇਣੇ ਤੁਸੀਂ ਕਿਉਂ ਤਕਲੀਫ ਕਰਦੇ ਪਏ ਆਜੋ ਜੀ ਆਜੋ ਓਏ ਉੱਧਰ ਥੱਲੇ ਤੂੰ ਕਿਵੇਂ ਸੜਾ ਸੁਣੇ ਵਾਂਗੂ ਚਿਮੜੀ ਜਾਣ ਡਿਆ ਪਾਸੇ ਹਟ ਆਓ ਜੀ ਆਓ ਬੈਠੋ ਬੈਠੋ ਜੀ ਬੈਠੋ ਉਹ ਗੱਲ ਸੁਣੋ ਓਏ ਆ ਸਕੂਟਰ ਠੀਕ ਕਰਾ ਕੇ ਆਪਣੇ ਕਾਲਜ ਛੱਡ ਕੇ ਆਈ ਜੀ ਜਨਾਬ ਕੁਲਦੀਪ ਸਿੰਘ ਹੈ
तेरी पिट्ठ नूं कंडे लगे सी जेड़े चुभण लगे सी स्वीटी मैडम दे हैं न्यू वेक अज ता बड़ा ही बूंदी दा लड्डू बन के आई है बस सिंह जी तुसी बैठो मैं तुहाडे वास्ते कॉफी ऑर्डर करदा मैडम मैं तुसी तकलीफ कर रहे हो सत श्री अकाल बस सिंह जी किधर खड़ा हो जरा बराबर दे रैंक ते आके गल करना हुण दसो मैं पुछदा सी किधर जी मैडम तुहाडे कुछ लगदे आ नहीं लगदे ता कुछ नहीं मैं जद ब्रेक मारदा सी ना मणमणे नाल लगदे सी मैन तो एडी सोच ही गंदी लगण दी की क्या लगदा किते डूंगी लग गई तुहाडे तुहाडे कुछ लगदे नहीं जी मेरे किथे लगदे मैं ते बड़ी कोशिश करदा हाँ। मेरे लागे नहीं लगदे मेनू लगदा इना दी मेनू लगदी आ ए ना होवे ए किसे दे लड़ लग के चल जांदे मैं साइड ते लगा रह जावां वैसे एक गल दसा जे बाई चांस हां जी तुसी लग भी गए ना ता लगना माड़ा जा तुसी लक तक ही हैगा सर ते हुण की करिए जे लक ही माड़ा ते की करिए नाले थोड़ी बैठ के गल करो मेरी धौन च थोड़ी प्रॉब्लम है जाओ धौन ता ताडी असी ठीक कर देंदे हुणे मैडम अगे मैडम 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 चावा कॉफियां अच्छा गल सुनो हां जी चाह लोगे कॉफी लोगे के इजाजत लोगे मैं तो हुन इजाजत ही लूंगा जी क्योंकि जद चाह ही मर के ते फेक आदी चाह मैं तो राती कोड़ा कुट भर लांगा चंगा जी मैडम वैसे गल दसा आज जब तुसी स्कूटी नूं धक्का ला रहे सी ना ताडा रंग जो 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 पै रहा सी मतलब आज सोहणे बहुत लग रहे तुसी मैडम किन्ने एने बस एने नहीं एने थोड़ी देर लिया ना मीटिंग करनी सी जरूरी मीटिंग हां जी कोई गल नहीं जी तुसी लो अपनी मीटिंग ते मैं लाउना अपना खाना हां जी ओके Keeping yeah. in touch keeps the friendship growing. एक मिनट अगे तो जेड़ी भी गल करनी ना अंग्रेजी च करनी क्योंकि पंजाबी च थोड़ा मेरा हाथ टैट आ तेरा तो आ भी टैट लगदा मेनू ना मेरा बास सिंह हां जी अख मेरी हिल दी आपा तो सुना चले हैं गल दिल दी क्यों टोलिया बाय हुण दस क्यों बुलाया मेनू प्रिंसिपल ने प्रिंसिपल ने नहीं प्रिंसिपल्स ने बुलाया वा की मतलब मतलब ये है कि मैं तुहाडी नौकरी दी सिफारिश इस करके नहीं कीती कि तुसी पीरियड किते होर लाओ ते क्लासा किते होर लाओ कहना की चाहंदा तू ओ मैं तो बस यही कहना चाहंदा कि पुलिस वाले दी ना दोस्ती चंगी हुंदी है ते ना दुश्मनी चंगी हुंदी ते आपां एक कम करदे आं दुश्मनी तू रख ले ते दोस्ती मैं रख लेनी आं हां जी क्यों कुछ भाई मेनू लगता टोपिया ने जलवा नहीं दिखाया टोपिया हुण लाल बत्तियां लवानी ला के सिर दिने यार हाँ यार क्या लगता कपड़े ने भी जलवा नहीं दिखाया ओए स्कूटर खराब हो गया सी ओ मैं क्या बैठो मेरे मोटरसाइकिल दे पिछे आपां तुहानू कॉलेज ड्रॉप दिंदे आ एडी कड़ी गल है अच्छा हुण थानेदारी छड के ते स्वीटियां ड्रॉपन लग गए हो की मतलब ओए अपनी रेनोवेशन करा ली पर मैं कुछ अंडरस्टैंड नहीं यार
ਪਰ ਅਸੀਂ ਅੰਡਰਸਟੈਂਡ ਕੇ ਸਰ ਅਸੀਂ ਹੁਣ ਵਗਦੇ ਆ ਕਲਾਸ ਵੀ ਦੇ ਰਹੀ ਨਾਮ ਮੇਰਾ ਬਾਦ ਸਿੰਘ ਅੱਖ ਮੇਰੀ ਇਲ ਦੀ ਆ ਸਵੀਟੀ ਮੈਮ ਰੋਜ਼ ਕਿਉਂ ਨਹੀਂ ਮਿਲਦੀ ਸਹੁਰੇ ਦੀ ਨਵੀਂ ਸਕੂਟੀ ਨੇ ਚੱਕਾ ਜਾਮ ਕਰਾਤਾ हेलो दरअसल कई दिनों तो थोड़े गल करन दी प्लानिंग जी कर रहे सी पर यार सूझ ही नहीं आया कीप क्वाइट ले कर ले गल चल यार बाहर चलते हैं इतने तने कर्फ्यू लाया लिसन आप थोड़ी बाहर वेट कर रहे हैं तुसी बाहर ही आ जाओ ओके बाहर ते इवें कह के जिवें अमेरिका आना हुंदा है भाई तेनू की लगता है बाहर आन गया हौसला रख साथ आ ले तजर्बा अपना बाहर चली हां हां बाहर जाके देखिए खड़े कि नहीं चल चलिए हाय बड़े क्यूट हो या वेरी फनी अब एक्सक्यूज मी अच्छा ते आपा केड़ी गल कर रहे सी सानू की पता ओ बोलो बोलो जो तुसी रट के आए हो फटाफट बोल दियो असी अपने दिल हाथ तो मजबूर हो गए हां प्लीज ਪੁਝਾਰਤਾ ਨਾ ਪਾਓ ਸਾਫ ਸਾਫ ਕਹਿ ਦੋ ਕੀ ਗੱਲ ਹੈ ਤੁਹਾਨੂੰ ਦੇਖ ਕੇ ਨਾ ਸਾਡਾ ਦਿਲ ਧੱਕੂ 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 ਕਰਦਾ ਹੈ ਕੰਟਰੋਲ ਨਹੀਂ ਹੁੰਦਾ ਦਰਸਲ ਤੁਹਾਡੇ ਨਾਲ ਸਾਨੂੰ ਪਿਆਰ ਹੋ ਗਿਆ ਓ ਲੋ ਜੀ ਇਹਨਾਂ ਨੂੰ ਪਿਆਰ ਹੋ ਗਿਆ ਮੁੱਦਤ ਹੁੰਦੀ ਹੈ ਪਿਆਰ ਨੂੰ ਪਰਵਾਨ ਚੜਦੇ ਆ ਇਹ ਕੋਈ ਕਿਤਾਬ ਨਹੀਂ ਚੜੀ ਫਟਾਫਟ ਪੜ ਲਈ ਜਾਏ ਤੇ ਇੰਨੀ ਛੇਤੀ ਕਿਵੇਂ ਪਿਆਰ ਹੋ ਗਿਆ ਜਿੱਦਾਂ ਹੀ ਨੂੰ ਰਾਂਝੇ ਨਾ ਹੋ ਗਿਆ ਸੀ ਸੱਸੀ ਨੂੰ ਪੁਨੂ ਨਾ ਹੋ ਗਿਆ ਸੀ ਹਾਂ ਪਰ ਮੇਰਾ ਖਿਆਲ ਹੈ ਜੀ ਮਿਰਜ਼ੇ ਨੂੰ ਤੇ ਕਾਫੀ ਟਾਈਮ ਲੱਗ ਗਿਆ ਸੀ ਹਾਂਜੀ 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 ਤੇ ਕਹਾਣੀਆਂ ਕਿਸੇ ਕਿਤਾਬਾਂ ਚ ਹੀ ਚੰਗੇ ਲੱਗਦੇ ਨੇ ਅਸਲੀ ਜ਼ਿੰਦਗੀ ਜੀਣਾ ਸਿੱਖੋ ਸਾਨੂੰ ਤਾਂ ਅਸਲੀ ਜ਼ਿੰਦਗੀ ਵਿੱਚ ਹੀ ਤੁਹਾਡੇ ਨਾਲ ਪਿਆਰ ਹੋ ਗਿਆ ਰਹਿੰਦੋ ਉਹ ਗੱਲਾਂ ਮੜੀਆਂ ਮਿੱਠੀਆਂ ਕਰਦੇ ਨੇ ਇੱਕ ਇੱਕ ਕਿੱਸਾ ਹੋਰ ਬਣ ਜੂ ਹਸੀ ਹਸੀ ਫਸੀ ਫਸੀ ਮੁਸਕਰਾਈ ਜੇਬ ਚਾਈ ਓ ਯੈਸ ਬਹੁਤ ਅੱਛੇ ਬੇਟਾ ਇੰਨਾ ਵਧੀਆ ਤਾਂ ਮੈਂ ਸਵਾਲ ਨਹੀਂ ਸੀ ਕੀਤਾ ਜਿੰਨਾ ਵਧੀਆ ਤੁਸੀਂ ਜਵਾਬ ਦਿੱਤਾ ਵੈਰੀ ਗੁੱਡ ਸੇ ਥੈਂਕ ਯੂ ਸਰ ਸਿਟ ਡਾਊਨ ਸੋਨੇ ਬੱਚੇ ਅੰਦਰ ਆ ਜੀਏ ਜੀ ਕਮਾਲ ਹੈ ਜੀ ਕਮਾਲ ਹੈ ਅੱਜ ਕਿੱਥੋਂ ਚੰਨ ਚੜ ਆਇਆ ਇੱਕ ਮਿੰਟ ਰੁਕੋ ਮੈਂ ਤੇਲ ਚੋਲਵਾਂ ਫੇਰ ਆਈਓ ਅੰਦਰ ਹੁਣ ਸਰ ਤੇਲ ਚੋਲਵਾਂ ਅਸੀਂ ਫਸ ਕੇ ਚੱਲਦੇ ਆ ਅਗਲੀ ਕਲਾਸ ਸਵੀਟੀ ਮੈਡਮ ਦੀ ਹੈ ਤਿਲਕੇ ਡੇਗੇ ਫੇਰ ਫਾਲਤੂ ਬਕਵਾਸ ਨਾ ਕਰੋ ਇੱਕ ਤਾਂ ਲੇਟ ਆਉਂਦੇ ਤੂੰ ਬਕਵਾਸ ਕਰਦੇ ਮੈਨਾਂ ਤੁਹਾਨੂੰ ਪਤਾ ਲੱਗਦਾ ਕੁਛ ਇਹ ਕੋਈ ਟਾਈਮ ਆ ਕਲਾਸ ਚਾਹੁੰਦਾ ਮੈਂ ਤੁਹਾਡੀ ਸ਼ਿਕਾਇਤ ਪ੍ਰਿੰਸੀਪਲ ਸਰ ਤੇ ਕਰਾਂਗਾ ਮੈਂ ਤੁਹਾਨੂੰ ਰੈਸਟੀਕੇਟ ਕਰਾ ਦਾਂਗਾ ਜੀ ਸਤਿ ਸ਼੍ਰੀ ਅਕਾਲ ਬੇਟਾ ਨਾਲੇ ਜਦੋਂ ਆਈ ਜਾਂਦੀ ਹੋ ਤੇ ਇੱਦਾਂ ਡਰਾਇਆ ਨਾ ਕਰੋ ਕਈ ਵਾਰੀ ਬੰਦਾ ਦਿਲ ਦਾ ਮਰੀਜ਼ ਵੀ ਹੁੰਦਾ ਮੈਂ ਕੀ ਗੱਲ ਕਰ ਰਿਹਾ ਸੀ ਸਰ ਦਿਲ ਦੀ ਗੱਲ ਕਰ ਰਹੇ ਸੀ ਐਕਸਕਿਊਜ਼ ਮੀ ਆਓ ਜੀ ਆਓ ਅੱਜ ਚਿੜੀ ਘਰ ਨਰੈਣ ਕਿੱਥੋਂ ਆ ਗਏ ਮੈਡਮ ਜੀ ਤੁਸੀਂ ਮੈਨੂੰ ਆਵਾਜ਼ ਦਿੱਤੀ ਹੁੰਦੀ ਮੈਂ ਅੱਧੀ ਆਵਾਜ਼ ਤੇ ਆ ਜਾਣਾ ਸੀ ਅੱਧਾ ਇਹ ਤਾਂ ਅੱਧੀ ਆਵਾਜ਼ ਆਉ ਕਿੱਥੇ ਅੱਛਾ ਐਡੇ ਚਲਾਕ ਬੋਲ ਕੇ ਬਾਹਰ ਵੀ ਚਲੇ ਗਏ ਕੋਈ ਗੱਲ ਨਹੀਂ ਕਾਕਾ ਕਿੰਨੀ ਕਿਦਰ ਬੈਠੇ ਰਹੋਗੇ ਹਾਂਜੀ ਮੈਡਮ ਜੀ ਤੁਸੀਂ ਕੀ ਕਹਿ ਰਹੇ ਸੀ ਜੀ ਹਾਂਜੀ ਮੈਡਮ ਜੀ ਤੁਸੀਂ ਦੱਸੋ ਤੁਸੀਂ ਕਿੱਦਾਂ ਆਏ ਜੀ ਤੁਸੀਂ ਥੋੜਾ ਥੱਲੇ ਆਓਗੇ ਆ ਜਾਣਾ ਜੀ ਸਟੂਡੈਂਟਸ ਮੈਂ ਇੱਕ ਅਨਾਉਂਸਮੈਂਟ ਕਰਨ ਵਾਸਤੇ ਆਈ ਹਾਂ ਕਿਉਂ ਮੈਡਮ ਪਿਆਸ ਸਸਤੇ ਹੋ ਗਈ ਜੀ ਸਾਇਲੈਂਸ ਬਹੁਤ ਜ਼ਰੂਰੀ ਗੱਲ ਹੈ ਸਾਡੇ ਕਾਲਜ ਦਾ ਯੂਥ ਫੈਸਟੀਵਲ ਐਤਕੀ ਪਤਾ ਕਿੱਥੇ ਹੋ ਰਿਹਾ ਹੈ ਹਿਮਾਚਲ ਯੂਨੀਵਰਸਿਟੀ ਜੋ ਵੀ ਸਟੂਡੈਂਟਸ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਉਹ ਆ ਕੇ ਮੈਨੂੰ ਆਪਣਾ ਆਡੀਸ਼ਨ ਦੇ ਦੇਣ ਮੈਡਮ ਸਾਨੂੰ ਵੀ ਆਡੀਸ਼ਨ ਦੇਣਾ ਪਵੇਗਾ ਤੁਸੀਂ ਰਿਸ਼ਵਤ ਦੇ ਦਿਓ ਮੈਮ ਪਲੀਜ਼ ਕੁਝ ਗਾਓ ਨਾ अच्छा गाओ
बजाओ भी बजाओ। कटिया करूं कटिया करूं मैं तेरे रूम में सारी रात कटिया करूं कटिया करूं कटिया करूं मैं तेरे रूम में सारी रात कटिया करूं किसे दिया पांच किसे दिया सात लखा मरगी तू सारी रात कटिया करूं कटिया करूं मैं तेरे रूम में सारी रात किसे दा बाजा किसे दी ढोलक 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 साडी तुम भी तू छपड़ी बिच जो काने साड़ी अजे गल ना बनी नी गल चक ले इरशाद इरशाद कोठे ते किल मुंडिया तेज हो कोठे ते किल मुंडिया एवी मैनू छेड़िया नहीं ता ला तू तेरी छिल जदों दी तेरे नाल अख वे वेखदी रहनी आ तैनू इको टक वे ਵਾਦਾ ਚੌਂਕਾ ਹਾਂ ਤੂੰ ਮੈਨੂੰ ਮਹਿਸੂਸ ਤੇ ਕਰ ਸਕਦਾ ਪਰ ਛੂ ਨਹੀਂ ਸਕਦਾ ਕਮਲੀਏ ਤੈਨੂੰ ਸ਼ਾਇਦ ਇਹ ਨਹੀਂ ਪਤਾ ਕਿ ਹਵਾਵਾਂ ਜਦੋਂ ਸਾਹਾਂ 'ਚ ਘੁਲ ਕੇ ਇੱਕ ਮਿਕ ਹੁੰਦੀਆਂ ਨਾ ਫਿਰ ਪਤਾ ਨਹੀਂ ਲੱਗਦਾ ਸਾਹ ਕਿਹੜੇ ਤੇ ਹਵਾ ਕਿਹੜੀ ਪਰ ਹਾਂ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਕਿ ਤੂੰ ਮੇਰਾ ਪਰਛਾਵਾਂ ਹੈ ਜਿਹੜਾ ਰਹਿੰਦਾ ਤੇ ਹਮੇਸ਼ਾ ਮੇਰੇ ਨਾਲ ਹੈ ਪਰ ਜਦੋਂ ਮੈਂ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਉਹ ਹਮੇਸ਼ਾ ਮੈਥੋਂ ਦੂਰ ਚਲਾ ਜਾਂਦਾ ਹੈ ਪਤਾ ਹੈ ਮੈਂ ਤੇਰਾ ਪਰਛਾਵਾਂ ਨਹੀਂ ਬਣਨਾ ਚਾਹੁੰਦੀ ਕਿਉਂਕਿ ਪਰਛਾਵੇਂ ਤਾਂ ਹਨੇਰਿਆਂ 'ਚ ਸਾਥ ਛੱਡ ਦਿੰਦੇ ਨੇ ਮੈਂ ਤਾਂ ਤੇਰੀ ਰੂਹ ਹਾਂ ਘੱਟੋ ਘੱਟ ਜਿਉਂਦੇ ਜੀ ਤੇਰਾ ਸਾਥ ਨਾ ਛੱਡਾਂਗੀ ਅੱਛਾ चल फिर मेहंदी ला के तैयार हो जी लगी है जदों दी तेरे नाल खवे वेखदी रहनी आ तेनू इको टक वे सोचा कुछ तेरे तो बिना किसे गल तो कदे ना रुस जावी हाथ जोड़ के मनावांगी जे ना मन्ने आ फेर मर गई ना पीछे कदे आवी मेरिया भी लग जान तेनू उमरा मेरिया भी लग जान तेनू उमरा तेरी ही मैं तेरी के जन्म तक वे ਜਦੋਂ ਦੀ ਤੇਰੇ ਨਾਲ ਅੱਖਵੇ ਵੇਖਦੀ ਰਹਿਨੀ ਆ ਤੈਨੂੰ ਇੱਕੋ ਟੱਕਵੇ ਵੇ
ਪਿਆਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾ ਮਹਿਲਾਂ ਨੂੰ ਓਏ ਹੋਏ 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 ਤੁਹਾਡਾ ਇਹੀ ਅੰਦਾਜ਼ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਐ ਲੱਗਦਾ ਜਿਵੇਂ ਕਿਤੇ ਅੰਦਰੋਂ ਬਾਰਿਸ਼ਾਂ ਬੋਲ ਰਿਹਾ ਹੋਵੇ ਸੱਚੀ ਹਾਂ ਫਿਰ ਮੈਂ ਇਦਾਂ ਕਰਾਂਗੀ ਹਰ ਗੱਲ ਤਰਨਮ ਚ ਕਿਆ ਕਰਾਂਗੀ ਨਹੀਂ 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 ਤੁਸੀਂ ਤਾਂ ਭਾਵੁਕ ਹੋ ਗਏ ਹੈ ਇੱਕ ਗੱਲ ਕਮਾ ਤੂੰ ਪੱਗ ਕਿਉਂ ਨਹੀਂ ਬਣ ਕੇ ਰੱਖਦਾ ਪੱਗ ਚ ਤਾਂ ਸੱਚੀ ਵਾਲਾ ਹੀ ਘੈਂਟ ਲੱਗਦਾ ਸੱਚੀ ਮੁੱਚੀ ਹਾਏ ਬਹੁਤ ਟਾਈਮ ਹੋ ਗਿਆ ਗਗਨ ਵੇਟ ਕਰਦੀ ਹੋਣੀ ਹੈ ਮੈਂ ਚੱਲਦੀ ਹਾਂ ਮੈਂ ਕਿਆ ਰਹਿੰਦੇ ਕਿੱਥੇ निकी निकी कणी दा मीह वरसेंदा गोडे गोडे का एक मिनट सर जी ਇਹਦੇ 'ਚ ਮੈਨੂੰ ਵੀ ਨਾਲ ਲੈ ਲਓ ਦੇਖ ਲੈ ਭੱਜ ਨਾ ਜਾਈ ਬਿਲਕੁਲ ਨਹੀਂ ਤੁਸੀਂ ਚਲੋ ਲੈ ਫਿਰ ਸੁਣ ਆਹ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ ਗੋਡੇ ਗੋਡੇ ਕਾ ਆ ਜਾ ਦੋਵੇਂ ਗੱਲਾਂ ਕਰੀਏ ਬੈਠ ਕੇ ਭੈਣ ਭਰਾ ਆ ਜਾ ਸਵਾਦ ਲੈ ਬਈ ਆ ਗਏ ਮਾਂ ਦੇ ਲਾਲ ਪ੍ਰੀਤ ਤੇ ਹਰਪਾਲ ਯੋਰ ਗੈਸਟ ਇਜ਼ ਇਨ ਦਾ ਕਾਲਜ ਉਹ ਕ੍ਰਾਸ ਚਰਨ ਗਈ ਤੁਹਾਡੀ ਕਨੋਲਜ ਪੈਸੇ ਬਚਾ ਲਿਆ ਚਲੋ ਫਿਰ ਜਾਂਦੇ ਜਾਂਦੇ ਸਾਡਾ ਬੇਲੀ ਪੇ ਕਰ ਦਿਓ ਫਿਟੇ ਮੂੰਹ ਤੁਹਾਡੇ ਨਾ ਮੇਰਾ ਬਾਦ ਸਿੰਘ ਅੱਖ ਮੇਰੀ ਇੱਲ ਦੀ ਉਹ ਫਿਰ ਪਾਤੀ ਬਜੂੜੀ ਬਿੱਲ ਦੀ ਕੋਈ ਨਾ ਯਾਰ ਕਰੋ ਬਾਦ ਸਿੰਘ ਦੇ ਰਾਹ ਚੈਸ਼ ਪੁਲਿਸ ਵਾਲਿਆਂ ਕੋਲ ਨਹੀਂ ਮੁੱਕਦਾ ਕੈਸ਼ ਥੈਂਕ ਯੂ ਸਰ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਤੁਸੀਂ ਕਿੱਧਰ ਚਲੇ ਗਏ ਸੀ ਯਾਰ ਤੁਹਾਡੇ ਜੁਗਾੜ ਕਰਨ ਗਿਆ ਸੀ ਉਵੇਂ ਕਰਨਾ ਜਿਵੇਂ ਮੈਂ ਕਿਹਾ ਸੀ ਓਕੇ ਹਾਂ ਤੁਸੀਂ ਟੈਨਸ਼ਨ ਨਾ ਲਓ ਪਹਿਲਾਂ ਇਹ ਦੱਸੋ ਜਾਣਾ ਕਿੰਨੇ ਆ ਰੁਕੋ ਰੁਕੋ ਕਾਲੇ ਨਾ ਪਾਓ ਪਹਿਲਾਂ ਸਿਗਨਲ ਤੇ ਆਂ ਦੋ ਚੱਲ ਡਿੱਪੀ ਮੈਂ ਬਾਈ ਸੁਣੀ ਪਗੜਾ ਮੁੰਡਿਆ ਚੱਲ ਬਾਈ ਅੱਜ ਤਾਂ ਵੀਰਵਾਰ ਹੈ ਕਿਸੇ ਫੇਰ ਦੇਣ ਦਾ ਪ੍ਰੋਗਰਾਮ ਨਾ ਰੱਖੀਏ ਵੀਰਵਾਰ ਨੂੰ ਕਹਾਂ ਤੂੰ ਬੱਕਰਾ ਚਰਾਉਣ ਜਾਣਾ ਯਾਰ ਕਮਾਲ ਹੋ ਗਈ ਹੈ ਇਹ ਆ ਗਿਆ ਤੇਰਾ ਹੈ ਚੱਲ ਚੱਲ ਓਏ ਨਹੀਂ 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 ਮੈਂ ਓਕੇ ਜਾ ਰਹੀ ਹੈ ਬਾਈ ਆਲ ਦੀ ਬੈਸਟ ਮਾਰਾ ਛੱਤਰ ਚੜਾਉਣ ਚੱਲਿਆ ਕਿੱਥੋਂ ਸ਼ੁਰੂ ਕਰਾਂ ਯਾਰ ਸਤਿ ਸ਼੍ਰੀ ਅਕਾਲ ਹਾਂ ਮੈਂ ਸਮਝਦੀ ਹਾਂ ਤੇਰੀ ਚਾਲ ਮਾਈਸੈਲਫ ਟੀਪੀ ਸਿੰਘ ਜੀ ਪਿਆਰ ਨਾਲ ਟਿੱਪੀ ਕਹਿੰਦੇ ਆ ਜੀ ਹਾਂ ਫਿਰ ਦੱਸ ਕਿੱਥੇ ਲਾਵਾਂ ਮੈਂ ਟਿੱਪੀ ਬਾਲੀ ਕੱਤੀ ਹੈ ਆਏ ਹਾਏ ਫਸ ਕੇ ਵਿਚਾਰੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਉਗਲੋ ਇਹ ਖਾਓ ਮੈਨੂੰ ਨਾ ਜੀ ਰਾਤਾਂ ਨੂੰ ਨੀਂਦ ਨਹੀਂ ਜੀ ਆਉਂਦੀ ਸਾਰੀ ਰਾਤ ਪਾਸੇ ਮਾਰਦਿਆਂ ਲੰਘ ਜਾਂਦੀ ਹੈ ਜਦੋਂ ਪਾਸਿਆਂ ਤੇ ਵੱਜੇ ਨਾ ਪੁਲਿਸ ਵਾਲਿਆਂ ਦੇ ਡੰਡੇ ਤੂੰ ਰਾਤ ਦੀ ਛੱਡ ਦਿਨੇ ਵੀ ਨੀਂਦ ਆਇਆ ਕਰੂ ਹਾਂਜੀ ਹਾਂਜੀ ਹੁਣ ਐਦਾਂ ਗਾਇਬ ਹੋ ਜਾ ਜਿਵੇਂ ਗਧੇ ਦੇ ਸਿਰ ਤੋਂ ਸਿੰਗ ਲਓ ਬਈ ਰੰਗਾ ਲਓ ਪੱਗਾਂ ਜਿੱਤਿਆ ਤੁਹਾਡਾ ਭਰਾ ਮੋਗੇ ਵਾਲੀ ਲੜਾਈ ਹੈ ਮੋਗੇ ਵਾਲੀ ਲੜਾਈ ਕਦੋਂ ਲੱਗੀ ਉਹ ਆ ਗਿਆ ਹੋ ਗਿਆ ਚੱਲ ਵੀ ਟੈਡੀ ਬੀਅਰ ਤੇਰੀ ਵਾਰੀ ਹੈ ਯੇ ਹੁਣ ਦੇਖੋ ਚੱਲ ਚੱਲ ਜੀ ਪਾਉਂਦੀ ਹੈ ਚੱਲ ਵੀ ਘੋੜਿਆ ਹੁਣ ਤੂੰ ਮਾਰ ਦੇ ਲੱਤੀ ਲੈ ਵੀ ਮਿੱਤਰੋ ਹੁਣ ਤੱਕ ਤਾਂ ਤੁਸੀਂ ਦੇਖਿਆ ਘੋੜੇ ਦਾ ਜਲਵਾ ਲੈ ਹੁਣ ਦੇਖੋ ਘੋੜੇ ਦੀ ਹਾਰਸ ਪਾਵਰ ਓਏ ਸ਼ਾਬਾ ਸ਼ਾਬਾ ਸ਼ਾਜਾ ਐ ਓਏ ਉੱਥੇ ਜਾ ਕੇ ਲੇਦ ਨਾ ਕਰਦੀ ਲਓ ਜੀ ਪਹੁੰਚਿਆ ਹਾਂਜੀ ਦੱਸੋ ਮਾਈਸਲ ਕੁਵਿੰਦਰ ਸਿੰਘ ਹਾਰਸ ਹਾਰਸ ਜੀ ਹਾਂ ਦੋਸਤ ਮੈਨੂੰ ਪਿਆਰ ਨਾਲ ਕਹਿੰਦੇ ਨੇ ਕੋੜਾ ਤੁਸੀਂ ਹਾਂ ਕਰ ਦਿਓ ਆਪਾਂ ਪੱਕਾ ਬਣੀਏ ਜੋੜਾ ਬੜਾ ਕਾਲਾ ਲੱਗਦਾ ਬੜਾ ਲੇਟ ਹੋ ਗਿਆ ਜੋੜੀ ਬਣਾਉਣ ਦੇ ਚੱਕਰ 'ਚ ਘੋੜਿਆ ਤੇਰੇ ਇੰਨੇ ਛੰਟੇ ਪੈਣਗੇ ਨਾ ਬਿਲੋ ਦੀ ਬੈਲਟ ਕਿਸੇ ਨੂੰ ਦਿਖਾਉਣ ਜੋਗਾ ਨਹੀਂ ਰਹੇਗਾ ਫੀਲ ਹੀ ਕਰੇਗਾ ਸਮਝ ਗਿਆ ਨਾ ਮੈਂ ਤਾਂ ਸਮਝ ਗਿਆ ਆ ਮੇਰੇ ਦੋਸਤਾਂ ਨੂੰ ਸਮਝਾ ਦੇ ਰਹਾ ਸਮਝ ਗਿਆ ਨਾ ਹਾਏ ਭਾਬੀ ਆਹਾ ਉਹ ਬੱਲੇ ਘੋੜਿਆ ਛਾ ਗਏ ਪਾਰਟੀ ਹੋ ਗਈ ਭਾਈ ਹੋਇਆ ਕੁਝ ਅਸੀਂ ਅਸੀਂ ਤਾਂ ਪਾਰਟੀ ਨਕੇਲ ਅੱਛਾ ਮੈਂ ਤਾਂ ਲਵਾਤੇ ਦੁੜ ਗਿਆ ਓ ਸ਼ੇਰੂ ਤੂੰ ਕੀ ਇਹ ਸਾਰਾ ਦਿਨ ਫੇਸਬੁੱਕ ਤੇ ਲੱਗਾ ਰਹਿਣਾ
ਕਦੇ ਪ੍ਰੈਕਟੀਕਲ ਵੀ ਹੋ ਜਾ ਕਰ। ਚੱਲ ਫੇਸਬੁੱਕ ਛੱਡ ਤੇ ਫੇਸ ਟੂ ਫੇਸ ਗੱਲ ਕਰ ਜਾ ਕੇ। ਕਰ ਲੈਨੇ ਆਪਾਂ, ਕਿਹੜਾ ਡਰਦੇ ਆ। ਚੱਲ ਚਲੋ ਮਿਸ ਕੈਨੇਡਾ, ਦਿਖਾ ਦੇ ਆਪਣੀ ਕੈਟ ਵਾਕ। ਡੋਨਟ ਵਰੀ, ਜਸਟ ਵਾਚ ਇਟ। ਸ਼ੇਰ ਨੂੰ ਦਿਖਾ ਦੇ ਕੈਟ ਵਾਕ। ਉਹ ਕਿਤੇ ਲੰਘੀ ਨਾ ਜਾਵੇ। ਐਕਸਕਿਊਜ਼ ਮੀ ਜੀ। ਯੈਸ ਮੈਡਮ, ਗੱਲ ਇਹ ਹੈ ਕਿ ਮੈਂ ਰਾਤ ਨੂੰ ਬੜਾ ਸੋਚਿਆ ਤੇ ਗੂਗਲ ਤੇ ਵੀ ਸਰਚ ਮਾਰੀ, ਮੇਰਾ ਕੰਟੀਨ ਵਾਲਾ ਮੁੰਡਾ ਵੀ ਮੈਨੂੰ ਦੱਸ ਰਿਹਾ ਸੀ, ਮੇਰੇ ਦੋਸਤ ਵੀ ਮੈਨੂੰ ਕਹਿੰਦੇ ਆ, ਤੇ ਮੈਂ ਟੋਟਲ ਡਿਸੀਜਨ ਇਹ ਲਿੱਤਿਆ ਕਿ ਮੈਂ ਤੁਹਾਨੂੰ ਪਸੰਦ ਕਰਦਾ। ਪਰ ਤੁਸੀਂ ਕੌਣ? ਮਾਇਸੈਲਫ ਸ਼ੇਰੂ ਜੀ। ਸ਼ੇਰੂ? ਸ਼ੇਰੂ ਤਾਂ ਕੁੱਤੇ ਦਾ ਨਾਮ ਹੁੰਦਾ ਹੈ। ਬਸ ਮੈਡਮ, ਫਿਰ ਕੁੱਤਾ ਹੀ ਸਮਝੋ ਜੀ, ਨਾਲੇ ਤੁਹਾਨੂੰ ਪਤਾ ਹੀ ਹੈ ਕੁੱਤੇ ਕਿੰਨੇ ਵਫਾਦਾਰ ਹੁੰਦੇ ਆ। ਪਰ ਕੁੱਤਾ ਕਦੇ ਕਦੇ ਵੱਢ ਵੀ ਲੈਂਦਾ ਹੈ। ਇਹ ਵੱਢ ਦੇਵਾਂਗੇ ਜੀ, ਕੋਈ ਤੁਹਾਡੇ ਲੱਕ ਚੱਕ ਕੇ ਤਾਂ ਦੇਖੇ। ਮੈਂ ਕਹਿੰਦਾ ਦੰਦੀ ਦੀ ਪੀੜ ਤੇ ਉਹਨੂੰ ਹੋਣੀ ਹੋਣੀ ਹੈ, ਨਾਲੇ 14 ਟੀਕਿਆਂ ਦੀ ਵੀ ਬਹੁਤ ਪੀੜ ਹੋਏਗੀ ਜੀ, ਨਾਲੇ ਇੱਕ ਛੋਟਾ ਜਿਹਾ ਫਾਇਦਾ ਮੇਰਾ ਵੀ ਹੋ ਜਾਏਗਾ ਜੀ। ਉਹ ਤੁਹਾਡਾ ਕੀ ਫਾਇਦਾ? ਮੈਂ ਸੁਣਿਆ ਮੈਡਮ, ਅੱਜ ਕੱਲ ਕਮੇਟੀ ਘਰ ਵਾਲੇ ਆਵਾਰਾ ਕੁੱਤਿਆਂ ਨੂੰ ਬਹੁਤ ਚੱਕ ਰਹੇ ਆ, ਬਚੇ ਰਹਾਂਗੇ ਜੀ ਤੁਹਾਡੀ ਵਜ੍ਹਾ ਨਾਲ। ਫਿਰ ਤੁਸੀਂ ਇੱਕ ਕੰਮ ਕਰੋ। ਦੱਸੋ। ਕੱਲ ਕੁੱਤੇ ਦਾ ਪੱਟਾ ਪਾ ਕੇ ਆਇਓ, ਅਸੀਂ ਫਿਰ ਵੇਖਾਂਗੇ। ਵੇਖਾਂਗੇ? ਦੱਸ ਕੇ ਤਾਂ ਗਈ ਨੀ, ਕਿਹੜੀ ਫਿਲਮ ਦੇਖਾਂਗੇ? ਕੀ ਹੋਇਆ? ਕੀ ਹੋਇਆ? ਹੋਣਾ ਕੀ ਹੈ? ਗਲੇ ਚ ਪੱਟਾ ਪਵਾਤਾ। ਲੈ ਮੋਛੇ, ਅਗਲੀ ਕਹਿੰਦੀ ਕੱਲ ਫ੍ਰੈਂਡਸ਼ਿਪ ਬੈਂਡ ਬਣ ਕੇ ਪਾ ਕੇ ਆਇਓ। ਤੇਰਾ ਕਿਆ ਹੋਗਾ ਕਹਿ ਲਿਆ ਹੈ। ਕਾਲੀਆਂ ਨੀ ਓ ਅਮਿਤਾਭ ਬੱਚਨ। ਓਏ ਅਮਿਤਾਭ ਬੱਚਨ, ਇਹ ਪਾ ਫਿਲਮ ਵਾਲਾ ਕਮਲਿਆ, ਤੇਰੀ ਕੁੜੀਆਂ ਚ ਬਹੁਤ ਡਿਮਾਂਡ ਆ। ਹੁਣ ਦਿਖਾਨੀ ਆ ਤੁਹਾਨੂੰ ਕੀ ਹੋ ਗਿਆ ਤੈਨੂੰ? ਓਏ ਅਦਕ, ਓਏ ਅਦਕ, ਕੀ ਕੀਤਾ? ਮੈਂ ਕੁਛ ਨਹੀਂ ਕੀਤਾ, ਕੀਤਾ ਹੀ ਹੋਇਆ। ਮੈਂ ਕੁਛ ਨਹੀਂ ਕੀਤਾ। ਓਏ ਉੱਠ, ਮੈਨੂੰ ਨਹੀਂ ਪਤਾ ਕੀ ਹੋਇਆ। ਮੈਂ ਅਦਕ ਗਲਤਾ ਸੋਣਾ, ਪਾਣੀ ਫੜਾਈ ਵੀਰ, ਪਾਣੀ ਫੜਾਈ, ਪਾਣੀ ਪਾਣੀ। ਓਏ ਉੱਠ ਮੇਰਾ ਭਰਾ, ਪ੍ਰਪੋਜ਼ ਮਾਰਨਾ ਹੀ ਖੁਦ ਹੀ ਮਰ ਗਿਆ। ਝੰਡੇ ਕੱਢ ਕੇ ਆਏ ਸਾਰੇ, ਚੱਕੀ ਮਾੜਾ ਜਾ ਗਈ। ਵੱਡਾ ਅਮਿਤਾਬ ਠੀਕ ਤਾਂ ਹੈ? ਚਲੋ ਛੱਡੋ ਯਾਰ, ਮਾਰਤਾ ਤੀ ਅਸਤਾ। ਮੁਛਾਪਾ ਨੂੰ ਪਾਸ ਦੇ ਗਿਆ ਡਿਸਕੋ ਦੇ, ਠੀਕ ਹੈ। ਕੱਲ੍ਹ ਆਪਾਂ ਸਾਰਿਆਂ ਨੇ ਚਿਲਪ ਕਰਨਾ ਡਿਸਕੋ ਜਾ ਕੇ। ਤੁਸੀਂ ਸਾਰੇ ਆਪਣੀ ਆਪਣੀ ਗਰਲਫ੍ਰੈਂਡਾਂ ਨਾਲ ਲੈ ਕੇ ਆਇਓ। ਮੱਖਣ ਕੁਰੇ, ਤੂੰ ਸੱਚੀ ਯਾਰ ਦਲੇਰ ਸਿੰਘ ਦੀ ਕਮਜ਼ੋਰੀ ਆ। ਅੱਛਾ ਜੀ, ਜੇ ਮੈਂ ਤੈਨੂੰ ਦਿਹਾੜੀ 'ਚ ਇੱਕ ਵਾਰੀ ਵੇਖ ਲਵਾਂ ਨਾ, ਮੈਨੂੰ ਪੱਵੇ ਦਾ ਨਸ਼ਾ ਹੋ ਜਾਂਦਾ। ਤੇ ਜੇ ਦੋ ਵਾਰ ਵੇਖ ਲਓ ਫੇਰ? ਫੇਰ ਅਧੀਏ ਦਾ। ਤੇ ਜੇ ਤਿੰਨ ਵਾਰ ਵੇਖ ਲਓ ਫੇਰ? ਫੇਰ ਨਾ ਚਿੱਤ ਘਾਉ ਮਾਉ ਜਿਹਾ ਹੋ ਕੇ ਕੱਚਾ ਕੱਚਾ ਜਿਹਾ ਹੋਣ ਲੱਗ ਜਾਂਦਾ। ਕੀ ਮਤਲਬ? ਮੇਰੀ ਕਪੈਸਿਟੀ ਇਹਦੀ ਤੱਕਦੀ ਆ। ਤੁਸੀਂ ਵੀ ਨਾ। ਅੱਛਾ ਮਖਣੀ, ਇੱਕ ਗੱਲ ਮੰਨੇਗੀ? ਕੀ? ਅੱਜ ਸੱਚੀ ਮੇਰਾ ਘੁੱਟ ਲਾਉਣ ਨੂੰ ਜੀ ਕਰਦਾ, ਰੋਕੀ ਨਾ। ਕੀ ਮੇਰੀ ਅੱਖਾਂ 'ਚ ਹੁਣ ਪਹਿਲਾਂ ਵਾਲਾ ਸਰੂਰ ਨਹੀਂ ਰਿਹਾ ਜਿਹੜੀ ਇਸ ਚੰਦਰੀ ਦੀ ਲੋੜ ਪੈ ਗਈ? ਵੈਸੇ ਕੁਛ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਉਖੜੇ ਉਖੜੇ ਜਿਹੇ ਰਹਿੰਦੇ ਹੋ। ਅਸਲੀਅਤ ਇਹ ਆ ਕਿ ਅੱਜ ਕੱਲ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਹਾਏ ਹਾਏ, ਤੁਹਾਡੀ ਤਬੀਅਤ ਤਾਂ ਠੀਕ ਹੈ, ਮੈਨੂੰ ਦੱਸੋ ਕੀ ਗੱਲ ਹੈ? ਗੱਲ ਤਾਂ ਇੱਕੋ ਹੀ ਆ ਜਿਹੜੀ ਦਿਨ ਰਾਤ ਮੈਨੂੰ ਘੁਣ ਵਾਂਗੂ ਖਾਈ ਜਾ ਰਹੀ ਹੈ। ਆਖੇ ਜੱਟ ਜੰਮੇ ਤਾਂ ਜ਼ਮੀਨ ਵਿੱਚ ਪਹਿਣ ਵੰਡੀਆਂ, ਲਾਲਾ ਜੰਮੇ ਤਾਂ ਹੋਰ ਦੁਕਾਨ ਬਣਦੀ। ਸਾਡੇ ਬਾਬੇ ਹੋਰਾਂ ਕੋਲ 24 ਏਕੜ ਜ਼ਮੀਨ ਸੀ ਤੇ ਸਾਡੇ ਬਾਪੂ ਹੋਰੀ 3 ਭਰਾ ਸੀ, ਉਹਨਾਂ ਹਿੱਸੇ 8-8 ਕਿੱਲੇ ਆਏ। ਅੱਗੋਂ ਮੈਂ ਤੇ ਸ਼ਮਸ਼ੇਰ 2 ਭਰਾ ਤੇ ਮੇਰੇ ਹਿੱਸੇ ਆਈ 4 ਕਿੱਲੇ, ਜਿਹਦੇ ਵਿੱਚੋਂ 1 ਕਿੱਲਾ ਮੈਂ ਤੇਰੇ ਤੇ ਤੇਰੇ ਲਾਡਲਿਆਂ ਦੇ ਮਗਰ ਲੱਗ ਕੇ ਵੇਚਦਾ। ਅੱਗੋਂ ਮੈਨੂੰ ਦਿੰਦਾ ਜਿੱਦਾਂ ਦੀਆਂ ਪ੍ਰੀਤ ਤੇ ਹਰਪਾਲ ਦੀਆਂ ਹਰਕਤਾਂ ਨੇ, ਉਹਨਾਂ ਨੇ ਰਹਿੰਦੀ ਖੁੰਦੀ ਜ਼ਮੀਨ ਵੀ ਖੋਰ ਦੇਣੀ। ਬਸ ਇਹ ਸਮਝ ਕਿ ਜ਼ਮੀਨ ਨਹੀਂ ਖੁਰ ਰਹੀ, ਅੰਦਰੋਂ ਅੰਦਰੀ ਤੇਰਾ ਦਲੇਰ ਸਿੰਘ ਖੁਰ ਰਿਹਾ। ਤੁਸੀਂ ਵੀ ਨਾ ਬਸ ਐਵੇਂ ਝੂਰਦੇ ਰਹਿੰਦੇ ਹੋ, ਵੇਖ ਲਈਓ ਇੱਕ ਦਿਨ ਮੇਰੇ ਇਹਨਾਂ ਲਾਲਾ ਨੇ ਤੁਹਾਡਾ ਨਾਂ ਰੋਸ਼ਨ ਕਰਨਾ। ਤੁਸੀਂ ਭਾਵੇਂ ਇਹਨਾਂ ਨੂੰ ਲੱਕ ਕੋਸੀ ਜਾਓ, ਪਰ ਮੈਂ ਜਾਣਦੀ ਹਾਂ
मेरे पुत दिलां दे माड़े नहीं। अदर वेखो नाले जे बांदर दे जवाक बचपन च खार मस्तियां नहीं करूगे ताकी बुढ़ापे च गुलाटियां मारूगे है हाय हाय हंस के तां दिखाओ इन्ना वधिया जोक मारिया। ਹਾਂ ਯਾਰ ਨਾ ਤਾਂ ਸੜੀ ਜਿੰਦਾਲ ਚੌਂਕੜੀ ਆਈ ਨਾ ਆਪਣੀਆਂ ਕਬੂਤਰੀਆਂ ਹੋਰ ਤੂੰ ਕਬੂਤਰੀਆਂ ਨੂੰ ਫੋਨ ਮਿਲਾ ਜ਼ਰਾ ਗੁੱਡ ਆਈਡੀਆ ਹੈਲੋ ਓ ਯਾਰ ਕੀ ਤੁਸੀਂ ਹੈ ਅੱਛਾ ਓਕੇ 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 ਹਾਂ ਉਹ ਵੀਰੇ ਆਪਣਾ 150 ਕਿੱਲਾ ਪੱਕਾ ਹੋ ਗਿਆ ਮਤਲਬ ਉਹ ਮਤਲਬ ਕਹਿੰਦੇ ਡਿਸਕੋ ਡਿਸਕੋ ਨੂੰ ਗੋਲੀ ਮਾਰੋ ਹਾਂ ਰਿੰਗ ਸੈਰੇਮਨੀ ਦੀ ਤਿਆਰੀ ਕਰੋ ਓਏ ਅੱਛਾ ਫਿਰ ਤਾਂ ਬੜਾ ਫਨ ਬਣਦਾ ਯਾਰ ਓ ਯੈਸ मेरे दिल दे रब ते तुरदी तू जद कैट वॉक करदी मेरे दिल दे रब ते तुरदी तू जद कैट वॉक करदी होए अप डाउन मेरी हार्ट बीट होए अप डाउन मेरी हार्ट बीट होए अप डाउन मेरी हार्ट बीट तू पैर जदों धरदी मेरे दिल दे रब ते तुरदी तू जद कैट वॉक करदी मेरे दिल दे रब ते तुरदी तू जद कैट वॉक करदी ਸ਼ਕੀਰਾ ਖਾਸ ਮਡੋਨਾ ਨਹੀਂ ਮਹਿਮਾਨ ਦੀ ਸ਼ਾਈਨਿੰਗ ਤੇ ਹਾਵੀ ਨਖਰੇ ਦਾ ਸੋਨਾ ਨੀ ਕੁਝ ਵੀ ਨੀ ਤੇਰੇ ਅੱਗੇ ਸ਼ਕੀਰਾ ਖਾਸ ਮਡੋਨਾ ਨਹੀਂ ਤੇਰੇ ਲੱਕ ਦਾ ਵੇਖੋ ਸਿਖਰ ਦੁਪਹਿਰੇ ਉੱਠਣ ਵਾਲੀ ਕੌਮ ਨੂੰ ਅੱਜ ਸਵੇਰੇ ਸਵੇਰੇ ਕਾਹਦੀ ਭਸੂੜੀ ਪਈ ਆ ਵਿਆਹ ਉਹਦੇ ਨਾਲ ਕਰਾਵਾਂਗੇ ਜਿਹੜੀ ਮੰਮੀ ਦੇ ਪਸੰਦ ਹੋਏਗੀ ਉਹਦੇ ਨਾਲ ਕਰਾ ਰਹੇ ਆ ਜਿਹੜੀ ਮੰਮੀ ਨੂੰ ਪਸੰਦ ਆ ਗਈ ਮੇਰੇ ਪੁੱਤ ਨੂੰ ਅੱਜ ਕਿੰਨੀ ਖੁਸ਼ੀ ਚੜੀ ਆ ਖੁਸ਼ੀ ਚੜੇ ਨਾ ਰਹਿ ਗਏ ਮੰਗਣੀ ਵਿਆਹ ਦੇ ਦਿਨ ਥੋੜੇ ਤਿਆਰੀ ਕਰ ਸਰਪੰਚਣੀਏ ਹਾਏ ਹਾਏ ਮੈਂ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਮੈਂ ਸੱਸ ਬਣ ਰਹੀ ਆ ਮੈਨੂੰ ਤਾਂ ਕੁੜੀਆਂ ਵੀ ਮੋਟੀ ਮੱਤ ਵਾਲੀਆਂ ਲੱਗਦੀਆਂ ਜਿਹੜੀਆਂ ਵਿਹਲਿਆਂ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਗਈਆਂ ਤੁਸੀਂ ਚਾਹੇ ਲੱਖ ਨਿੰਦੀ ਜਾਓ ਮੇਰੇ ਪੁੱਤਰਾਂ ਨੂੰ ਪਰ ਹੀਰਿਆਂ ਦੀ ਪਰਖ ਤਾਂ ਜੌਹਰੀਆਂ ਨੂੰ ਹੀ ਹੁੰਦੀ ਆ ਕਿਸ਼ਨ ਕੜੀਆ ਸੁਨਿਆਰ ਨੇ ਸਾਲਿਓ ਤੁਸੀਂ ਤਾਂ ਕਹਿੰਦੇ ਸੀ ਜੱਟ ਨੇ ਲੈ ਦੱਸ ਚਾਹੇ ਹੋਣ ਘੁਮਿਆਰ ਤੇ ਚਾਹੇ ਹੋਣ ਸੁਨਿਆਰ ਤੁਸੀਂ ਅੰਬ ਖਾਣੇ ਜਾਂ ਦਰਖਤ ਜਿੰਨੇ ਨੇ ਕਿਉਂ ਜੀ ਹਾਂਜੀ ਹਾਂਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੇ ਪੁੱਤਾਂ ਨੇ ਮੇਰੇ ਸਾਰੇ ਦੁੱਖ ਦੂਰ ਕਰ ਦੇਣੇ ਨੇ ਤੁਹਾਨੂੰ ਪਤਾ ਮੇਰੀਆਂ ਨੂੰਹਾਂ 150 ਕਿੱਲੇ ਜ਼ਮੀਨ ਦੇ ਵਿੱਚ ਲੈ ਕੇ ਆ ਰਹੀਆਂ ਨੇ ਜੇ ਤੁਹਾਡੀਆਂ 7 ਪੁਸ਼ਤਾਂ ਵੀ ਬੈਠ ਕੇ ਖਾਣਗੀਆਂ ਨਾ ਤਾਂ ਵੀ ਨਹੀਂ ਮੁੱਕਣੀ ਹੱਕ ਪਰਾਇਆ ਨਾਨਕਾ ਉਹ ਸੂਰਸ ਗਏ ਕਮਾਈ ਤਾਂ ਮੱਖਣ ਕੋਰੇ ਹੱਕ ਹਲਾਲ ਦੀ ਫਲਦੀ ਹੁੰਦੀ ਆ ਆ ਕਥਾ ਕਦੀ ਫੇਰ ਕਰ ਲਈਓ ਫਿਲਹਾਲ ਤਾਂ ਨਵੇਂ ਲੀੜੇ ਸਵਾਲੋ ਰਿੰਗ ਸ਼ਰਮਣੀ ਲਈ ਦੁਨੀਆ ਦਾ ਵੀ ਜੀਵੇ ਦਸਤੂਰ ਹੈ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਕੱਪੜੇ ਲਾਉਣ ਜਾਂਦੇ ਆ ਉਹ ਵੀ ਨਵੇਂ ਲੀੜੇ ਪਾ ਕੇ ਹਾਂ ਬੋਲੀ ਜਾਓ ਓਏ ਉਹ ਵਿਆਹ ਉਹਦੇ ਨਾਲ ਕਰਾਵਾਂਗੇ
ਜਿਹੜੀ ਮੰਮੀ ਦੇ ਪਸੰਦ ਆ ਗਈ ਯਾ ਉਹਦੇ ਨਾਲ ਕਰਾਂਗੇ ਜਿਹੜੀ ਮੰਮੀ ਦੇ ਪਸੰਦ ਆ ਗਈ ਯਾ ਉਹਦੇ ਨਾਲ ਕਰਾਂਗੇ। आ गया ना कोठी देख के मुझ बाणी मन गए ना मेरे मुंडिया दी चैस मुंडिया ने ब्याह कोठी नाल कराउणा असली चॉइस ता कुड़ियां हुंदियां ता सरपंच साहब ओ भी देख लियो जे ना वेख के अखां चुंदे आ गईयां ता के ओ हां क्यों मेरे होर खड़े हैं ना चलो हुण ओ एक मिनट आ फड़ियो जरा स्टाइल मारन दियो थोड़ा। हां बेबे आजा 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 आओ जी आओ ब्रा साहब सस्कार मसी जी आए नु वेलकम थोड़ा सस्कार बड़ी खुशी हुई जी तुहानू मिलके आओ आओ जी आओ डेट ऑफ बर्थ तारीख को ज्यादा ही हुई है बहुत बढ़िया घर है थोड़ा आओ बैठो बैठो प्लीज इतना सामान तक कभी असि दिवाली नु नहीं खरीदे आओ जी बैठो जी आए एक बारी फिर सस्कार सस्कार जिन्ना सुने सी ना उस तो किते वद निकले सच्ची भैन जी बच्चे तो थोड़े बहुत ही सनखे ने सनखे हुन की में ना मेरे ते गए आ बाजी हुन ता गए समझो हैं जी मैं समझा नहीं अब कहंदे नहीं हुंदे जी भाई नोट बना लिया ते गया मुंडा ब्याह लिया ते गया सरपंच साहब असीं तुहानूं पुराणे तोरण फिरदे आ तुसीं भां तो ते ना उठो सच्ची बराड़ साहब तुहाडा सुभाव बहुत वधिया अच्छा चलो छड्डो हुण तुसीं इह दसो ਬਈ ਲਾਉਂਗੇ ਕੀ ਚੁਆਇਸ ਇਜ਼ ਯੋਰਸ ਗਰੇਵਾਲ ਸਾਹਿਬ ਜੇ ਚੁਆਇਸ ਪੁੱਛੇ ਲਈਆ ਫਿਰ ਤਾਂ ਬਿਸਕਿਟ ਬਿਸਕਿਟ ਸਰਪੰਚ ਸਾਹਿਬ ਬਿਸਕਿਟ ਕਹਿ ਰਹੇ ਨੇ ਬਹੁਤ ਪਸੰਦ ਨੇ ਇਹਨਾਂ ਨੂੰ ਹੈਨਾ ਚਾਹ ਨਾਲ ਚਾਹ ਨਾਲ ਬਿਸਕਟ ਲੈਣਗੇ ਕਿਉਂ ਜੀ ਹਾਂਜੀ 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 ਹਾਂ ਲਓ ਜੀ ਆਪਣੀਆਂ ਕੁੜੀਆਂ ਵੀ ਆ ਗਈਆਂ ਚਾਹ ਲੈ ਕੇ ਕਦੀ ਹੁਣ ਤਾਂ ਗਈਆਂ ਹੀ ਸਮਝੋ ਹਾਈ ਮੈਂ ਵਾਰੀ ਜਾਵਾਂ ਮੈਂ ਸੱਦ ਕੇ ਜਾਵਾਂ ਚਸ਼ਮੇ ਬਹਾਦੂਰ ਭੈਣ ਜੀ ਆਹ ਤਾਂ ਨੈਲੇ ਤੇ ਨੈਲੇ ਵਾਲੀ ਗੱਲ ਹੋ ਗਈ ਕੁੜੀਆਂ ਤਾਂ ਤੁਹਾਡੀਆਂ ਵੀ ਬਹੁਤ ਸੋਹਣੀਆਂ ਨੇ ਹਾਏ ਓ ਰੱਬਾ ਬਸ ਸਾਡੀਆਂ ਬੱਚੀਆਂ ਸਮਝੋ ਸਾਡੀਆਂ ਹੀ ਸਮਝੋ ਅਸੀਂ ਕੁਛ ਸਮਝੇ ਨਹੀਂ ਹੈ ਦਰਅਸਲ ਭੈਣ ਜੀ ਇਹ ਸਾਡੇ ਮੁਨੀਮ ਦੀਆਂ ਬੱਚੀਆਂ ਉਹਨਾਂ ਤੋਂ ਬਾਅਦ ਅਸੀਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਚਲੋ ਕੋਈ ਨੀ ਫਿਰ ਤਾਂ ਤੁਹਾਡੀਆਂ ਹੀ ਬੇਟੀਆਂ ਹੋਈਆਂ ਵਿਆਹ ਦੀ ਸਾਰੀ ਜ਼ਿੰਮੇਵਾਰੀ ਵੀ ਤੁਹਾਡੀ ਹੋਈ ਹੈ ਨਾ ਭੈਣ ਜੀ ਇਸ ਤੋਂ ਜ਼ਿਆਦਾ ਅਸੀਂ ਕੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ ਇਹਨਾਂ ਨੂੰ ਅੱਛੀ ਤਾਲੀਮ ਦਵਾ ਦਿੱਤੀ ਨਾਲੇ ਤੁਸੀਂ ਜਾਣਦੇ ਹੋ ਕਿ ਵਿੱਦਿਆ ਹੀ ਸਭ ਤੋਂ ਵੱਡਾ ਗਿਆ ਨਹੀਂ ਭੈਣ ਜੀ ਇੱਕ ਗੱਲ ਪਹਿਲੇ ਸਾਫ਼ ਸਾਫ਼ ਕਰ ਲੈਣੀ ਚੰਗੀ ਹੁੰਦੀ ਹੈ ਤੁਹਾਡੀ ਕੋਈ ਡਿਮਾਂਡ ਤਾਂ ਨਹੀਂ ਲਓ ਜੀ ਜੀ ਨਤੀ ਦੇਤੀ ਉਹਨੇ ਹੋਰ ਕੀ ਲਕੋ ਰੱਖ ਲਿਆ ਬਿਲਕੁਲ ਭੈਣ ਜੀ ਮੇਰੀ ਵੀ ਇਹੋ ਸੋਚ ਹੈ ਪਰ ਮੈਂ ਦਹੇਜ ਦੇ ਸਖ਼ਤ ਖਿਲਾਫ਼ ਹਾਂ ਅਸੀਂ ਤਾਂ ਬੱਚੀਆਂ ਨੂੰ ਸਿਰਫ ਤਿੰਨ ਕੱਪੜਿਆਂ 'ਚ ਹੀ ਤੋੜਨਾ ਹੈ ਕਰ ਲਓ ਕਿਉਂ ਨੂੰ ਭਾਂਡਾ myself bendu main banda bendu myself bendu main banda 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 kar la ke un panda aur yaar tobi de kutte na kar de na kaat de hun te ji karda is beedi ch shek ho jave te itthe jal parwah ho jiye आप शाल नहीं मार होनी यारा छेड़ा किस्मत चड्डा वड्डा छेद हो गया वो कि छोटा रह गया सी हैं वैसे आइडिया किदा सी एक घोड़ा हिंग्या सी चल फिर घोड़े दी पूछ नू बनिए पटाके यो एक घोड़िया ਦੇਖ ਸਾਲਾ ਘੋੜਾ ਕਿਵੇਂ ਘੋੜੇ ਵੇਚ ਕੇ ਸੁੱਤਾ ਪਿਆ ਤੇਰੀ ਮੈਨੂੰ ਲੱਗਦਾ ਤੇ ਪਾਪਾ ਜੀ ਆਏ ਸੌਰੀ ਸੌਰੀ ਮੇਰੀ ਬੈਨ ਸੌਰੀ ਹੈਲੋ ਦੂਸਰੇ ਕਮਰੇ ਸੁੱਤਾ ਪਿਆ ਹੁਣ ਚੱਲ 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 ਓਏ ਓਏ
ਓਏ ਆਰਾਮ ਨਾਲ ਉੱਠ ਮੈਂ ਕਹਿਣ ਵੀਰੇ ਆ ਕੀ ਮਟੀਰੀਅਲ ਓਏ ਕੀ ਹੈ ਉਹ ਦਿਖਾ ਹੈਲੋ ਓਏ ਪਾਪਾ ਨਹੀਂ ਇਹ ਸਾਰਾ ਇਸੇ ਦੇ ਸਿਆ ਭਾਈ ਅੱਛਾ ਫੋਟੋ ਖਿੱਚ ਫੋਟੋ ਖਿੱਚ ਫੋਟੋ ਇੱਕ ਮਿੰਟ ਇੱਕ ਮਿੰਟ होगी एक इस बगैर कोड़िया कोड़िया साड़िया तेरी ये मैं नंगरा कट साड़े पैसे कट साला मच्छिया कट साड़े पैसे केड़े बच्ची लग केड़े बच्ची लग साला बंदा यार नवा तेरे चट्टे नोक खर्चा देख की करे यार अगले लतियार में साड़ी जवानी रोड़ के अपनी जवानी टेबल ते जा के सुता है भाई साले दा मुंह देख किड्डा वड्डा है रात नु पानी च ठोके सुन अचार कबोदियां सिर दी निशान दे वास्ते रखियां अपनी पोती दी उम्र दी कुड़ियां नु है पर ओस करदा है आहो 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 ठीक है चल जा जिन्ना मर्जी ले लियो तेनु गिदड़ा जिया जे तेरी चौकी खत्म हो गई होवे ते कोई गलबात कर ले आहो सानू मुनता यार होया की है होना की है ਕੁੜੀਆਂ ਦੇ ਚੱਕਰ 'ਚ ਸਾਡੇ ਪਿਓ ਦੀ ਜ਼ਮੀਨ ਬਕਵਾਤੀ ਅੱਛਾ ਅੱਗੇ ਉਹਨਾਂ ਦਾ ਪਿਓ ਵੀ ਨੰਗੀ ਨਿਕਲਿਆ ਅੱਛਾ ਸਾਡੇ ਪਿਓ ਦੇ 25 ਲੱਖ ਬਰਬਾਦ ਕਰਵਾਤੇ ਓ ਯਾਰ ਛੱਡੋ 25 ਲੱਖ ਨੂੰ ਗੋਲੀ ਮਾਰੋ ਇੱਧਰ ਆਓ ਤੁਹਾਨੂੰ ਇੱਕ ਚੀਜ਼ ਦਿਖਾਣਾ ਤੂੰ ਕੀ ਦਿਖਾਏਗਾ ਹੁਣ ਸਾਨੂੰ ਓ ਬੈਠੋ ਤਾਂ ਸਹੀ ਤੂੰ ਸਾਡੇ 25 ਲੱਖ ਵਾਪਸ ਕਰ ਓਏ 25 ਲੱਖ ਤਾਂ ਕੁਝ ਵੀ ਨਹੀਂ ਆ ਇੱਧਰ 2.5 ਕਰੋੜ ਦੀ ਆਸਾਮੀ ਦੇਖ ਕੁਝ ਨਹੀਂ ਯਾਰ ਆ ਦੇਖ ਆਇਕਰ ਸ਼ੁਰੂ ਇਹਨੂੰ ਬਾਲਾ ਤੋਂ ਜ਼ੂਮ ਕਰਕੇ ਨਾ ਭਾਈ ਕਿਸੇ ਨੂੰ ਦੱਸਿਆ ਨਾ ਯਾਰ ਉਹ ਤੇਰੀ ਹਾਏ ਆ ਸਿਰ ਦਾ ਤਾਈ ਕਿੱਥੋਂ ਬਣਾਇਆ ਸੀ ਓਏ ਭਾਈ ਸ਼ਹਿਰ ਤੋਂ ਆਇਕਰ ਨਹੀਂ ਕੱਲ ਨੂੰ ਇੱਧਰ ਦੇ ਮੁੱਛਾਂ ਤੇ ਆ ਬਾਲ ਲੈ ਕੇ ਆ ਕੋੜੇ ਕਾਲਜ ਮੁਸ਼ੁਕਾ ਕੁੜੀਆਂ ਗੰਜ गगनदीप आज तुसी विश नहीं कीता की होया बड़े उदास लग रहे हो हाँ ओह माय गॉड व्हाट हैपेंड ਭਾਵੇਂ ਤੁਸੀਂ ਕੁਛ ਨਾ ਦੱਸੋ ਪਰ ਮੈਂ ਸੱਚ ਜਾਣਦੀ ਹਾਂ ਜਦੋਂ ਦਿਲ ਟੁੱਟਦਾ ਹੈ ਉਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਚਲੋ ਆਪਾਂ ਬੈਠ ਕੇ ਗੱਲ ਕਰਦੇ ਹਾਂ ਚਲੋ ਚੱਲ ਪਰੇਸ਼ਾਨ ਨਾ ਆਪਾਂ ਬੈਠ ਕੇ ਗੱਲ ਕਰਦੇ ਹਾਂ ਰੋਵਾਂ ਦਿਲ ਨੂੰ
ਠੱਗੀ ਵਾਲਾ ਨਿਕਲਿਆ ਯਾਰ। ਲੋਕਾਂ ਦੇ ਕਾਗਜ਼ ਫੜਫੜ ਰੱਖ ਲੈ ਤੇ ਪੂਰਾ ਪੂਰਾ ਰਕਮ ਦੇ ਦਿੱਤੀ। ਤੇ ਹੋਰ ਕੀ ਬਈ, ਡੀਲਰ ਇੰਨੇ ਚਲਾਕ ਨਿਕਲੇ ਕਿ ਜ਼ਿਮੀਂਦਾਰਾਂ ਨੂੰ ਮੂਰਖ ਬਣਾਉਣ ਲੱਗਿਆ, ਬਿੰਦ ਨਹੀਂ ਲਾਇਆ। ਲੰਬੜਦਾਰ ਸਾਹਿਬ, ਤੁਹਾਨੂੰ ਕਿਹਨੇ ਕਿਹਾ ਡੀਲਰ ਜੱਟਾਂ ਨਾਲ ਠੱਗੀ ਮਾਰ ਕੇ? ਲੈ ਉਹ ਪਿੰਦੇ ਕਿਆ ਦੇ ਆਪਣੇ ਕਾਜ ਵਾਸ ਵੀ ਲਿਆਏ, ਉਹ ਫਸ ਗਏ ਸਾਡੇ ਅਰਗੇ। ਅਸੀਂ ਤਾਂ ਨਾ ਹੁਣ ਆਰ ਤੇ ਰਹੇ ਨਾ ਪਾਰ ਦੇ। ਉਹ ਬਰਾੜ ਸਾਹਿਬ ਕਿਹੜੀਆਂ ਸੋਚਾਂ ਚ ਪੈ ਗਏ? ਉਹ ਕਿਤੇ ਸਾਨੂੰ ਮੱਤਾਂ ਦਿੰਦੇ ਦਿੰਦੇ ਆਪ ਤਾਂ ਨੀ ਫਸ ਗਏ? ਨਹੀਂ 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 ਨਹੀਂ, ਮੈਨੂੰ ਤਾਂ ਕੰਮ ਯਾਦ ਆ ਗਿਆ। ਉਹ ਲੱਗਦਾ ਇਹ ਵੀ ਫਸ ਗਿਆ। ਹਾਂ, ਲਾਡਲੀ ਔਲਾਦ ਤੇ ਸੋਹਣੀ ਜਨਾਨੀ, ਆਓ ਜੀ ਸਰਪੰਚ ਸਾਹਿਬ ਜੀ ਆਇਆਂ ਨੂੰ ਹੁਕਮ। ਪਹਿਲਾਂ ਤਾਂ ਕਰਨਾ ਹੈ ਮੈਂ ਬੇਨਤੀ ਜੀ, ਤੇ ਜੇ ਗੱਲ ਬੇਨਤੀ ਨਾਲ ਨਾ ਨਿਬੜੀ ਫਿਰ ਹੁਕਮ ਵੀ ਕਰ ਲਾਂਗੇ। ਬੜੇ ਤੱਤੇ ਲੱਗਦੇ ਹੋ ਸਰਪੰਚ ਸਾਹਿਬ, ਆਓ ਬੈਠੋ। ਦੱਸੋ ਠੰਡਾ ਮੰਗਾਵਾਂ ਕਿ ਤੱਤਾ? ਜੇ ਕੋਸਾ ਕੋਸਾ ਮੰਗਾ ਲਵੋ ਤੁਹਾਡੀ ਸਿਹਤ ਲਈ ਵੀ ਠੀਕ ਰਹੂਗਾ, ਮੇਰੀ ਲਈ ਵੀ। ਹੈਂ, ਮੈਂ ਕੁਛ ਸਮਝਿਆ ਨਹੀਂ। ਮੈਂ 10 ਸਾਲ ਸਰਪੰਚੀ ਕੀਤੀ ਆ, ਆਪ ਭਾਵੇਂ ਕੁਝ ਨਹੀਂ ਸਮਝਿਆ ਪਰ ਸਾਰੀ ਉਮਰ ਲੋਕਾਂ ਨੂੰ ਇਹ ਸਮਝਾਇਆ। ਇੰਨਾ ਕੁ ਤਾਂ ਮੈਂ ਵੀ ਸਮਝ ਗਿਆ ਵੀ ਅੱਜ ਭਰਾ ਦੇ ਤੇਵਰ ਕੁਝ ਠੀਕ ਨਹੀਂ ਲੱਗਦੇ। ਜੇ ਸਮਝ ਗਿਆ ਨਾ ਫਿਰ ਬੰਦੇ ਦਾ ਪੁੱਤ ਬਣ ਕੇ ਮੇਰੀ ਜ਼ਮੀਨ ਦੇ ਕਾਗਜ਼ ਮੈਨੂੰ ਵਾਪਸ ਕਰ ਦੇ। ਕਿਉਂ, ਕੀ ਗੱਲ ਹੋ ਗਈ? ਬਿਨਾਂ ਮਨਜ਼ੂਰੀ ਲਈ ਲੋਕਾਂ ਨੂੰ ਪਲਾਟ ਕੱਟ ਕੱਟ ਵੇਚ ਰਹੇ ਹਾਂ, ਉਹਨਾਂ ਨਾਲ ਠੱਗੀਆਂ ਮਾਰ ਰਹੇ ਹਾਂ, ਹਜੇ ਪੁੱਛਦਾ ਕੀ ਗੱਲ ਹੋ ਗਈ? ਕਰਾਵਾਂ ਤੇਰੇ ਤੇ ਪਰਚਾ? ਉਹ ਤਾਂ ਤੁਹਾਨੂੰ ਪਤਾ ਹੀ ਹੈ ਸਰਪੰਚ ਸਾਹਿਬ ਕਿ ਸਰਕਾਰੀ ਕੰਮਾਂ 'ਚ ਟਾਈਮ ਤਾਂ ਲੱਗਦਾ ਹੀ ਹੁੰਦਾ। ਲੱਗਦਾ ਹੋਊ ਪਰ ਮੇਰੇ ਕੋਲ ਟਾਈਮ ਨਹੀਂ ਹੈ, ਮੈਨੂੰ ਮੇਰੀ ਜ਼ਮੀਨ ਦੇ ਕਾਗਜ਼ ਵਾਪਸ ਚਾਹੀਦੇ ਆ। ਜੇ ਨਹੀਂ ਯਕੀਨ ਮੇਰੇ ਤੇ ਤਾਂ ਲੈ ਜਾਓ ਆਪਣੇ ਬਿਆਨੇ ਦੇ ਕਾਗਜ਼ ਵਾਪਸ, ਪਰ ਮੇਰਾ ਸਾਰਾ ਪੈਸਾ ਸੂਦ ਸਮੇਤ ਵਾਪਸ ਕਰ ਦਿਓ। ਇਹ ਤਾਂ ਬਿਹਾਰੀ ਗੱਲ ਹੈ। ਗੱਲ ਭਾਵੇਂ ਬਿਹਾਰੀ ਆ ਭਾਵੇਂ ਬੰਗਾਲੀ ਆ, ਤੇਰੇ ਪੈਸੇ ਤੈਨੂੰ ਮਿਲ ਜਾਣਗੇ। ਪਰ ਪੈਸੇ ਤਾਂ ਸਾਰੇ ਸਾਲੇ। ਹਾਂ ਹਾਂ, ਪੈਸੇ ਤਾਂ ਲਾ ਦਿੱਤੇ ਹੋਣੇ ਆ, ਹੁਣ ਤਾਂ ਕੁੱਢੇ। ਜੱਟ ਤਾਂ ਸਿਰਫ ਦਾਣੇ ਸਾਂਭਣ ਜੋਗਾ, ਨੋਟ ਨਹੀਂ ਸਾਂਭਣਦੇ ਜੱਟਾਂ ਤੋਂ। ਓਏ ਸ਼ੁਕਰ ਕਰੋ ਲਾਲਾ ਜੀ ਕਿ ਤੁਹਾਡਾ ਵਾਹ ਭੋਲੀ ਕੌਮ ਨਾਲ ਪਿਆ। ਜਿੱਦਣ ਜੱਟਾਂ ਨੂੰ ਪੈਸੇ ਸਾਹਮਣੇ ਆ ਗਏ ਨਾ ਤਾਂ ਤੁਹਾਡੀਆਂ ਪੁਸ਼ਤਾਂ ਨੂੰ ਲੋਹੇ ਦੇ ਛੋਲੇ ਚੱਪਣੇ ਪੈ ਜਾਣੇ ਆ। ਜੱਟ ਦਾਣੇ ਸਾਹਮਣੇ ਜਾਣਦਾ। ਹੋ ਰਿਹਾ ਬਾਪੂ, ਕੀ ਹੋਇਆ ਹੁਣ? ਚੱਲ ਯਾਰ, ਜੀ ਜਾ ਨਹੀਂ ਕਰ ਰਿਹਾ ਜਾਣਦਾ। ਬਾਪੂ ਨੇ ਫਿਰ ਐਵੇਂ ਆਪਣੀ ਘਟੀਆ ਜੀ ਦਲੀਲਾਂ ਦੇਣੀਆਂ ਸ਼ੁਰੂ ਕਰ ਦੇਣੀਆਂ। ਉਹ ਯਾਰ ਕੋਈ ਨਾ, ਓਏ ਔਖੀ ਵੇਲੇ ਦੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ, ਉਹ ਇਹ ਤੇ ਫਿਰ ਆਪਣਾ ਸਗਾ ਪਿਓ ਹੈ। ਚੱਲ ਉਹ ਗੱਲ ਸੁਣੋ ਯਾਰ, ਮੈਂ ਵੀ ਤੁਹਾਡੇ ਨਾਲ ਹੀ ਚੱਲਦਾ। ਔਰ ਤੂੰ ਰਹਿਣ ਦੇ ਰਹਿਣ ਦੇ, ਤੇਰੀਆਂ ਪਹਿਲਾਂ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣ ਡਿਆ ਯਾਰ। ਉਹ ਬਈ, ਸਿਆਣਾ ਬੰਦੇ ਨਾਲ ਹੋਣਾ ਹੀ ਚਾਹੀਦਾ, ਸੋ ਸਲਾਹ ਕਰਨੀ ਪੈ ਜਾਂਦੀ ਹੈ। ਅਕੜੇ ਬੰਦਾ ਬਣ ਜਾ ਫਿਰ ਤੇ ਹੀ ਹੈ ਤੇਰਾ ਸਮਾਨ। ਵੈਸੇ ਵੀ ਤੂੰ ਮੱਝਾਂ ਮੱਝਾਂ ਨਿਭਾਉਣੀਆਂ ਨੇ। ਗੱਲ ਸੁਣੋ, ਮੈਂ ਸਿਰ ਗੋਏ ਚੁੱਕੂੰਗਾ। ਕਹਿੰਦੇ ਜ਼ਮੀਨ ਜੱਟ ਦੀ ਮਾਂ ਹੁੰਦੀ ਆ, ਪਰ ਸਾਲਿਆਂ ਨੇ ਆਪਣੇ ਲਾਲਚ ਪਿੱਛੇ ਮੇਰੀ ਮਾਂ ਵੀ ਰੋਲ ਕੇ ਰੱਖਦੀ। ਹੌਲੀ ਯਾਰ, ਬਾਬੂ ਜੀ ਪੈਰੀ ਬਣੇ ਜੀ। ਬਾਪੂ ਜੀ, ਰੱਬ ਨੇ ਸਾਡੇ ਲੇਖ ਹੀ ਇੱਦਾਂ ਦੇ ਲਿਖੇ ਆ, ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਸਾਰਾ ਪੁੱਠਾ ਹੀ ਪੈ ਜਾਂਦਾ। ਇਹਦੇ ਚ ਪੁੱਤਰ ਤੁਹਾਡਾ ਕਸੂਰ ਨਹੀਂ, ਤੁਸੀਂ ਜੰਮੇ ਹੀ ਪੁੱਠੇ ਹੋ। ਲੋਕ ਕਹਿੰਦੇ ਪੁੱਠਾ ਜੰਮਣ ਵਾਲਾ ਲੋਕਾਂ ਦੀ ਚੁੱਕ ਕੱਢਣ ਦੇ ਕੰਮ ਆਉਂਦਾ, ਤੁਸੀਂ ਤਾਂ ਸਾਲੇ ਉਹ ਵੀ ਨਹੀਂ ਆਉਂਦੇ। ਕਹਿ ਲਓ ਸਰਪੰਚ ਸਾਹਿਬ, ਤੁਸੀਂ ਵੀ ਕਹਿ ਲਓ, ਪਰ ਹੋਇਆ ਸਾਡੇ ਨਾਲ ਧੋਖਾ ਹੀ ਹੈ। ਹੁਣ ਸਾਤੋਂ ਗਲਤੀ ਹੋਈ ਹੈ, ਭਾਵੇਂ ਸਾਡੇ ਥੱਪੜ ਮਾਰ ਲਓ। ਨਾਲੇ ਕਹਿੰਦੇ ਆ ਨਾ, ਪਿਓ ਦੇ ਥੱਪੜ ਤੇ ਦੁੱਧ ਦੇ ਛੱਪੜ, ਤੁਸੀਂ ਬਸ ਕਈ ਮੈਨੂੰ ਫੜਾਓ। ਸਰਪੰਚ ਸਾਹਿਬ, ਇੱਕ ਮੌਕਾ ਦੇ ਕੇ ਦੇਖੋ, ਅਸੀਂ ਪਹਿਲੀ ਵੀ ਛਡਾ ਲੈਣੀ ਆ ਹੁਣ, ਹੈ ਨਾ? ਜ਼ਮੀਨ ਛਡਵਾਉਣੀ ਆ ਛਡਵਾਓ, ਨਹੀਂ ਛਡਵਾਉਣੀ ਨਾ ਛਡਵਾਓ, ਪਰ ਰੱਬ ਦਾ ਵਾਸਤਾ ਮੇਰੀ ਜਾਨ ਛੱਡੋ। ਸਰਪੰਚ ਸਾਹਿਬ, ਸਾਡੀ ਗੱਲ ਤਾਂ ਸੁਣੋ। ਅਸੀਂ ਕਿਹੜੀ ਮੈਂ ਸੁਣਾ ਤੁਹਾਡੀ, ਕਿਉਂ ਸੁਣਾ ਮੈਂ ਤੁਹਾਡੀ ਗੱਲ? ਅਸੀਂ ਜੀ ਕਿਹੜੀ ਨਵੀਂ ਗਿੱਦੜ ਸਿੰਘੀ ਆ ਜੋ ਤੁਹਾਡੇ ਹੱਥ ਲੱਗੀ ਆ। ਤੁਸੀਂ ਘਰੇ ਤੇ ਆਓ, ਤੁਹਾਨੂੰ ਗਿੱਦੜ ਸਿੰਘੀ ਵੀ ਦਿਖਾ ਦਿੰਨੇ ਆ। ਹਾਂ ਹਾਂ, ਛੇਤੀ ਆਇਓ, ਆ ਜਾਇਓ। ਲਾਡਲੀ ਔਲਾਦ ਤੇ ਸੋਹਣੀ ਜਨਾਨੀ, ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ, ਇੱਥੋਂ ਤੱਕ ਕਿ ਜ਼ਿੰਦਗੀ ਦੇ ਨੱਕੇ ਵੀ ਆਪਣੀ ਮਰਜ਼ੀ ਨਾਲ ਬਣਵਾਉਂਦੀ। ਮੰਮੀ, ਅੱਜ ਉਹ ਘੜੀ ਆ ਗਈ ਹੈ ਜਿਹੜੀ ਸਾਨੂੰ ਕਰੋੜਪਤੀ ਬਣਾ ਕੇ ਰਹੂ। ਹਾਏ ਵੇ, ਇਹੋ ਜਿਹੀ ਘੜੀ ਵੀ ਬਣਨ ਲੱਗ ਗਈ ਜਿਹੜੀ ਇਨਸਾਨ ਨੂੰ ਕਰੋੜਪਤੀ ਬਣਾ ਦਿੰਦੀ ਆ। ਉਹ ਮਤਾ ਮਤਲਬ ਤੇਰੇ ਪੁੱਤਰਾਂ ਦੇ ਸੁਪਨੇ ਸਾਕਾਰ ਹੋਣ ਦਾ ਵੇਲਾ ਆ ਗਿਆ ਹੈ, ਬਸ ਇੱਕ ਵਾਰ ਸਾਡੀ ਮਦਦ ਹੋਰ ਕਰ ਦੇ। ਓ ਨਾ 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 ਨਾ, ਅੱਗੇ ਵੀ ਮੈਂ ਤੁਹਾਡੀਆਂ ਗੱਲਾਂ ਚੱਕ ਤੁਹਾਡੇ ਬਾਪੂ ਅੱਗੇ ਬਹੁਤ ਬੁਰੀ ਬਣੀ ਆ।
ਹੁਣ ਨਹੀਂ ਆਂਦੀ ਮੈਂ ਤੁਹਾਡੀਆਂ ਗੱਲਾਂ ਚ। ਹਾਂ ਮਾਂ ਪਿਛਲੀਆਂ ਗੱਲਾਂ ਛੱਡ ਤੂੰ, ਪਹਿਲਾਂ ਫੋਟੋ ਪਛਾਣ ਕਿਹਦੀ ਹੈ? ਆਪਣੇ ਬਾਪੂ ਦਾ ਹੁਲੀਆ ਬਦਲ ਦਊਂਗੇ ਤਾਂ ਰਹੂਗਾ ਤਾਂ ਤੁਹਾਡਾ ਬਾਪੂ ਹੀ ਨਾ। ਮਾਤਾ ਖਾ ਗਈ ਨਾ ਧੋਖਾ। ਆ ਹੈ ਸਾਡਾ ਪਿਓ ਸਾਬਕਾ ਸਰਪੰਚ, ਤੇ ਆ ਇਨਾਮੀ ਗੁੰਡਾ ਕਾਕਾ ਬਿਸ਼ਨੋਈ ਜਿਹਦੇ ਤੇ ਪੂਰੇ 2.5 ਕਰੋੜ ਦਾ ਇਨਾਮ ਹੈ। ਹਾਏ ਹਾਏ, ਥੋਬੜਾ ਤਾਂ ਤੁਹਾਡੇ ਬਾਪੂ ਵਰਗਾ ਹੀ ਹੈ। ਕਿਤੇ ਤੁਹਾਡੇ ਬਾਪੂ ਦਾ ਜੁੜਵਾ ਭਰਾ ਤਾਂ ਨਹੀਂ? ਲੈ ਬਾਪੂ ਦਾ ਕਹਿ ਰਹੇ ਨੀ ਮਾਣ, ਜੁੜਵਾ ਲੱਭਦੀ ਹੈ ਤਾਈ। ਮੈਂ ਕਮਾ ਕਿ ਬਚੋਲੇ ਨੇ ਮੈਨੂੰ ਦਿਖਾਇਆ ਕੋਈ ਹੋਰ ਤੇ ਵਿਆਹ ਮੇਰਾ ਕਿਸੇ ਹੋਰ ਨਾਲ ਕਰਾਤਾ। ਹਾਏ ਵੇ ਮਰ ਜਾਏ ਉਹ ਬਚੋਲਾ ਜਿੰਨੇ ਰੱਖਿਆ ਮੈਂ ਢੋਲਾ, ਦਿਖਾਇਆ ਮੈਨੂੰ ਵਿਸ਼ਨੋਈ ਕਾਕਾ ਤੇ ਗੱਲ ਪਾਤਾ ਤੁਹਾਡਾ ਪਾਪਾ। ਕਾਸ਼ ਮੈਂ ਕਾਕਾ ਬਿਸ਼ਨੋਈ ਦੀ ਲੁਗਾਈ ਹੁੰਦੀ ਤਾਂ ਅੱਜ ਸਰਕਾਰ ਨੇ ਮੇਰੀ ਫੋਟੋ ਵੀ ਅਖਬਾਰ 'ਚ ਛਪਾਈ ਹੁੰਦੀ। ਮਾਂ ਹੁਣ ਸਬਰ ਕਰ, ਹਾਂ ਹੁਣ ਇਹਦੇ ਨਾਲ ਹੀ ਕੰਮ ਚਲਾ। ਮੈਂ ਤੇ ਕਹਿਣਾ ਬਾਪੂ ਨੂੰ ਕਾਕਾ ਬਿਸ਼ਨੋਈ ਬਣਾ ਕੇ ਪੁਲਿਸ ਦੇ ਹਵਾਲੇ ਕਰ ਦਈਏ। ਹਾਂ ਤੇ ਇਨਾਮ ਦਾ ਪੂਰਾ 2.5 ਕਰੋੜ ਦਾ 2.5 ਕਰੋੜ ਸਾਡਾ। ਹਾਂ ਸ਼ਾਬਾਸ਼ ਤੁਹਾਡੇ, ਤੁਹਾਡਾ ਬਾਪੂ ਸਾਰੀ ਉਮਰ ਜੇਲ੍ਹ 'ਚ ਰਹੂ ਤਾਂ ਮੈਂ ਕੀ ਕਰੂੰ? ਮਾਤਾ ਤੂੰ ਵੀ ਕਮਲੀਆਂ ਗੱਲਾਂ ਕਰਦੀ ਹੈ। ਜਦੋਂ ਸਰਕਾਰ ਨੂੰ ਪਤਾ ਚੱਲੇਗਾ ਕਿ ਇਹ ਤਾਂ ਕਾਕਾ ਬਿਸ਼ਨੋਈ ਹੈ ਹੀ ਨਹੀਂ, ਇਹ ਤਾਂ ਦਲੇਰ ਸਿੰਘ ਹੈ, ਫਿਰ ਉਹਨਾਂ ਨੇ ਸਰਪੰਚ ਸਾਹਿਬ ਦਾ ਆਚਾਰ ਪਾਉਣਾ। ਮੇਰਾ ਮਤਲਬ ਛੱਡਣਾ ਹੀ ਪੈਣਾ, ਉਦੋਂ ਤੱਕ ਆਪਾਂ 2.5 ਕਰੋੜ ਬਿੱਲੇ ਲਾ ਦੇਣਾ। ਮਤਲਬ ਮਤਲਬ ਆਪਾਂ ਜ਼ਮੀਨ ਸਾਰੀ ਵਾਪਸ ਲੈ ਲੈਣੀ ਹੈ ਤੇ ਉਸ ਨੂੰ ਬਾਪੂ ਵੀ ਘਰੇ ਆ ਜਾਣਾ। ਹਾਂ ਗੱਲ ਤਾਂ ਤੇਰੀ ਠੀਕ ਹੈ, ਮੈਂ ਤਾਂ ਸਮਝ ਗਈ, ਪਰ ਤੁਹਾਡਾ ਬਾਪੂ ਸਮਝ ਜਾਊਗਾ? ਮਾਤਾ ਉਹਦੇ ਲਈ ਸੁਨਿਆਰੇ ਦੀ ਦੁਕਾਨ ਲੁੱਟਣ ਦਾ ਡਰਾਮਾ ਕਰਨਾ ਪੈਣਾ। ਬਸ ਇੱਕ ਵਾਰ ਨਾ ਬਾਪੂ ਨੂੰ ਕਾਕਾ ਬਿਸ਼ਨੋਈ ਦੀ ਐਕਟਿੰਗ ਕਰ ਲਈ ਰਾਜ਼ੀ ਕਰ ਲੈ ਪਲੀਜ਼। ਹਾਂ ਮੈਂ ਤਾਂ ਨਾਟਕਾਂ 'ਚ ਹੀਰੋਇਨ ਦਾ ਰੋਲ ਕੀਤਾ ਹੈ, ਪਰ ਤੁਹਾਡੇ ਪਾਪੇ ਨੂੰ ਤਾਂ ਕਿਸੇ ਨੇ ਰਾਮਲੀਲਾ 'ਚ ਹਿਰਨ ਦਾ ਰੋਲ ਨਹੀਂ ਦਿੱਤਾ। ਜੇ ਮੈਨੂੰ ਨਹੀਂ ਨਾ ਐਕਟਿੰਗ ਆਉਂਦੀ ਤਾਂ ਸਮਝ ਲਾ ਫਿਰ ਧਰਮਿੰਦਰ ਨੂੰ ਵੀ ਨਹੀਂ ਆਉਂਦੀ। ਅੱਛਾ ਜੀ, ਉਹ ਮੈਂ ਤਾਂ ਜਾਣ ਬੁੱਝ ਕੇ ਨਹੀਂ ਕੁੱਤੇ ਕੰਮਾਂ 'ਚ ਪੈਂਦਾ, ਨਹੀਂ ਮੈਨੂੰ ਤਾਂ ਸ਼ੋਲੇ ਫਿਲਮ 'ਚ ਵੀਰੂ ਦਾ ਰੋਲ ਮਿਲਦਾ ਸੀ। ਫਿਰ ਕੀਤਾ ਕਿਉਂ ਨਹੀਂ? ਹੇਮਾ ਨਹੀਂ ਮੰਨੀ। ਹਾਏ ਮੇਰਾ ਵੀਰੂ। ਬਾਪੂ ਜੀ ਤੁਸੀਂ ਗੱਲਾਂ ਬੜੀਆਂ ਪਿਆਰੀਆਂ ਕਰਦੇ ਹੋ, ਐਵੇਂ ਥੋੜਾ ਤੁਹਾਨੂੰ ਅਸੀਂ ਬਾਪੂ ਬਾਪੂ ਕਹਿੰਦੇ ਆ। ਸਾਲੇ ਉਹ ਇੱਕਦਮ ਜਿਹੜਾ ਸਰਪੰਚ ਤੋਂ ਬਾਪੂ ਤੇ ਉਤਰਿਆ ਏ, ਲੱਗਦਾ 3 ਦਿਨ ਬਾਹਰ ਰਹਿ ਕੇ ਅਕਲ ਟਿਕਾਣੇ ਆ ਗਈ। ਉਹ ਛੱਡੋ ਬਾਪੂ ਜੀ ਪੁਰਾਣੀਆਂ ਗੱਲਾਂ ਦਾ ਗੁੱਸਾ, ਇੱਕ ਨਵੀਂ ਕੰਮ ਦੀ ਗੱਲ ਸੁਣੋ। ਦੂਰਦਰਸ਼ਨ ਤੇ 13 ਕਿਸ਼ਤਾਂ ਦਾ ਇੱਕ ਡਰਾਮਾ ਮਿਲਿਆ, ਪੂਰਾ 50 ਲੱਖ ਰੁਪਈਆ ਮਿਲੂ 50 ਲੱਖ। ਮੰਮੀ ਨੂੰ ਤਾਂ ਅਸੀਂ ਹੀਰੋਇਨ ਦੇ ਰੋਲ ਲਈ ਮਨਾ ਲਿਆ। ਹੁਣ ਤੁਸੀਂ ਦੱਸੋ, ਹੀਰੋ ਦਾ ਰੋਲ ਕਰਨਾ ਜਾਂ ਕੋਈ ਹੋਰ ਬੰਦਾ ਲੱਭੀਏ? ਸਾਲਿਆ ਹੋਰ ਬੰਦਾ ਲੱਭਣ ਨੂੰ ਮੈਂ ਮਰ ਗਿਆ। ਕੀ ਯਾਰ, ਜ਼ਮੀਨ ਤਾਂ ਗਵਾਈ ਆ, ਹੁਣ ਜਨਾਨੀ ਵੀ ਗਵਾਉਣੀ ਆ, ਸਾਰੀ ਉਮਰ ਮੈਂ ਡਰਾਮੇ ਹੀ ਕੀਤੇ ਆ। ਹੋਰ ਨਹੀਂ ਤਾਂ ਕੀ, ਤੁਸੀਂ ਸਮਝਦੇ ਕੀ ਹੋ ਬਰਾੜ ਸਾਹਿਬ ਨੂੰ? ਜਮਾ ਹੀਰੋ ਹੈ ਹੀਰੋ, ਬਸ ਤੁਸੀਂ ਰੋਲ ਸੁਣਾਓ ਕੀ ਹੋ ਜੀ। ਸਾਲਿਆ ਮੈਨੂੰ ਹੁਣ ਚੀਰਨਾ। ਦੱਸੋ ਵੀ ਕੀ ਦੱਸਾਂ, ਲਾਡਲੀ ਔਲਾਦ ਤੇ ਸੋਹਣੀ ਜਨਾਨੀ, ਬੰਦੇ ਤੋਂ ਕੀ ਕੁਛ ਨਹੀਂ ਕਰਾਉਂਦੀ, ਇੱਥੋਂ ਤੱਕ ਸਾਲਾ ਮਰਾਸੀ ਵਾਲਾ ਕੰਮ ਨਹੀਂ ਕਰਾਉਂਦੀ। ਨਾ ਮੇਰਾ ਬਾਤ ਸਿੰਘ, ਅੱਖ ਹੈ ਮੇਰੀ ਇਲਦੀ, ਸੱਚ ਸੱਚ ਦੱਸ ਦੇ ਸਾਲਾ, ਭੁੱਕੀ ਕਿੱਥੋਂ ਮਿਲਦੀ? ਆਏ ਜਨਾਬ ਮੈਨੂੰ ਪਤਾ ਕਿੱਥੋਂ ਮਿਲਦੀ। ਇਹਨੂੰ ਪੁੱਛਦਾ ਕੰਜਰ ਨੂੰ। ਅਛਾ ਦਾਦੀ ਛੋੜ ਦੋ, ਮੰਗਦਾ ਛੋੜ ਦੋ ਮੁੰਡੇ, ਛੋੜ ਦੋ ਸਾਹਿਬ ਜੀ, ਛੋੜ ਦੋ ਛੋੜ ਦੋ। ਓਏ ਸੋਹਣੇ ਲੰਬਾ, ਆ ਪੰਜਾਬ 'ਚ ਗੰਦ ਪਾਇਆ ਸਾਲਾ ਨੇ। ਹਾਂਜੀ ਹਾਂਜੀ, ਚਿੰਤਾ ਨਾ ਕਰੋ, ਹੋ ਜਾਏਗਾ। ਸਤਿ ਸ੍ਰੀ ਅਕਾਲ ਸਰ ਜੀ। ਓ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਾਈ, ਅੱਜ ਕਿਵੇਂ ਠਾਣੇ ਤੇ ਰੇਡ ਮਾਰੀ? ਬਸ ਸਰ, ਉਹ ਕੋਲੋਂ ਦੀ ਲੰਘ ਰਹੇ ਸੀ, ਸੋਚਿਆ ਤੁਹਾਡੇ ਦਰਸ਼ਨ ਕਰ ਲਈਏ, ਨਾਲੇ ਤੁਹਾਡੇ ਤੋਂ ਚਾਹ ਪੀ ਚਲੀਏ। ਅੱਛਾ, ਉਹ ਗੱਲ ਸੁਣ, 2 ਕੱਪ ਚਾਹ ਲੈ ਕੇ ਆ ਜੀ। ਹੋਰ ਸੁਣਾਓ। ਵੈਸੇ ਸਰ ਜੀ ਘੈਂਟ ਬੜੇ ਲੱਗ ਰਹੇ ਨੇ, ਮੁੱਛ ਦੇਖੀ ਬਾਈ ਦੇ ਮੁੱਛ, ਕੀ ਬਾਤ ਹੈ। ਸੁਣੀ ਮੈਮ ਐਵੇਂ ਥੋੜਾ ਮਰਦੀ ਹੈ ਸਰ ਤੇ। ਇਹ ਵੀ ਸਹੀ ਹੈ। ਗੱਲ ਸੁਣੋ, ਇਹ ਗੱਲ ਸੁਣੋ, ਕੀ ਗੱਲ, ਅੱਜ ਕੀ ਕੰਮ ਹੈ? ਇੱਕ ਪਲਾਟ ਦੇਖਿਆ ਆਪਾਂ ਲੇਕ ਦੇ ਕੋਲ, 8 ਮਰਲੇ ਪਲਾਟ, ਮਲਾਈ ਐਸੀ ਪ੍ਰਾਪਰਟੀ। ਅੱਛਾ, ਵਧਾਈਆਂ ਯਾਰ ਫਿਰ ਤਾਂ। ਸਾਨੂੰ ਕਾਹਦੀਆਂ ਵਧਾਈਆਂ ਤੇ ਤੁਹਾਨੂੰ, ਤੁਹਾਡੇ ਲਈ ਵੇਖਿਆ ਆਪਾਂ। ਮੇਰੇ ਲਈ? ਆਪਣੀ ਹਿੰਮਤ ਹੈ ਨਹੀਂ ਇੰਨੀ ਪਲਾਟ ਪਲੂਟ ਲੈਣ ਦੀ ਬਾਈ। ਸਰ ਜੀ, ਚ ਹਿੰਮਤ ਦੀ ਨਹੀਂ, ਤੁਹਾਡੇ ਸਾਥ ਦੀ ਲੋੜ ਹੈ। ਮੇਰੇ ਸਾਥ ਦੀ ਲੋੜ ਹੈ? ਉਹ ਕਿਵੇਂ? ਸਾਡੇ ਕੋਲ ਇੱਕ ਪਲਾਨ ਆ, ਉਹ 'ਚ ਤੁਹਾਡਾ ਵੀ ਫਾਇਦਾ ਤੇ ਸਾਡਾ ਵੀ ਫਾਇਦਾ। ਅੱਛਾ, ਹਾਂ ਕੰਨ 'ਚ ਦੱਸ ਯਾਰ।
ਤੁਹਾਡੀ ਇੰਨੀ ਹਿੰਮਤ ਥਾਣੇ ਚ ਇੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਸਰ ਜੀ ਫਿਰ ਮੈਂ ਕਹਿੰਦਾ ਤਾਲਾ ਲਾ ਲੈ ਇਹਨੂੰ। ਸਰ ਜੀ ਪਰ ਉਹ ਮੈਂ ਕਹਿੰਦਾ ਚੇਪੂ ਲਾ ਲੈ ਚੇਪੂ। ਉੱਠੋ ਖੜਾਓ ਖੜਾਓ ਖੜਾਓ। ਉਹ ਮੈਂ ਕਹਿੰਦਾ ਛੇਤੀ ਖੜਾਓ ਤੁਰ ਜਾ ਤੂੰ। ਉਹ ਬਾਈ ਸੀਰੀਅਸ ਲੱਗਦਾ ਯਾਰ। ਚਲੋ ਮੋਚ ਨੇ ਤਾਂ ਅੱਜ ਗੰਢੇ ਹੀ ਗੱਲ ਤੇ ਯਾਰ। ਸੱਚੀ ਯਾਰ ਸਾਰੀ ਉਮੀਦਾਂ ਤੇ ਸੁਨਾਮੀ ਫੇਰਦੀ। ਲਾਲਚ ਤਾਂ ਬਹੁਤ ਵੱਡਾ ਦਿੱਤਾ ਸੀ, ਹੋਰ ਧੜਿੰਗ ਖਾ ਗਿਆ ਯਾਰ। ਚੱਲ ਛੱਡ ਯਾਰ, ਗੋਲੀ ਮਾਰਦੇ ਇਹਨੂੰ, ਚਾਹ ਪੀ ਕੇ ਇਹਨੂੰ ਠੰਡੀ ਕਰਨੀ ਹੈ। ਓਏ ਚਾਹ ਤਾਂ ਫੇਰ ਵੀ ਤੱਤੀ ਹੋਜੂ, ਜਿਹੜੀ ਕਿਸਮਤ ਠੰਡੀ ਹੋਈ ਆ ਉਹਦਾ ਕੀ ਕਰਾਂਗੇ। ਮੁੱਚ ਦੀਆਂ ਗੱਲਾਂ ਸੁਣ ਕੇ ਤੇ ਬੁਖਾਰ ਚੜ੍ਹਨ ਲੱਗ ਗਿਆ ਯਾਰ। ਸ਼ੈਤਾਨ ਨੂੰ ਯਾਦ ਕੀਤਾ, ਸ਼ੈਤਾਨ ਹਾਜ਼ਰ। ਲਓ ਪਿੱਛੇ ਦੇਖ, ਇਹ ਇੱਥੇ ਕੀ ਕਰਨ ਆ ਰਿਹਾ? ਕੀ ਪਤਾ। ਓ ਕਿਵੇਂ ਕਿਵੇਂ ਸਿਰ ਸੁੱਟੀ ਬੈਠਿਆ ਦੋਨੇ, ਹੈ? ਤੁਸੀਂ ਤਾਂ ਸਾਡਾ ਦਿੱਲੀ ਤੋੜਤਾ। ਓ ਕੋਈ ਨਾ ਯਾਰ, ਜੋੜ ਦਿੰਦੇ ਆ ਦਿਲ ਵੀ। ਓ ਲਿਆਓ ਮੁੰਡਿਆ 3 ਕੱਪ ਦੁੱਧ ਚ ਪੱਤੀ ਪਾ ਕੇ। ਲੈ ਓ ਕੰਜਰ ਦਿਓ, ਇਹੋ ਜਿਹੀਆਂ ਗੱਲਾਂ ਸਾਰੇ ਥਾਣੇ 'ਚ ਥੋੜਾ ਕਰੀਦੀਆਂ। ਓਏ ਥਾਣੇ 'ਚ ਤਾਂ ਕੰਧਾਂ ਦੇ ਵੀ ਕੰਨ ਹੁੰਦੇ ਆ, ਠੀਕ ਹੈ? ਹੁਣ ਦੱਸੋ ਕੀ ਹੈ ਤੁਹਾਡੀ ਸਕੀਮ? ਓ ਸਰ ਜੀ, ਕਦੋਂ ਤੱਕ ਗੱਡਰ ਵਾਲੇ ਕੋਠੇ 'ਚ ਰਹੀ ਜਾਓਗੇ? ਅਸੀਂ ਸੋਚਦੇ ਤੁਹਾਨੂੰ ਲੈਂਟਰ ਵਾਲੀ ਕੋਠੀ ਪਾ ਦਈਏ, ਪਰ ਤੁਸੀਂ ਸਾਡੀ ਗੱਲ ਹੀ ਨਹੀਂ ਸੁਣੀ। ਨਾਕਿਆਂ 'ਤੇ ਤੁਸੀਂ ਰਿਕਸ਼ਾ ਵਾਲਿਆਂ ਨੂੰ ਵੀ ਭੁੱਕ ਦਿੰਦੇ ਹੋ। ਓ ਯਾਰ ਛੱਡੋ ਇਹਨਾਂ ਗੱਲਾਂ ਨੂੰ, ਤੁਸੀਂ ਪਲਾਨ ਦੱਸੋ, ਛੇਤੀ ਕਰੋ, ਪਲਾਨ ਕੀ ਹੈ ਤੁਹਾਡਾ? ਦਿਖਾ ਦਿਖਾ ਸਰ ਜੀ, ਪਹਿਲਾਂ ਤੁਸੀਂ ਆਹ ਫੋਟੋਆਂ ਦੇਖੋ। ਓਏ ਓਏ, ਇੱਕ ਤਾਂ ਤੁਹਾਡਾ ਬਾਪੂ ਹੈ, ਆ ਦੂਜਾ ਮਸ਼ਹੂਰ ਡਾਕੂ ਹੈ, ਹੈਂ? ਖਾ ਕੇ ਨਾ ਮਾਰ। ਹੁਣ ਦੇਖੋ, ਮੰਨ ਗਏ ਤੁਹਾਨੂੰ ਬਈ, ਬੜੇ ਇਸ਼ਦਾਨ ਹੈ ਤੁਸੀਂ, ਹੈਂ? ਇਹ ਤਾਂ ਸਾਡੀ ਸਕੀਮ ਹੈ। ਓਏ ਇਹ 10 ਨੰਬਰੀਆ ਕਾਕਾ ਬਿਸ਼ਨੋਈ ਹੈ, ਬੜਾ ਆਯਾਸ਼ ਤੇ ਬੜਾ ਖਤਰਨਾਕ ਬੰਦਾ ਹੈ। ਛੋਰੀ ਟੜ ਜਾ, ਕਾਕਾ ਬਿਸਨੋਈ ਇੱਕ ਠੋੜ ਮਾਰ ਖਾਤਾ, ਜੋ ਛੋਰੀ ਕੇ ਹੱਥ ਨਹੀਂ ਲਗਾਤਾ। ਬਾਂਕੀ ਰਨ ਹੂੰ, ਪਰ ਕਾਕਾ ਬਿਸਨੋਈ ਰਨ ਕੋ ਵੀ ਗੰਦ ਦਿਖਾਤਾ। ਸਾਰੀ Thank you.
ਸਾਲੀ ਲਾਡਲੀ ਲਾਤ ਤੇ ਸੋਹਣੀ ਜਨਾਨੀ ਪਰਾਂ ਮਰ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ ਇੱਥੋਂ ਤੱਕ ਕਿ ਸਾਲੇ ਕੰਜਰ ਵਾਲੇ ਕੰਮ ਵੀ ਕਰਵਾਉਂਦੀ ਸਰਪੰਚ ਸਾਹਿਬ ਆ ਸ਼ਰਾਬ ਦੀ ਦੁਕਾਨ ਜਿੱਥੇ ਆਪਾਂ ਡਾਕਾ ਮਾਰਨਾ ਹੈ ਮਤਲਬ ਤੁਸੀਂ ਕਾਕਾ ਬਿਸ਼ਨੋਈ ਬਣ ਕੇ ਡਾਕਾ ਮਾਰਨ ਦੀ ਐਕਟਿੰਗ ਕਰਨੀ ਹੈ ਉਹ ਤਾਂ ਠੀਕ ਹੈ ਪਰ ਇੱਥੇ ਮੈਨੂੰ ਤੁਹਾਡੇ ਕੋਈ ਕੈਮਰੇ ਕੂਮਰੇ ਤਾਂ ਦਿਖਦੇ ਨਹੀਂ ਉਹ ਕਿੱਥੇ ਨੇ ਉਹ ਦੇਖੋ ਇੱਕ ਤਾਂ ਉੱਪਰ ਲੱਗਾ ਤੇ ਬਾਕੀ ਬਾਕੀ ਅੰਦਰ ਹਿਡਨ ਨੇ ਮਤਲਬ ਲੋਕਾਂ ਤੋਂ ਲੁਕੋ ਕੇ ਰੱਖੇ ਨੇ ਅੱਛਾ 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 ਠੀਕ ਹੈ ਡਾਇਲੌਗ ਡੂਲੋ ਤਾਂ ਯਾਦ ਆ ਨਾ ਮੈਨੂੰ ਯਾਦ ਹੈ ਹੈਲੋ ਮਿਸਟਰ ਹਾਊ ਡੂ ਯੂ ਡੂ ਆਈ ਐਮ ਲਿੱਲੀ ਫਰੋਮ ਦਿੱਲੀ ਵਾਹ ਤੇ ਤੁਹਾਨੂੰ ਓਏ ਹੋਏ ਸਰਪੰਚ ਸਾਹਿਬ ਸਿੱਧਾ ਕਨਪਟੀ ਤੇ ਪਿਸਤੌਲ ਰੱਖ ਕੇ ਤੁਸੀਂ ਕਹਿਣਾ ਕਿ ਸਾਰੇ ਆਪਣੀ ਬਾਹਾਂ ਉੱਤੇ ਚੱਕੋ ਸਾਲੇ ਬਾਹਾਂ ਉੱਤੇ ਚਕਾ ਕੇ ਮੈਂ ਉਹਨਾਂ ਦੀਆਂ ਕੱਛਾਂ ਮੋਹਣੀਆਂ ਦੁਕਾਨਦਾਰ ਦੀ ਨਹੀਂ ਮੰਮੀ ਦੀ ਪੁੜਪੜੀ ਤੇ ਰੱਖ ਕੇ ਕਹਿਣਾ ਯਾਰ ਓ ਹਾਂ ਯਾਦ ਆਇਆ ਹਾਏ ਓਏ ਜੀ ਇਹਨੂੰ ਅੰਦਰ ਪਾਲੋ ਅੰਦਰ ਪਾਲੋ ਇੱਥੇ ਨਹੀਂ ਅੰਦਰ ਅੰਦਰ ਪਾਲੋ ਅੱਛਾ ਯਾਰੀਆ ਹੁਣ ਕਰੈਕਸ਼ਨ ਪੱਕਾ ਪੱਕਾ ਏ ਹੁਣ ਕੋਈ ਗਰਕਣੀ ਹੈ ਫਿਰ ਤੁਸੀਂ ਕਹਿਣਾ ਸ਼ਿਕਾਰੀ ਤੇ ਕੁੱਤੀ ਦੀ ਗੱਲ ਕਰਦਾ ਮੰਮੀ ਇਹਨਾਂ ਨੂੰ ਘਰੋਂ ਡਾਈਪਰ ਲਾ ਕੇ ਦੋਰਿਆ ਕਰੋ ਆਹੋ ਹਾਏ ਮਾਰਕਟ ਚ ਇੰਨੇ ਇੰਨੇ ਸਾਈਜ਼ ਦੇ ਪੋਤੜੇ ਮਿਲਦੇ ਆ ਕਰੀਓ ਬਕਵਾਸ ਓਏ ਅਸੀਂ ਅੰਦਰ ਜਾ ਰਹੇ ਹਾਂ ਗਾਹਕ ਬਣ ਕੇ ਤੇ ਪਲੀਜ਼ ਟਾਈਮ ਤੇ ਆ ਜਿਓ ਛੇਤੀ ਆ ਜਾਊਂਗਾ ਆ ਜਾਊਂਗਾ ਮੈਂ ਕਿਹਾ ਜੀ ਸਾਰੇ ਡਲੌਗ ਡਲੂ ਹਰਿਆਣਵੀ ਚ ਬੋਲਦੇ ਆ ਸਮਝ ਗਿਆ ਨਾ ਸ਼ੌਰੀ ਤੂੰ ਕਿਉਂ ਬੋਲੀ ਹੋ ਰਹੀ ਸੈਮ ਮੈਂ ਯੂ ਗਿਆ ਆਰ ਯੂ ਆਇਆ ਓ ਬੇਬੇ ਕੰਟਰੋਲ ਕੰਟਰੋਲ ਮੰਮੀ ਅੰਦਰ ਵੀ ਜਾ ਕੇ ਡਾਇਲੌਗ ਬੋਲਣੇ ਆ ਜੈਸ 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 How did you do? I am Lily from Delhi. Ra talu ram, gaadi start rakhi hai. Main yu aaya lath gaad ke. Hello Mr. How do you do? I am Lily from Delhi. Show me some jewelry. No. Us sarpanch saab kithe reh gaye hun? Oh aa gayi. Sarpanch saab kamal ho gayi yaar. Pure character ch lagde hai. ਚਲ 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 ਰਾ ਲਾਲਾ ਸੌ ਸੁਨਾਰ ਕੀ ਆ ਰੇ ਕਾਕਾ ਬਿਸਨੋਈ ਕੀ ਥਾਰੀ ਦੁਕਾਨ ਕੀ ਸਾਰੀ ਟੂ ਮਾਰੀ ਇਸ ਪੋਟਲੀ ਮੈਂ ਬੰਦ ਦੇ ਜੀ ਜੀ ਨਹੀਂ ਤਾਂ ਇਸ ਬੰਦੂਕੜੀ ਕੇ ਸਾਰੇ ਕਾ ਸਾਰਾ ਸਿੱਕਾ ਤੇਰੀ ਖੋਪੜੀ ਮੈਂ ਘਸੋੜ ਦੂੰਗਾ ਅਰੇ ਪੁਲਿਸ ਆ ਗਈ ਮੈਂ ਤਾਂ ਹਜੇ ਦੁਕਾਨ ਲੁੱਟੀ ਵੀ ਨਹੀਂ ਤੇ ਪੁਲਿਸ ਪਹਿਲਾਂ ਹੀ ਆ ਗਈ ਉਹ ਮਾਰ ਨਾ ਦਿਓ ਉਹ ਇਹ ਤਾਂ ਸਾਲਾ ਸੱਚੀ ਮੁੱਚੀ ਦਾ ਪੁਲਿਸ ਮੁਕਾਬਲਾ ਤੁਹਾਡੀ ਭੈਣ ਨੂੰ ਪਤਾ ਅਰੇ ਲੱਗ ਗਿਆ ਉਸਤਾਦ ਨੇ ਗੋਲੀ ਲੱਗੀ ਠਾਏ ਲਿਓ ਅਰੇ ਚੱਲ ਰਹੇ ਤੈਨੂੰ ਰਾਮ ਲਕੜਾ ਮੇਰੇ ਸਿਰ ਤੇ ਪਿਸਤੌਲ ਲਾਣੀ ਸੀ ਤੂੰ ਚੁੱਪ ਰਹਿ ਰਾ ਲਾਲਾ ਜਲਦੀ ਕਰ ਰਾਮ 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 ਮਾਸੂਮ ਪਰ ਗੋਲੀ ਚਲਾਣੇ ਸੇ ਪਹਿਲੇ ਅਗਰ ਤੂੰ ਮਰਦ ਕਾ ਬੱਚਾ ਹੈ ਤੋ ਮੁਝੇ ਗੋਲੀ ਮਾਰ ਰੈ ਚੋਰੀ ਕੇ ਕਰ ਰਿਹਾ ਫੜ ਲੋ ਓਏ ਤੂਨੇ ਮੇਰੇ ਬੱਚੋ ਪਰ ਹੱਥ ਉਠਾਇਆ ਜਰੀ ਤੋ ਡਟ ਜਾ ਬਾਬਾ ਡਟ ਜਾ ਕਾਕਾ ਬਿਸਨੋਈ ਇੱਕ ਜਗ੍ਹਾ ਮਾਰ ਖਾਤਾ ਜੋ ਔਰਤ ਪੇ ਹੱਥ ਨਹੀਂ ਉਠਾਤਾ ਓਏ ਤੂੰ ਔਰਤ ਪਰ ਹੱਥ ਨਹੀਂ ਉਠਾਤਾ ਹੈ ਤੋ ਔਰਤ ਤੋ ਤੁਮ ਪਰ ਹੱਥ ਉਠਾ ਸਕਤੀ ਹੈ ਨਾ ਇੰਸਪੈਕਟਰ ਸਾਹਿਬ ਇੰਸਪੈਕਟਰ ਸਾਹਿਬ ਲੈ ਜਾਓ ਆਪਣਾ ਮੁਜਰਮ ਚਲੋ 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 ਇੰਸਪੈਕਟਰ ਸਾਹਿਬ ਜਰਾ ਪਿਆਰ ਨਾਲ ਸਰਦਾਰਨੀ ਜੀ ਤੁਹਾਡਾ ਕੰਮ ਹੋ ਗਿਆ ਹੁਣ ਸਾਨੂੰ ਆਪਣਾ ਕੰਮ ਕਰਨ ਦਿਓ ਪ੍ਰੀਤ ਮਾਂ ਨੂੰ ਘਰੇ ਛੱਡ ਕੇ ਤੂੰ ਮੇਰੇ ਕੋਲ ਥਾਣੇ ਆ ਜੀ ਓਏ ਥਾਣੇ ਚਲ ਜਾ ਕੇ ਤੇਰੇ ਬਾਪੂ ਨੂੰ ਕੁੱਟੂਗੇ ਤਾਂ ਨਹੀਂ ਓ ਬੀਬੀ ਤੈਨੂੰ ਪਤਾ ਤਾਂ ਹੈ ਇੰਸਪੈਕਟਰ ਸਾਡੇ ਨਾਲ ਮਿਲਿਆ ਹੋਇਆ ਹੈ ਆਪਾਂ ਐਕਟਿੰਗ ਕਰ ਰਹੇ ਹਾਂ ਹੈਲੋ ਮਿਸਟਰ ਹਾਊ ਡੂ ਯੂ ਡੂ ਬਸ ਕਰ ਮੰਮੀ ਬਸ ਕਰ
ਜਿਹੜੀ ਤੈਨੂੰ ਅੰਗਰੇਜ਼ੀ ਉਤਰੀ ਪਈ ਹੈ। ਡਰਾਮਾ ਖਤਮ ਹੋ ਗਿਆ, ਘਰੇ ਚੱਲ। ਕੰਟਰੋਲ ਬੇਬੇ ਕੰਟਰੋਲ। ਅਰੇ ਯੋ ਲੱਗੇ ਮੇਰੀ ਸੀਪ। ਰਸੀਪ ਨਾ ਮਰੋ ਗੋਲੀ, ਉਸਤਾਦ ਉੱਠ ਗਿਆ ਨਾ ਤਾਂ ਥਾਰੀ ਸਭ ਕੀ ਸੀਪ ਲਾ ਦੇਗਾ। ਜਾ ਦੇਖ ਕੇ ਉਸਤਾਦ ਨੇ। ਠੀਕ ਹੈ ਉਸਤਾਦ। ਆਜ ਤੋਂ ਸਿਰ ਮੁੜਾਤੇ ਹੀ ਔਲੇ ਪੜ ਗਏ। ਵਕਤ ਪੇ ਸੁਸਰੀ ਪੁਲਿਸ ਪਤਾ ਨਹੀਂ ਕਹਾਂ ਤੇ ਆਣ ਟਪਕੀ। ਚੱਲ ਰਹਾ ਉਸਤਾਦ ਨੇ ਦੇਖਿਆ। ਇਹ ਚੋਰੀ ਦਾ ਕੇਸ ਜਨਾਬ। ਅੱਛਾ ਅੱਛਾ। ਆ ਲੈ ਜਾ ਮੁਨਸ਼ੀ ਕੋਲੇ, ਉਹਨੂੰ ਕਹਿ ਮੈਨੂੰ ਰਿਪੋਰਟ ਕਰੇ। ਜੀ ਸਰ। ਸਰ ਜੀ ਸਤਿ ਸ਼੍ਰੀ ਅਕਾਲ ਜੀ। ਆਓ ਬਈ ਸਤਿ ਸ਼੍ਰੀ ਅਕਾਲ, ਕਿੱਦਾਂ? ਠੀਕ ਹੈ, ਕਿੱਦਾਂ ਨੇ ਸਰਪੰਚ ਸਾਹਿਬ? ਅੰਦਰ ਹੀ ਹੈ, ਆ ਜਾ ਨਾ, ਖੋਲ ਜਰਾ। ਜੀ ਸਰ। ਲਓ ਜੀ ਸਾਂਭੋ ਆਪਣਾ ਬੰਦਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਆਲੋ ਰੋਟੀ ਖਾਓ ਤੇ ਲੱਸੀ ਪੀਓ। ਮਾੜਾ ਸਾ ਇੱਕ ਵਾਰ ਮੇਰਾ ਰਸਤਾ ਖੁੱਲ ਜਾਣੇ ਦੇ, ਸ਼ਾਸ਼ ਤਾਂ ਤੰਨਾ ਮੈਂ ਪਿਆਉਂਗਾ ਛੋਰੇ। ਬਾਪੂ ਜੀ ਥੋੜਾ ਜਿਹਾ ਸਬਰ ਹੋਰ, ਬਸ ਇੱਕ ਦੋ ਸੀਨ ਕਰਨੇ ਅੱਜ, ਬਸ ਤੁਸੀਂ ਏਦਾਂ ਐਕਟਿੰਗ ਕਰੀ ਜਾਓ। ਰਾ ਬੇਟਾ ਕੌਣ ਸੀ ਐਕਟਿੰਗ ਕੀ ਬਾਤ ਕਰ ਰਹੀ ਹੈ ਤੂੰ? ਜੇ ਜੋ ਜਯਾ ਔਰ ਬੀਰੂ ਬਣ ਕੇ ਘੂਮ ਰਹੇ ਹੋ ਨਾ, ਜੇ ਗਬਰੇ ਥਾਰੀ ਡਬਰੀ ਟਾਈਟ ਕਰੇਗਾ। ਓਏ ਸਰਪੰਚ ਸਾਹਿਬ ਤਾਂ ਪ੍ਰੇਮਰ ਕਰੀ ਜਾਂਦੇ। ਓਏ ਆ ਜਾਏ ਤਾਜੇ ਵੀ ਕਰੈਕਟਰ 'ਚ ਫਿਰਦਾ। ਆਂਡੇ ਆਪਾਂ ਬੈਠਾ ਸਰ, ਤਲੀਆਂ ਤੁਲੀਆਂ ਚ ਆਸ, ਇਬੀ ਤੱਕ ਨਹੀਂ ਹੋਸ਼ ਆਇਆ ਉਸਤਾਦ ਨੇ। ਅੱਜ ਪ੍ਰਧਾਨ ਮੰਤਰੀ ਨੇ ਆਪਣਾ 3 ਦਿਨਾਂ ਦਾ ਚੀਨ ਦੌਰਾ ਖਤਮ ਕੀਤਾ। ਹੁਣ ਇੱਕ ਸਨਸਨੀਖੇਜ਼ ਖਬਰ ਸੁਣੋ। ਉਸਤਾਦ ਨਾਮੀ ਗੁੰਡਾ ਕਾਕਾ ਉਧਰ ਦੇਖੀਏ, ਬੜੇ ਹੀ ਨਾਟਕੀ ਤਰੀਕੇ ਨਾਲ ਪੁਲਿਸ ਦੀ ਪਕੜ ਵਿੱਚ ਆ ਗਿਆ। ਰੇ ਅਗਰ ਵਾ ਕਾਕਾ ਬਿਸਨੋਈ ਸੈ ਤੋ ਫਿਰ ਯੋ ਕੌਣ ਸੈ? ਜਾ ਬਰਫ ਲੈ ਕੇ ਆ, ਜਬ ਤੱਕ ਯੋਸ਼ ਮੇ ਨਹੀਂ ਆਤਾ ਤਬ ਤੱਕ ਸੱਚਾਈ ਵੀ ਨਹੀਂ ਸਾਹਮਣੇ ਆਤੀ। ਅਰੇ ਜਲਦੀ ਕਰ। ਤੁਸੀਂ ਕੌਣ ਹੋ? ਮੈਂ ਕਿੱਥੇ ਆ? ਤੁਸੀਂ ਕੌਣ ਹੋ? ਕੌਣ ਹੋ ਤੁਸੀਂ? ਹੈਂ, ਕੀ ਬਾਤ? ਕੀ ਬਾਤ ਹੋ ਗਈ ਉਸਤਾਦ? ਕਿੱਥੇ ਨੇ ਮੇਰੇ ਰਾਹੂ ਕੇਤੂ? ਤੁਸੀਂ ਕੌਣ ਹੋ? ਬਾਵਲਾ ਹੋ ਗਿਆ? ਕੀ ਹੋ ਗਿਆ ਤੇਰੇ? ਉਹ ਮੈਂ ਤੁਹਾਡਾ ਕੋਈ ਉਸਤਾਦ ਨਹੀਂ, ਮੈਂ ਸਾਬਕਾ ਸਰਪੰਚ ਦਲੇਰ ਸਿੰਘ ਬਰਾੜ ਆ। ਸਾਬਕਾ ਸਰਪੰਚ? ਹਾਂ। ਸਵੇਰੇ ਡਰਾਮੇ ਦੀ ਸ਼ੂਟਿੰਗ ਕੀਤੀ ਤੇ ਸ਼ਾਮ ਨੂੰ ਆ ਵੀ ਗਿਆ ਟੈਲੀਵਿਜ਼ਨ ਤੇ। ਡਰਾਮਾ? ਕੌਣ ਸਾ ਡਰਾਮਾ? ਆਓ ਦੇਖ। ਰਿਯੂ ਉਹੀ ਜਿਹੜੇ ਮੇਰੇ ਮੁੰਡਿਆਂ ਨੇ ਸੁਨਹਿਰੇ ਦੀ ਦੁਕਾਨ ਤੇ ਦੁਕਾਨ ਲੁੱਟਣ ਦਾ ਡਰਾਮਾ ਕੀਤਾ ਸੀ, ਉਹ ਦੇਖੋ ਤੁਹਾਡੇ ਸਾਹਮਣੇ ਆ ਵੀ ਰਿਹਾ ਟੀਵੀ ਤੇ। ਤਾਹੂ ਮੰਨੇ ਤੋ ਜਾਂ ਕੋਈ ਬਰੂਪੀਆ ਲਾਗੇ? ਲਾਗੇ ਤਾਂ ਮੰਨੇ ਵੀ ਹੋਈ। ਨਿਊ ਕਰ ਇਸ ਕੀ ਤਲਾਸੀ ਲੈ। ਇੱਕ ਮਿੰਟ। ਕੇ ਨੰਬਰ ਸਾ ਤੇਰੇ ਛੋਰੇ ਕਾ? 98140 36673 36 36673 63। ਕਿਵੇਂ ਹੈ ਬਾਪੂ? ਸੈੱਟ ਹੈ ਨਾ? ਸਰਪੰਚ ਸਾਹਿਬ ਗੁੱਸਾ ਕਰ ਰਹੇ ਸੀ। ਹੋਰ ਕੀ? ਬਾਪੂ ਦਾ ਫੋਨ? ਪਰ ਬਾਪੂ ਦੇ ਹੱਥ 'ਚ ਤਾਂ ਫੋਨ ਹੀ ਨਹੀਂ। ਫਿਰ ਫੋਨ ਕਿੱਥੋਂ ਆ ਗਿਆ? ਹੈਲੋ, ਕੌਣ ਬੋਲ ਰਿਹਾ? ਥਾਰਾ ਫੁੱਫਾ ਬੋਲ ਰਿਹਾ ਹੂੰ, ਛੋਟੂ ਬਿਸਨੋਈ, ਕਾਕਾ ਬਿਸਨੋਈ ਕਾ ਬੜਾ ਭਾਈ। ਨਾਲੇ ਬੜਾ ਭਾਈ ਕਹੀ ਜਾਂਦਾ, ਵਿੱਚੇ ਕਹੀ ਜਾਂਦਾ ਮੈਂ ਛੋਟੂ ਹਾਂ। ਚੁੱਪ। ਹਾਂ, ਥਾਰਾ ਬਾਪ ਹੈ ਮਾਰੇ ਕਬਜੇ ਮੈਂ। ਔਰ ਇੱਕ ਬਾਤ ਧਿਆਨ ਸੇ ਸੁਣ ਲੈ, ਅਗਰ 24 ਘੰਟੇ ਕੇ ਭੀਤਰ ਭੀਤਰ ਮਾਰਾ ਉਸਤਾਦ ਮਾਰੇ ਦੋਰੇ ਨਾ ਨਾ ਪਹੁੰਚਿਆ ਤਾਂ ਆਪਣੇ ਬਾਪ ਕੇ 24 ਟੁਕੜੇ ਸ਼ਹਿਰ ਕੇ 24 ਚੌਂਕਾ ਮਾਤਾ ਇਕੱਠੇ ਕਰਕੇ ਲੈ ਜਿਓ ਔਰ ਪੂਰੀ ਲੈ ਕੇ ਆਈਏ ਗੈਲ।
और सुन, ज्यादा चुस्ती चलाकी ना दिखाइए। पर लै के कितने होना है? टेम और जगह बाद में बतलावांगे। हेलो हेलो, की होया की? यार लगदा आप असली काका बिश्नू ही फड़ ले आए हैं। अपना बापू ते उन्हां दे अड्डे ते कैद है। मतलब आप सच्ची मुची काका बिश्नू ही फड़ ले? असली काका बिश्नू ही फड़ ले आए। मैं हुण अंडरस्टैंड आ कि उत्थे गोली किवें चली सी। मैनू लगदा उत्थे असली ने ही डाका मारन दी कोशिश कीती सी। हैं? हाँ कोई गल नहीं, बैठो तुसीं आराम नाल, बैठो बैठो। आपां सवेर तक इहदा कोई ना कोई हल लभदे आ। ठीक है, पता है इसकी जरा चौकीदारी ध्यान से करियो, कहीं भाग ना ले। लाडली लात ते सोहनी जनानी, बंदे तो की कुछ नहीं कराउंदी, इत्थों तक के डाकुआं दे अड्डे ते भी पहुंचाउंदी। रस्ता साफ है और केले भी आ रहे। चल चल उस्ताद, अड़े ने आ जा। ना ओए ना, वड़े उस्ताद दे चेलियो, पहला साडे बापू जी नूं इधर भेजो। पहले थम मारे उस्ताद ने इधर भेजो। ओ सुनया नहीं वड़े वीर ने की कहा? उधरों साडे बापू जी नूं भेजो, इधरों असीं तुहाडे उस्ताद नूं भेजदे आ। ओ चल पता है उस्ताद ने आने दे अड़े, फिर उड़ा दिए खोपड़ा इस बैर रुपये का। पैसे बनाने दी वधिया गेम हाथ आई सी, हथों ही निकल गई। गेम दे चक्कर च बापू थोड़ा हथों गवा लेना सी, मां दे सिर दा ताज है। लाडली औलाद ते सोहनी जनानी, बंदे तो की कुछ नहीं करवाउंदी, इथों तक विछड़े हुए भरा भी मिलांदी। यार आपा किते कुंभ दे मेले तो विछड़े भरा ता नहीं। रह बौली पूछ, मन्ने बंबल भूसे में ना पावे, जान चाहिए तो लिकड़ जाए। ओए जालमा एक जफी तपा। तू भी कहीं याद रखे गल है होले खुद। ओए जिंदा रह, बन गई गल। रखे कर रहा है छोटे मन्ने। मेरे के गुड़ लाग रहे जो चाटन खतर मेरे पाछे पाछे आवाज है। मेरे के गुड़ लाग रहे जो चाटन खतर मेरे पाछे पाछे आवाज है। यार बापू एक्टिंग नहीं कैंड कर रहे है। पर बापू है केड़ा, मैं देखे कैसा है। इब छोड़ दे पैर। छोड़ दो तू, पर छोड़ो किस पर? रे फत्ते थारा उस्ताद मैं हूँ, खोल दे इसकी खोपड़ी। रे फत्ते थारा उस्ताद मैं हूँ, खोल दे इसकी खोपड़ी। मरी सासू के देखे के है, मार सुसरे के गोली। ओए पुत्री, रब वर्गे प्यो नूं मारन दी धमकी देण वालेओ, शायद तुसीं इह गल भुल गए कि तुसीं उस कौम नाल पंगा लिया है जिहड़ी लत ते लत रख के चीरन दा चीरा वी रखदी है। यार कि तो समझ नहीं आना बापू केड़ा ते बिश्नोई केड़ा।
चल जो भी यार, शकल तो बापू वर्गी पैरी पहना जी। गोली पूछ है, मेरे पैर का हाथ ला गया, टिपू उसका मोर बनावेगा। अरे 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 नना जी, ये नहीं तो काना मार के दीदे फोड़ दूंगा। अरे मार के तो कौन सा उस्ताद से या पैर रुपया उस्ताद ये इलाका नहीं तो और कोई नहीं कर सकता मेरे गल यो कलोन। अरे मैं रुपये तू फिर आ गया कलोन होएगी कौन नहीं पता लगता इनमें उस्ताद कौन सा और मैं रुपया कौन सा मैं नहीं लड़ता। आई काका विश्नोई है काका विश्नोई है काकिया तेरी तो मैं कौन सी यार लपड़ तो बापू वर गई सी समझ नहीं आ रहा कि बापू केड़ा है ते विश्नोई केड़ा है। बहुत कंफ्यूजन है बहुत कंफ्यूजन है। आप लड़ दे हाँ बैठा चट आप लड़ दे हरपाल हाँ आया 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 कोई होर तो नहीं बचा बापू ओ मुंडे वेखते की हो मैं थोड़ा प्यो हां ओ मुंडे वेखते की हो मैं थोड़ा प्यो हां ओ सारे तुसी अपने बापू नु नहीं पहचानदे तुसी अपने बापू नु नहीं पहचानदे सरपंच साहब थानू ते पता थोड़े पुत केड़े है हां ते जेड़ा साडा बापू है साडे वाला जवे एक मिनट इत्थे गरकणी है बापू बापू कहां भाग रहा काका बिश्नोई इपन आएंगे तेरे को ठाणे में ले जाके लोई अड़ा ले जा देखिया लाडली औलाद नू है भासिंग जी भासिंग तू ठीक है ना हाँ मैं ठीक हूँ सॉरी दिया तू साड़ी खतरा की कीता ये तो कुछ भी नहीं सरपंच साहब जे आज थोड़ी खातर मेरी जान भी चली जाती ना तो भी मैं थोड़े एहसान का मुल नहीं मोड़ सकता सी। एहसान कादा एहसान बेटे होता मेरा इखलाकी फर्ज सी फर्ज हाँ छोटे वीर सरपंच साहब वर्गा इंसान इस दुनिया से मिलना मुश्किल है जे इन्हों का हाथ मेरे सिर ते ना हुंदा तो अज मेरे मोढ़िया ते वर्दी नहीं सी होनी मेरी भैन का विआह ते मेरी सारी पढ़ाई लिखाई का खर्चा सरपंच साहब ने चुकया है बापू इस यतीम नू कदे भी अपने बाप बाप की कमी महसूस नहीं हो रही थी चलिया एक पासे मैनू अपने प्यो का दर्जा दे रहा ते दूजे पासे अपने आप नू यतीम दस रहा चला ना होवे किसे थां दा चल पहला दवाई बूटी करा। अच्छा ते ए गल सी तई हमेशा साड़ी इन्नी मदद करदे सी ते असी सोचदे सी कि ਅਸੀਂ ਇਹਨਾਂ ਦਾ ਬੇਵਕੂਫ ਬਣਾਉਂਦੇ ਹਾਂ ਬਾਪੂ ਜੀ ਸਾਨੂੰ ਮਾਫ਼ ਕਰ ਦਿਓ ਹੁਣ ਕਿੰਨੀ ਕੁ ਵਾਰੀ ਪੈਰਾਂ 'ਚ ਪੈਣਾ ਯਾਰ ਕਿ ਕੋਈ ਹੋਰ ਸਕੀਮ ਲਾ ਰਹੇ ਹੋ ਸਰਪੰਚ ਸਾਹਿਬ ਆਹ ਪੈਨੇ ਜ਼ਮੀਨ ਦੇ ਬਿਆਨੇ ਦੇ ਕਾਗਜ਼ क्यों सरपंच साहब मानते हो कि नहीं अपने पुत्रां नू अन्ने दे पैर थले बटेरा आ गया ड्रामे करन नू मैं मर गया ते नाम दे टिके लैण नू तुसी छड्डो भी हुण गुस्से नू मैं तुहानू कहा सी ना कि मेरे लाल एक दिन तुहाडे सारे दुख दूर कर देणगे शुक्र कर मैं बच के घरे आ गया
ਨੀ ਤੇਰੇ ਲਾਲ ਪੀਲਿਆਂ ਨੇ ਤੈਨੂੰ ਚਿੱਟਾ ਸੂਟ ਪਾਉਣ ਦਾ ਜ਼ਬਰਦਸਤ ਬੰਦੋਬਸਤ ਕੀਤਾ ਹੋਇਆ ਸੀ। ਹਾਏ ਹਾਏ ਸ਼ੁਭ ਸ਼ੁਭ ਬੋਲੋ, ਇਹ ਸਮਾਂ ਚਿੱਟੇ ਸੂਟਾਂ ਦੀ ਗੱਲ ਕਰਨ ਦਾ ਨਹੀਂ, ਸਗੋਂ ਸੂਹੇ ਸੂਟਾਂ ਵਾਲੀਆਂ ਲਾਲ ਪਰੀਆਂ ਨੂੰ ਘਰੇ ਲਿਆਂਦਾ ਹੈ। ਮਾਂ ਤੇਰੀ ਸੋਚ ਸਾਡੇ ਨਾਲ ਕਿੰਨੀ ਮਿਲਦੀ ਹੈ, ਅਸੀਂ ਵੀ ਇਹੀ ਸੋਚ ਰਹੇ ਸੀ। ਹਾਂ ਮਾਂ, ਅਸੀਂ ਔਖੇ ਸੌਖੇ ਮਨਾ ਤਾਂ ਲਵਾਂਗੇ, ਪਰ ਸੋਚ ਲੈ ਦਾਜ ਚ ਇੱਕ ਮੱਝ ਵੀ ਨਹੀਂ ਮਿਲਣੀ। ਪੁੱਤ ਜਿੰਨੇ ਧੀ ਦੇਤੀ ਉਹਨੂੰ ਮੱਝ ਦੇਣੀ ਕੀ ਔਖੀ ਆ। ਫਟੇ ਮੂੰਹ, ਮੈਂ ਲਾਨਤ ਪਾਨੀ ਇਹੋ ਜਿਹੇ ਦਾਜ ਤੇ। ਹਾਏ ਹਾਏ, ਮੈਨੂੰ ਤਾਂ ਅੱਜ ਮੱਤ ਆਈ ਹੈ ਕਿ ਧੀਆਂ ਤੋਂ ਵੱਡਾ ਦਾਜ ਦੁਨੀਆਂ ਚ ਕੋਈ ਹੋਰ ਨਹੀਂ ਹੁੰਦਾ। ਉਹ ਇਹ ਤੋਂ ਪਹਿਲਾਂ ਤੁਹਾਡੀ ਮਾਂ ਦਾ ਸਿਆਸੀ ਬਿਆਨ ਬਦਲੇ ਜਾਓ, ਮਨੀਪ ਜੀ ਦੀਆਂ ਬੇਟੀਆਂ ਨੂੰ ਮਨਾ ਕੇ ਘਰੇ ਲੈ ਕੇ ਆਓ। ਅਸ਼ੀਰਵਾਦ ਜਿੱਤ ਕੇ ਆਈ, ਬੈਠੇ ਰਹੋਗੇ ਕਿ ਜਾਓਗੇ ਵੀ? ਜਾਣੇ ਜਾਣੇ ਚੱਲ 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 ਚੱਲ। ਬੈਸਟ ਆਫ ਲੁੱਕ, ਓ ਲੁੱਕ ਨਹੀਂ ਹੁੰਦਾ ਲੱਕ ਹੁੰਦਾ। ਇਸ ਗੱਲ ਦਾ ਫੈਸਲਾ ਸਾਡੇ ਡੈਡ ਸ਼ਮਸ਼ੀਰ ਸਿੰਘ ਗਰੇਵਾਲੀ ਕਰਨਗੇ। ਹੈ, ਪਰ ਉਹ ਤਾਂ ਤੁਹਾਡੇ ਅੰਕਲ ਨਹੀਂ ਸੀ। ਹਾਂ ਨਹੀਂ, ਉਹ ਹੀ ਸਾਡੇ ਅਸਲੀ ਮਾਂ ਬਾਪ ਨੇ। ਇਹ ਸਭ ਅਸੀਂ ਇਸ ਲਈ ਕੀਤਾ ਸੀ, ਜੋ ਵੀ ਸਾਡਾ ਜੀਵਨ ਸਾਥੀ ਬਣੇ ਉਹ ਸਿਰਫ ਸਾਨੂੰ ਪਿਆਰ ਕਰੇ, ਨਾ ਕਿ ਸਾਡੀ ਦੌਲਤ ਨੂੰ। ਤੇ ਤੁਸੀਂ ਦੋਵੇਂ ਇਸ ਇਮਤਿਹਾਨ ਦੇ ਵਿੱਚ ਪਾਸ ਹੋ ਗਏ ਹੋ। ਸੱਚੀ? ਡਰਾਈਵਰ ਬੋਤਲ ਲੈ ਬਿਨਾ ਕਾਰ ਚੋਂ ਡੋਲਾ ਨਹੀਂ ਤਾਰਦਾ ਹੁੰਦਾ। ਪੁੱਤਾਂ ਤੋਂ ਬੋਤਲ ਮੰਗਦੇ ਹੋਏ ਮੁੰਡਿਆਂ ਤੋਂ ਰਹਿਣ ਦਿੰਦੇ, ਫਿਰ ਤੂੰ ਦੇ ਤੁਹਾਨੂੰ ਬੋਤਲ। ਮੈਂ ਤਾਂ ਬੱਤੇ ਵਾਲੀ ਬੋਤਲ ਦੀ ਗੱਲ ਕੀਤੀ ਸੀ। ਕਿੰਨੀਆਂ ਸੋਹਣੀਆਂ ਜੋੜੀਆਂ ਨੇ। ਤਾਂ ਤਾਂ ਕਹਿ ਜੋੜੀਆਂ ਜੱਗ ਥੋੜੀਆਂ, ਐਵੇਂ ਨਰੜ ਬਥੇਰੇ। ਤੈਨੂੰ ਬਰਵਾਦਾ ਪਾਣੀ। ਹੋ ਹਾਏ, ਮੈਂ ਕਿਹਾ ਜੀ ਉੱਥੇ ਕਿਉਂ ਖੜੇ ਹੋ, ਇੱਥੇ ਆਓ ਨਾ ਮੇਰੇ ਕੋਲ। ਸਾਰੀ ਦੁਨੀਆ ਦੇ ਪੈਰੀ ਹੱਥ ਲਾ ਤੇ ਮੇਰੇ ਕਿਹਨੇ ਲਾਉਣੇ ਆ? ਇੱਥੇ ਆਉਂਗੇ ਤਾਂ ਹੀ ਤਾਂ ਪੈਰੀ ਹੱਥ ਲਾਉਂਗੇ। ਆ ਜਾਓ ਆ ਜਾਓ। ਲਓ ਫਿਰ ਆ ਗਿਆ। ਅੰਗਰੇਜ਼ੀ ਚ ਟੱਚ ਬੋਰਡ ਨਹੀਂ ਹੁੰਦਾ, ਟੱਚ ਬੋਰਡ ਹੁੰਦਾ। ਗਲਾਸੀਆਂ ਚ ਦਾਰੂ ਲਈ ਪਾ, ਟੇਬਲਾਂ ਦੇ ਉੱਤੇ ਲਈਆਂ ਬੋਤਲਾਂ ਟਕਾ, ਖੋਲ ਕੇ ਗਲਾਸੀਆਂ ਚ ਦਾਰੂ ਲਈ ਪਾ। ਪੌਣੀ ਖਾਪੀ ਅੱਜ ਬੱਕਰੇ ਬੁਲਾ ਕੇ, ਪੌਣੀ ਖਾਪੀ ਅੱਜ ਬੱਕਰੇ ਬੁਲਾ ਕੇ, ਯਾਰਾਂ ਨੇ ਅੱਜ ਹੱਥ ਚੱਕਣੀ ਉਹ ਹੱਥ ਚੱਕਣੀ ਗਲਾਸੀ ਲਾ ਕੇ, ਯਾਰਾਂ ਨੇ ਅੱਜ ਪਾਉਣਾ ਭੰਗੜਾ ਮੱਥੇ ਤੇ ਗਲਾਸੀਆਂ ਟਕਾ ਕੇ, ਯਾਰਾਂ ਨੇ ਅੱਜ ਹੱਥ ਚੱਕਣੀ ਉਹ ਹੱਥ ਚੱਕਣੀ ਗਲਾਸੀ ਲਾ ਕੇ, ਯਾਰਾਂ ਨੇ ਅੱਜ ਹੱਥ ਚੱਕਣੀ। ਕਹਿੰਦੇ ਰੱਖ ਦਿੰਦੀ ਗਮ ਜੇ ਭੁਲਾ ਕੇ, ਯਾਰਾਂ ਨੇ ਅੱਜ ਹੱਥ ਚੱਕਣੀ ਉਹ ਹੱਥ ਚੱਕਣੀ ਗਲਾਸੀ ਲਾ ਕੇ, ਮਿੱਤਰਾਂ ਨੇ ਪਾਉਣਾ ਭੰਗੜਾ ਮੱਥੇ ਤੇ ਗਲਾਸੀਆਂ ਟਕਾ ਕੇ, ਯਾਰਾਂ ਨੇ ਅੱਜ ਹੱਥ ਚੱਕਣੀ ਉਹ ਹੱਥ ਚੱਕਣੀ ਗਲਾਸੀ ਲਾ ਕੇ।
टकरा के प्यारा ने आज आ सकते।